I want to start today with a question. All of you listen carefully to me. Stop what you're doing. Look at me. ਮੈਂ ਅੱਜ ਦਾ ਜਿਹੜਾ ਪ੍ਰਚਾਰ ਹੈਗਾ ਇੱਕ ਸਵਾਲ ਨਾਲ ਸ਼ੁਰੂ ਕਰਨਾ ਚਾਹੁੰਦਾ ਜੋ ਕੁਝ ਤੁਸੀਂ ਕਰ ਰਹੇ ਹੋ ਉਹਨੂੰ ਕਰਨਾ ਛੋੜ ਕੇ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣੋ ਆਨਸਰ ਦਿਸ ਕੁਐਸਚਨ ਇਨ ਯੋਰ ਮਾਈਂਡ ਜਿਹੜਾ ਸਵਾਲ ਮੈਂ ਪੁੱਛ ਰਿਹਾ ਜਵਾਬ ਜਿਹੜਾ ਹੈਗਾ ਹੈ ਆਪਣੇ ਆਪ ਨੂੰ ਆਪਣੇ ਮਨ 'ਚ ਦਿਓ ਆਨੈਸਟਲੀ ਸੱਚਾਈ ਦੇ ਨਾਲ ਵਾਟ ਇਜ਼ ਕ੍ਰਾਈਸਟ ਟੂ ਯੂ ਔਰ ਹੂ ਇਜ਼ ਕ੍ਰਾਈਸਟ ਟੂ ਯੂ ਪ੍ਰਭੂ ਯੇਸ਼ੂ ਮਸੀਹ ਜਿਹੜੇ ਹੈਗੇ ਨੇ ਤੁਹਾਡੇ ਮਨ 'ਚ ਉਹਨਾਂ ਨਾਲ ਤੁਹਾਡਾ ਕੀ ਸੰਬੰਧ ਹੈਗਾ ਹੂ ਇਜ਼ ਹੀ ਟੂ ਯੂ ਉਹ ਤੁਹਾਡੇ ਨਾਲ ਕੀ ਸੰਬੰਧ ਰੱਖਦੇ ਨੇ ਫਰੋਮ ਪਾਸਟ ਸਪੀਕਿੰਗ ਟੂ ਯੂ ਆਲ ਸਮ ਆਫ ਯੂਰ ਆਨਸਰਸ ਵਿਲ ਬੀ ਕ੍ਰਾਈਸਟ ਇਜ਼ ਆਵਰ ਸੇਵੀਅਰ ਜਿਵੇਂ ਆਪਾਂ ਅੱਗੇ ਕਈਆਂ ਕੋਲ ਮੈਂ ਸਵਾਲ ਪੁੱਛਿਆ ਨੇ ਤੁਸੀਂ ਕਹੋਗੇ ਜੋ ਮੇਰਾ ਮੁਕਤੀਦਾਤਾ ਹੈਗਾ ਸਮ ਵਿਲ ਸੇ ਕ੍ਰਾਈਸਟ ਇਜ਼ ਲਾਰਡ ਉਹ ਕੁਝ ਕਹਿਣਗੇ ਮੇਰਾ ਪ੍ਰਭੂ ਹੈਗੇ ਨੇ ਸਮ ਵਿਲ ਸੇ ਕ੍ਰਾਈਸਟ ਇਜ਼ ਮਾਈ ਕਿੰਗ ਕੁਝ ਕਹਿਣਗੇ ਰਾਜਾ ਹੈਗੇ ਨੇ ਆਈ ਡੋਨਟ ਡਿਨਾਈ ਇਟ ਕਹਿੰਦੇ ਮੈਂ ਬਿਲਕੁਲ ਠੀਕ ਕਹਿ ਰਹੇ ਹੈਗੇ ਨੇ ਮਾਈ ਰੀਅਲ ਕੁਐਸਚਨ ਇਜ਼ ਦਿਸ ਅੰਡਰਲਾਈਂਗ ਕੁਐਸਚਨ ਇਜ਼ ਦਿਸ Is he really your relationship with Christ is a relationship of a savior, of a king, of a lord? Is there a relationship with Christ? That's where I'm drawing it. ਪਰ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ ਆਪਣੇ ਮਨ ਵਿੱਚ ਜਵਾਬ ਦਿਓ ਕਿਆ ਵਾਕਈ ਇਹ ਪ੍ਰਭੂ ਯਿਸੂ ਮਸੀਹ ਹੈਗੇ ਨੇ ਤੁਹਾਡੇ ਪ੍ਰਭੂ ਤੁਹਾਡੇ ਰਾਜਾ ਤੁਹਾਡੇ ਮੁਕਤੀ ਦਿੰਦਾ ਹੈਗੇ ਨੇ What is your relationship with Christ? ਤੁਹਾਡਾ ਉਹਨਾਂ ਨਾਲ ਕੀ ਨਾਤਾ ਹੈਗਾ? This is the title today of my message. ਅੱਜ ਦਾ ਜਿਹੜਾ ਪ੍ਰਚਾਰ ਹੈਗਾ ਉਹਦਾ ਸ਼ੀਰਸ਼ਕ ਹੈਗਾ What is my relationship with Christ? How do I relate to him? ਮੇਰਾ ਉਹਨਾਂ ਨਾਲ ਕੀ ਸੰਬੰਧ ਹੈਗਾ? ਮੈਂ ਕਿਵੇਂ ਆਪਣਾ ਜੀਵਨ ਉਹਦਾ ਨਾਮ ਮਿਲਾਣਾ? Do I know him? ਕਿਆ ਉਹਨਾਂ ਨੂੰ ਮੈਂ ਜਾਣਨਾ ਵਾਂ? Or do I know about him? ਜਾਂ ਮੈਂ ਉਹਨਾਂ ਬਾਰੇ ਜਾਣਨਾ? So many times our daily routines ਬਹੁਤ ਵਾਰੀ ਆਪਰ ਜ਼ਿੰਦਗੀ ਦੇ ਰੋਜ਼ ਦੇ ਕੰਮ ਹੈਗੇ ਨੇ Family ਪਰਿਵਾਰ ਵਿੱਚ ਆਵਰ ਵਰਕ ਸਾਡੇ ਕੰਮ ਕਾਰ ਔਰ ਬਿਜ਼ਨਸ ਵਪਾਰ ਵਗੈਰਾ ਓਵਰਵੈਲਮਸ ਅਸ ਇਹ ਸਾਰੇ ਸਾਡਾ ਜਿਹੜਾ ਸਾਰਾ ਸਮੇਂ ਹੈਗਾ ਹੈ ਇਹ ਸਾਰਾ ਸਮੇਂ ਲੈ ਲੈਂਦੇ ਨੇ ਐਂਡ ਵੈਰੀ ਲਿਟਲ ਟਾਈਮ ਇਜ਼ ਲੈਫਟ ਫॉर ਕ੍ਰਾਈਸਟ ਤੇ ਪ੍ਰਭੂ ਵਾਸਤੇ ਬਹੁਤ ਥੋੜਾ ਸਮੇਂ ਰਹਿ ਜਾਂਦਾ ਦ ਡੂ ਵੀ ਲਵ ਕ੍ਰਾਈਸਟ ਕੀ ਅਸੀਂ ਪ੍ਰਭੂ ਨਾਲ ਪ੍ਰੇਮ ਕਰਦੇ ਹਾਂ ਆ ਵੀ ਯੂ ਨੋ ਸਮ ਪੀਪਲ ਲਵ ਇਜ਼ ਡਿਫਰੈਂਟ ਥਿੰਗਸ ਕੁਝ ਲੋਕ ਅਲੱਗ ਅਲੱਗ ਚੀਜ਼ਾਂ ਨਾਲ ਪ੍ਰੇਮ ਕਰਦੇ ਨੇ ਵੀ ਆਰ ਆਰਡ ਬਾਈ ਕ੍ਰਾਈਸਟ ਅਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਪ੍ਰਤੀ ਅਸੀਂ ਸਾਨੂੰ ਬੜਾ ਮਹਾਨ ਪ੍ਰੇਮ ਹੈ ਸਮ ਆਰ ਗ੍ਰੇਟਫੁਲ ਕੁਝ ਉਹਨਾਂ ਦੇ ਆਭਾਰੀ ਨੇ ਸਮ ਆਰ ਥੈਂਕਫੁਲ ਕੁਝ ਸ਼ੁਕਰਗੁਜ਼ਾਰ ਨੇ ਸਮ ਟੇਕ ਇਟ ਫੋਰ ਗ੍ਰਾਂਟਿਡ ਕੁਝ ਉਹਨਾਂ ਨੂੰ ਇੱਕ ਲੈਂਦੇ ਨੇ ਵੀ ਹੁਣ ਤਾਂ ਪ੍ਰਭੂ ਹੋ ਹੀ ਗਏ ਨੇ ਐਂਡ ਸਮ ਡੋਂਟ ਇਵਨ ਥਿੰਕ ਅਬਾਊਟ ਇਟ ਇਨ ਦ ਡੇ ਕੁਝ ਪੂਰੇ ਦਿਨ ਵਿੱਚ ਉਹਨਾਂ ਬਾਰੇ ਸੋਚਦੇ ਵੀ ਨਹੀਂ ਗਏ ਵਾਟ ਡਜ਼ ਇਟ ਮੀਨ ਟੂ ਲਵ ਕ੍ਰਾਈਸਟ ਕੀ ਮਤਲਬ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਮੈਂ ਪ੍ਰਭੂ ਨਾਲ ਯਿਸੂ ਮਸੀਹ ਨਾਲ ਪ੍ਰੇਮ ਕਰਦਾ ਵਾਂ ਰਿਲੇਸ਼ਨ ਫੈਲੋ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਇਜ਼ ਦ ਬੇਸਿਸ ਆਫ ਕ੍ਰਿਸਚੀਅਨ ਲਾਈਫ ਜਿਹੜਾ ਪ੍ਰਭੂ ਯਿਸੂ ਮਸੀਹ ਨਾਲ ਇੱਕ ਤੁਹਾਡਾ ਨਾਤਾ ਹੈਗਾ ਹੈ ਉਹ ਮਸੀਹਤ ਦੀ ਇੱਕ ਨੀਂਹ ਹੈਗਾ ਵੀ ਹੈਵ ਟੂ ਗੋ ਬੈਕ ਟੂ ਸਕ੍ਰਿਪਚਰ ਟੂ ਲਰਨ ਇਟ ਸਾਨੂੰ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਜਾ ਕੇ ਇਸ ਬਾਰੇ ਸਿੱਖੀਏ ਬਿਕੋਜ਼ ਦ ਬਾਈਬਲ ਸੇਜ਼ ਵਚਨ ਕਹਿੰਦਾ ਹੈ 2 ਤਿਮੋਥੀ 3:16 ਐਂਡ 17 ਦੂਜਾ ਟਿਮਥੀ 3:16-17 ਆਲ ਸਕ੍ਰਿਪਚਰ ਇਜ਼ ਗਿਵਨ ਬਾਈ ਇਨਸਪੀਰੇਸ਼ਨ ਫਰਮ ਗੋਡ ਐਂਡ ਇਟ ਇਜ਼ ਪ੍ਰੋਫਿਟੇਬਲ ਫਾਰ ਡਾਕਟ੍ਰਿਨ ਫਾਰ ਰਿਪਰੂਫ ਫਾਰ ਕਰੈਕਸ਼ਨ ਐਂਡ ਇਨਸਟਰਕਸ਼ਨ ਇਨ ਰਾਈਚਸਨੈਸ ਦੈਟ ਦ ਮੈਨ ਆਫ ਗੋਡ ਮੇ ਬੀ ਪਰਫੈਕਟ ਥਰੋਲੀ ਫਰਨਿਸ਼ਡ ਐਂਡ ਟੂ ਆਲ ਗੁੱਡ ਵਰਕਸ ਉਹ ਕਹਿੰਦਾ ਸੰਪੂਰਨ ਪਵਿੱਤਰ ਸ਼ਾਸਤਰ ਪਰਮੇਸ਼ਵਰ ਕੀ ਪ੍ਰੇਰਣਾ ਸੇ ਰਚਾ ਗਿਆ ਹੈ ਔਰ ਸ਼ਿਕਸ਼ਾ ਤਾੜਨਾ ਸੁਧਾਰ ਔਰ ਧਾਰਮਿਕਤਾ ਕੀ ਸ਼ਿਕਸ਼ਾ ਕੇ ਲੀਏ ਉਪਯੋਗੀ ਹੈ ਜਿਸਸੇ ਕਿ ਪਰਮੇਸ਼ਵਰ ਕਾ ਭਗਤ ਪ੍ਰਤੇਕ ਭਲੇ ਕਾਰੇ ਕੇ ਲਈ ਕੁਸ਼ਲ ਔਰ ਤਤਪਰ ਹੋ ਜਾਏ ਲੈਟ ਅਸ ਸਟਾਰਟ ਵਿਦ ਅ ਬੇਸਿਕ ਕੁਐਸਚਨ ਆਪਾਂ ਜਿਹੜਾ ਬੁਨਿਆਦੀ ਸਵਾਲ ਤੋਂ ਸ਼ੁਰੂ ਕਰਾਂਗੇ ਵਾਟ ਇਜ਼ ਲਵ ਵਾਟ ਇਜ਼ ਲਵ ਪ੍ਰੇਮ ਕੀ ਚੀਜ਼ ਹੈ ਇਫ ਆਈ ਵਾਸ ਟੂ ਆਸਕ ਯੂ ਵਾਟ ਇਜ਼ ਲਵ ਵਾਟ ਵਿਲ ਯੋਰ ਆਨਸਰ ਬੀ ਜੇ ਮੈਂ ਤੁਹਾਨੂੰ ਪੁੱਛਾਂ ਕਿ ਪ੍ਰੇਮ ਕੀ ਚੀਜ਼ ਹੈਗਾ ਤੁਹਾਡਾ ਕੀ ਜਵਾਬ ਹੋਏਗਾ ਆਈ ਵੁੱਡ ਯੂ ਵੁੱਡ ਸੇ ਲਵ ਇਜ਼ ਐਨ ਇਮੋਸ਼ਨ ਤੁਸੀਂ ਕਹੋ ਕਿ ਇੱਕ ਭਾਵਨਾ ਹੈ ਹਾਊ ਡੂ ਯੂ ਲਵ ਯੋਰ ਹਸਬੈਂਡ ਔਰ ਅ ਵਾਈਫ ਤੁਸੀਂ ਕਿਵੇਂ ਆਪਣੇ ਪਤੀ ਜਾਂ ਪਤਨੀ ਨੂੰ ਪ੍ਰੇਮ ਕਰਦੇ ਹੋ ਸਮਬਡੀ ਹੈਜ਼ ਡਿਸਕ੍ਰਾਈਬਡ ਲਵ ਲਾਈਕ ਦਿਸ ਕਿਸੇ ਨੇ ਪ੍ਰੇਮ ਦੀ ਪਰਿਭਾਸ਼ਾ ਐਵੇਂ ਦੱਸੀ ਇਟਸ ਅ ਕੰਪਲੈਕਸ ਸੈਟ ਆਫ ਇਮੋਸ਼ਨਸ ਇਹ ਬੜੀ ਇੱਕ ਜਟਿਲ ਭਾਵਨਾ ਹੈਗੀ ਹੈ ਇਟ ਇਜ਼ ਅ ਸੈਟ ਆਫ ਬਿਹੇਵੀਅਰਸ ਇੱਕ ਤਰ੍ਹਾਂ ਦਾ ਤੁਹਾਡਾ ਜੀਵਨ ਦਾ ਜਿਵੇਂ ਜਿੰਦੇ ਹੈਗੇ ਹੋ ਇਟਸ ਅ ਸੈਟ ਆਫ ਬਿਲੀਫਸ ਇਹ ਕੁਝ ਵਿਸ਼ਵਾਸਾਂ ਦਾ ਨਿਚੋੜ ਹੈ ਸਟਰੋਂਗ ਫੀਲਿੰਗਸ ਆਫ ਅਫੈਕਸ਼ਨ ਤੇ ਜਦੋਂ ਆਪਾਂ ਕਿਸੇ ਨਾਲ ਬੜੇ ਜ਼ੋਰ ਦੀ ਪ੍ਰੇਮ ਕਰਦੇ ਆ ਗਹਿਰਾਈ ਨਾਲ ਪ੍ਰੋਟੈਕਟਿਵਨੈਸ
ਕਿਸੇ ਨੂੰ ਬਚਾਉਂਦੇ ਹਾਂ ਰੈਸਪੈਕਟ ਫੋਰ ਦੀ ਪਰਸਨ ਯੂ ਲਵ ਕਿਸੇ ਉਹਦੀ ਇੱਜ਼ਤ ਕਰਨੇ ਜਿਹਨੂੰ ਪ੍ਰੇਮ ਕਰਦੇ ਹਾਂ ਇਫ ਯੂ ਡੂ ਯੂ ਲਵ ਯੋਰ ਹਸਬੈਂਡ ਔਰ ਵਾਈਫ ਲਾਈਕ ਦੈਟ ਕਿਆ ਤੁਸੀਂ ਆਪਣੇ ਪਤੀ ਜਾਂ ਪਤਨੀ ਨੂੰ ਇਸ ਤਰ੍ਹਾਂ ਪ੍ਰੇਮ ਕਰਦੇ ਹੋ ਔਰ ਯੋਰ ਫਾਦਰ ਐਂਡ ਮਦਰ ਲਾਈਕ ਦੈਟ ਜਾਂ ਆਪਣੇ ਮਾਂ ਬਾਪ ਨੂੰ ਇਸ ਤਰ੍ਹਾਂ ਪ੍ਰੇਮ ਕਰਦੇ ਹੋ ਥਿੰਕ ਅਬਾਊਟ ਇਟ ਸੋਚੋ ਹਾਊ ਨਾਓ ਵੀ ਕਮ ਟੂ ਕ੍ਰਾਈਸਟ ਹੁਣ ਅਸੀਂ ਜਦੋਂ ਪ੍ਰਭੂ ਯਿਸੂ ਮਸੀਹ ਕੋਲ ਆ ਜਾਂਦੇ ਹਾਂ ਹਾਊ ਡੂ ਯੂ ਡਿਸਕ੍ਰਾਈਬ ਯੋਰ ਲਵ ਫੋਰ ਕ੍ਰਾਈਸਟ ਤੁਸੀਂ ਕਿਵੇਂ ਆਪਣਾ ਪ੍ਰੇਮ ਉਹਨਾਂ ਦੇ ਪ੍ਰਤੀ ਬਿਆਨ ਕਰਦੇ ਹੋ ਹਾਊ ਮਚ ਡੂ ਵੀ ਲਵ ਹਿਮ ਕਿੰਨਾ ਤੁਸੀਂ ਉਹਨਾਂ ਨੂੰ ਪ੍ਰੇਮ ਕਰਦੇ ਹੋ ਡੂ ਵੀ ਲਵ ਹਿਮ ਐਟ ਆਲ ਕਿਆ ਉਹਨਾਂ ਨੂੰ ਅਸੀਂ ਬਿਲਕੁਲ ਹੀ ਪਿਆਰ ਕਰਦੇ ਹਾਂ ਕਿ ਨਹੀਂ ਵਾਟ ਇਜ਼ ਦ ਸਕ੍ਰਿਪਚਰ ਸਟੈਂਡਰਡ ਵਚਨ ਇਸ ਨੂੰ ਕਿਸ ਥਰ ਤੇ ਦੱਸਦਾ ਹੈ ਹੈਵ ਵੀ ਫਾਊਂਡ ਦ ਟਾਈਮ ਟੂ ਥਿੰਕ ਅਬਾਊਟ ਇਟ ਐਂਡ ਸਰਚ ਫਰਮ ਦ ਸਕ੍ਰਿਪਚਰ ਕਿਆ ਅਸੀਂ ਸਮੇਂ ਨਿਕਾਲਿਆ ਕਿ ਐਸੇ ਬਾਰੇ ਹੋਰ ਸਮਝੀਏ ਤੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਉਹਦੇ ਬਾਰੇ ਜਾਣੀਏ ਦ ਲਾਰਡ ਜੀਸਸ ਆਲਵੇਜ਼ ਸੇਜ਼ ਦੈਟ ਐਵਰੀਥਿੰਗ ਵਿਲ ਬੀ ਟੈਸਟਡ ਪ੍ਰਭੂ ਯਿਸੂ ਮਸੀਹ ਬਾਰ-ਬਾਰ ਕਹਿੰਦੇ ਨੇ ਕਿ ਹਰ ਚੀਜ਼ ਦੀ ਪ੍ਰੀਖਿਆ ਕੀਤੀ ਜਾਏਗੀ ਹੀ ਆਲਵੇਜ਼ ਸੈਡ ਯੂਅਰ ਫਰੂਟ ਵਿਲ ਯੂ ਵਿਲ ਨੋ ਦੈਮ ਬਾਈ ਦੇਅਰ ਫਰੂਟ ਪਰਮੇਸ਼ਰ ਪ੍ਰਭੂ ਕਹਿੰਦਾ ਹੈ ਕਿ ਤੁਹਾਡੇ ਫਲਾਂ ਨਾਲ ਤੁਸੀਂ ਜਾਣੇ ਜਾਓਗੇ ਇਨ ਅਦਰ ਵਰਡਸ ਐਕਸ਼ਨ ਸਪੀਕਸ ਮੋਰ ਦੈਨ ਵਰਡਸ ਦੂਜਾ ਮਤਲਬ ਇਹ ਹੈਗਾ ਕਿ ਤੂੰ ਜੋ ਅਸੀਂ ਕੰਮ ਕਰਦੇ ਹੋ ਜਿਵੇਂ ਉਹ ਜ਼ਿਆਦਾ ਜ਼ਰੂਰ ਹੈ ਬਨਿਸਪਤ ਜੋ ਤੁਸੀਂ ਕਹਿੰਦੇ ਹੋ ਵਾਟ ਹੈਪਨਸ ਵੈਨ ਵੀ ਆਰ ਇਨ ਲਵ ਕੀ ਹੁੰਦਾ ਜਦੋਂ ਅਸੀਂ ਪ੍ਰੇਮ ਵਿੱਚ ਹੁੰਦੇ ਹਾਂ ਲਵਰਸ ਪਲੀਜ਼ ਡਿਸਕ੍ਰਾਈਬ ਪ੍ਰੇਮੀ ਦੱਸ ਸਕਦੇ ਨੇ ਹਾਊ ਮੈਨੀ ਆਫ ਯੂ ਹੈਵ ਲਵ ਨਾਟ ਲਵਡ ਲਿਫਟ ਅਪ ਯੂਅਰ ਹੈਂਡ ਸਮਬਡੀ ਹੂ ਹੈਜ਼ ਨੈਵਰ ਲਵਡ ਲਿਫਟ ਅਪ ਯੂਅਰ ਹੈਂਡ ਐਵਰੀਬਡੀ ਹੈਜ਼ ਲਵਡ ਓਕੇ ਵੈਰੀ ਗੁੱਡ ਵੀ ਆਰ ਵਾਟ ਹੈਪਨਸ ਵੈਨ ਯੂ ਆਰ ਇਨ ਲਵ ਕੀ ਹੁੰਦਾ ਕਿ ਜਦੋਂ ਤੁਸੀਂ ਪ੍ਰੇਮ ਵਿੱਚ ਹੁੰਦੇ ਹੋ ਕਮ ਔਨ ਓਬਸੈਸ਼ਨ ਵਾਟ ਐਲਸ ਕਮ ਔਨ ਆਈ ਵਾਂਟ ਯੂ ਟੂ ਆਨਸਰ ਲਵਿੰਗ ਪੀਪਲ ਲਵਰਸ ਪਲੀਜ਼ ਆਨਸਰ ਆਮ ਟਾਕਿੰਗ ਟੂ ਯੂ ਗਾਈਸ What happens when you are in love? Obsession, what else? Trust, what else? That's it? Want to spend time, what else? You want to change for that person. Very good. Good answers. Come on. Every answer is good. Devotion, excellent. What else? Sacrifice, wow. Okay. Amen. How many of you do it for Christ? ਜਿੰਨੇ ਆਪਾਂ ਗੱਲਾਂ ਕੀਆ ਨੇ ਆਪਾਂ ਇਹਨਾਂ 'ਚ ਕਿੰਨੀ ਕਿੰਨੀਆਂ ਗੱਲਾਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਕਰਦੇ ਆ ਸ਼ਾਂਤੀ ਆ ਦੈਟ ਸ਼ੁੱਡ ਬੀ ਦੀ ਐਂਡ ਆਫ ਦਾ ਸਰਮਨ ਟੂਡੇ ਅੱਜ ਦੇ ਪ੍ਰਚਾਰ ਦਾ ਆਈ ਡੋਂਟ ਨੀਡ ਟੂ ਪ੍ਰੀਚ ਐਨੀਥਿੰਗ ਐਲਸ We have to be ashamed. We do that for other human beings. We cannot do it for the God who died for us on the cross. ਆਪਾਂ ਇੱਕ ਤਰ੍ਹਾਂ ਦੀ ਸ਼ਰਮਿੰਦਗੀ ਹੋਣੀ ਚਾਹੀਦੀ ਹੈ ਅਸੀਂ ਇੱਕ ਦੂਸਰੇ ਦੇ ਇਨਸਾਨ ਦੇ ਨਾਲ ਤਾਂ ਕਰ ਸਕਦੇ ਹਾਂ ਪਰ ਜੋ ਕੁਝ ਇਨਸਾਨ ਨਾਲ ਕਰਦੇ ਹਾਂ ਉਹ ਪਰਮੇਸ਼ਵਰ ਨੇ ਜਿਹਨੇ ਜਾਨ ਦਿੱਤੀ ਉਹਦੇ ਨਾਲ ਕਿਉਂ ਨਹੀਂ ਕਰਦੇ ਵੈਨ ਯੂ ਆਰ ਇਨ ਲਵ ਯੂ ਕੈਨ ਡੂ ਐਨੀਥਿੰਗ ਫੋਰ ਦੈਟ ਪਰਸਨ ਜਦੋਂ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਤੁਸੀਂ ਉਹਦੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹੋ ਵੀ ਕੈਨ ਡਿਸਓਬੇ ਆਵਰ ਪੇਰੈਂਟਸ ਤੁਸੀਂ ਆਪਣੇ ਮਾਂ-ਬਾਪ ਦਾ ਵੀ ਇਨਕਾਰ ਕਰ ਦਿੰਦੇ ਹੋ ਵੀ ਕੈਨ ਫਾਈਟ ਵਿਦ ਐਨੀਬਾਡੀ ਤੁਸੀਂ ਕਿਸੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹੋ ਵੀ ਕੈਨ ਡਿਸੀਵ ਸੌਰੀ ਵੀ ਕੈਨ ਡਿਸੀਵ ਆਪਾਂ ਧੋਖਾ ਵੀ ਦੇ ਦਿੰਦੇ ਹਾਂ ਕਈ ਵਾਰੀ ਵੀ ਕੈਨ ਬ੍ਰੇਕ ਰੂਲਸ ਅਸੀਂ ਜਿਹੜੇ ਕਾਨੂੰਨ ਵੀ ਤੋੜ ਦਿੰਦੇ ਹਾਂ ਵੀ ਫੀਲ ਦੇਰ ਇਜ਼ ਨਥਿੰਗ ਆਈ ਕੈਨ ਸਟਾਪ ਡੂਇੰਗ ਫਾਰ ਦਾ ਪਰਸਨ ਆਈ ਲਵ ਅਸੀਂ ਕਹਿੰਦੇ ਹਾਂ ਮੈਂ ਕੋਈ ਵੀ ਚੀਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗਾ ਜਿਨ ਨਾਲ ਮੈਂ ਪ੍ਰੇਮ ਕਰਦਾ ਹਾਂ ਬਟ ਵੈਨ ਵੀ ਵਾਂਟ ਟੂ ਵੈਨ ਵੀ ਆਸਕ ਫਾਰ ਦਾ ਵਾਟ ਯੂ ਲਵ ਕ੍ਰਾਈਸਟ ਪਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਪ੍ਰੇਮ ਦੇ ਬਾਰੇ ਬਿਆਨ ਕਰਦੇ ਹਾਂ ਸਲੀਪੀ ਟੂ ਸਪੈਂਡ ਟਾਈਮ ਵਿਦ ਹਿਮ ਜਦੋਂ ਆਪਾਂ ਉਹਨਾਂ ਨਾਲ ਸਮੇਂ ਬਿਤਾਉਂਦੇ ਹਾਂ ਉਦੋਂ ਅੱਧੀ ਨੀਂਦ ਹੀ ਚੋਂਦੇ ਹਾਂ ਨੋ ਨੋ ਵੀ ਆਰ ਟੂ ਸਲੀਪੀ ਟੂ ਸਪੈਂਡ ਟਾਈਮ ਵਿਦ ਹਿਮ ਓਕੇ ਅਸੀਂ ਮਤਲਬ ਸਾਡੇ ਕੋਲ ਟਾਈਮ ਸਮੇਂ ਨਹੀਂ ਹੈ ਉਹਨਾਂ ਸਮੇਂ ਬਿਤਾਉਣ ਦਾ ਹਾਂ ਵੀ ਆਰ ਟੂ ਸਲੀਪੀ ਸਮੇਂ ਨਹੀਂ ਉਹਨਾਂ ਦਾ ਸਮੇਂ ਬਿਤਾਉਣ ਦਾ ਓ ਆਈ ਐਮ ਵਰਕ ਬ੍ਰਦਰ ਆਪਾਂ ਕਹਿੰਦੇ ਹਾਂ ਕੰਮ ਮੇਰੇ ਕੋਲ ਬਹੁਤ ਹੈ ਆਈ ਕਾਂਟ ਰੀਡ ਬਾਈਬਲ ਬਿਕੋਜ਼ ਆਈ ਹੈਵ ਮਾਈ ਫੈਮਿਲੀ ਮੈਂ ਕੋਲ ਵਚਨ ਪੜ੍ਹਨ ਦਾ ਟਾਈਮ ਨਹੀਂ ਕਿਉਂਕਿ ਮੇਰਾ ਪਰਿਵਾਰ ਹੈਗਾ ਆਈ ਹੈਵ ਮਾਈ ਬਿਜ਼ਨਸ ਸੋ ਨੋ ਟਾਈਮ ਟੂ ਰੀਡ ਗੋਡਸ ਵਰਡ ਨਾਟ ਟੂ ਪ੍ਰੇ ਤੇ ਮੇਰੇ ਕੋਲ ਮੈਂ ਕੋਈ ਵਪਾਰ ਹੈਗਾ ਇਸ ਕਰਕੇ ਕੋਈ ਟਾਈਮ ਨਹੀਂ ਹੈਗਾ ਪ੍ਰਾਰਥਨਾ ਕਰਨ ਦਾ ਆਈ ਹੈਵ ਫਰੈਂਡਸ ਕਮਿੰਗ ਓਵਰ ਮੇਰੇ ਦੋਸਤ ਆਉਣ ਵਾਲੇ ਹੈਗੇ ਨੇ ਸੋ ਮੈਨੀ ਐਕਸਕਿਊਜ਼ਸ ਬਹੁਤ ਸਾਰੇ ਅਸੀਂ ਬਹਾਨੇ ਬਣਾਉਂਦੇ ਆ ਡੂ ਵੀ ਲਵ ਕ੍ਰਾਈਸਟ ਕਿਆ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਦੇ ਆ ਡੂ ਵੀ ਗੋ ਦੀ ਐਫਰਟ ਵੀ ਮੇਡ ਵਿਦ ਅਦਰ ਹਿਊਮਨ ਬੀਇੰਗਸ ਐਡ ਟੂ ਫਾਰ ਕ੍ਰਾਈਸਟ ਕਿਆ ਜੋ ਅਸੀਂ ਆਪਣਾ ਸੈਕਰੀਫਾਈਜ਼ ਦੂਸਰੇ ਇਨਸਾਨਾਂ ਵਾਸਤੇ ਕਰਨੇ ਆ
क्या उसी प्रभु यीशु मसीह वास्ते करदे हां? Do you call this love? Your relationship with Christ? क्या जरा तुहाडा प्रभु नाल नाता हैगा है ਉਹਨੂੰ ਤੁਸੀਂ ਪ੍ਰੇਮ ਦਾ ਨਾਤਾ ਕਹਿ ਸਕਦੇ ਹੋ? ਯੂ ਵਿਲ ਗੋ ਟੂ ਦ ਐਂਡਸ ਆਫ ਦ ਵਰਲਡ ਫਾਰ ਦ ਪਰਸਨ ਯੂ ਲਵ। ਅਸੀਂ ਜੇ ਕਿਸੇ ਨਾਲ ਪ੍ਰੇਮ ਕਰਦੇ ਹਾਂ ਤੇ ਅਸੀਂ ਭਾਵੇਂ ਸੰਸਾਰ ਦੇ ਖੀਰ ਤੱਕ ਜਾਣਾ ਪਵੇ। ਯੂ ਵਿਲ ਕੰਕਰ ਮਾਊਂਟਨਸ। ਅਸੀਂ ਆਪਣਾ ਪਹਾੜਾਂ ਤੇ ਜਿੱਤ ਪਾਉਂਦੇ ਹਾਂ। ਬਟ ਵਿਦ ਦ ਲਾਰਡ ਜੀਸਸ ਦੇਰ ਇਜ਼ ਆਲਵੇਜ਼ ਐਕਸਕਿਊਜ਼ਸ। ਪਰ ਜਦੋਂ ਪ੍ਰਭੂ ਯੀਸ਼ੂ ਮਸੀਹ ਦੀ ਗੱਲ ਆਉਂਦੀ ਹੈ ਉਦੋਂ ਜ਼ਰੂਰ ਕੋਈ ਨਾ ਕੋਈ ਬਹਾਨਾ ਹੁੰਦਾ। ਵੀ ਹੈਵ ਟੂ ਐਕਸੈਪਟ ਦ ਫੈਕਟ ਦੈਟ ਆਵਰ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਇਜ਼ ਨਾਟ ਲਵ। ਇਸ ਕਰਕੇ ਆਪਾਂ ਨੂੰ ਇਹ ਸੱਚਾਈ ਜਾਣਨੀ ਜ਼ਰੂਰੀ ਹੈ ਕਿ ਜਿਹੜਾ ਸਾਡਾ ਪ੍ਰਭੂ ਨਾਲ ਨਾਤਾ ਹੈਗਾ ਉਹ ਪ੍ਰੇਮ ਦਾ ਨਹੀਂ ਹੈਗਾ। ਆਵਰ ਇੰਟਰੈਕਸ਼ਨ ਵਿਦ ਹਿਮ ਇਜ਼ ਟੂ ਸੇਵ ਅਸ, ਟੂ ਹੀਲ ਅਸ ਐਂਡ ਟੂ ਟੇਕ ਕੇਅਰ ਆਫ ਆਵਰ ਟ੍ਰਬਲਸ। ਸਾਡਾ ਉਹਨਾਂ ਨਾਲ ਨਾਤਾ ਇੰਨਾ ਹੈਗਾ ਕਿ ਸਾਨੂੰ ਚੰਗਾਈ ਦੇ ਦੇਣ, ਸਾਨੂੰ ਬਚਾ ਲੈਣ, ਇਹ ਇੱਥੇ ਤੱਕ ਸੀਮਿਤ ਹੈਗੇ ਆ। ਵੀ ਡੋਂਟ ਲਾਈਕ ਇਟ ਵੈਨ ਚਿਲਡਰਨ ਡੂ ਦੈਟ ਟੂ ਅਸ। ਸਾਨੂੰ ਅਸੀਂ ਇਹ ਪਸੰਦ ਨਹੀਂ ਕਰਦੇ ਜਦੋਂ ਬੱਚੇ ਸਾਡੇ ਨਾਲ ਇਸ ਤਰ੍ਹਾਂ ਕਰਦੇ ਨੇ। ਵੀ ਵਾਂਟ ਵੈਰੀ ਲਿਮਿਟਿਡ ਇੰਟਰੈਕਸ਼ਨ ਵਿਦ ਹਿਮ। ਅਸੀਂ ਉਹਨਾਂ ਨਾਲ ਜੇ ਸਾਡਾ ਨਾਤਾ ਹੈਗਾ ਉਹ ਬੜਾ ਹੀ ਲਿਮਿਟਿਡ ਹੁੰਦਾ ਹੈ। ਦ ਸਕ੍ਰਿਪਚਰ ਸਪੈਸੀਫਾਈਜ਼ ਵਾਟ ਗੋਡ ਐਕਸਪੈਕਟਸ ਫਰੋਮ ਅਸ। ਪਰਮੇਸ਼ਵਰ ਦਾ ਵਚਨ ਆਪਾਂ ਨੂੰ ਸਪਸ਼ਟ ਦੱਸਦਾ ਹੈ ਕਿ ਪ੍ਰਭੂ ਸਾਡੇ ਤੋਂ ਕੀ ਚਾਹੁੰਦੇ ਨੇ। ਵੈਨ ਵੀ ਕਮ ਟੂ ਕ੍ਰਾਈਸਟ, ਜਦੋਂ ਅਸੀਂ ਪਰਮੇਸ਼ਵਰ ਨੂੰ ਕਬੂਲ ਕਰਨੇ ਆ, ਨੰਬਰ 1 ਹੀ ਐਕਸਪੈਕਟਸ ਅਸ ਟੂ ਲਵ ਹਿਮ। ਪਹਿਲੀ ਗੱਲ ਹੈ ਉਹਨਾਂ ਉਮੀਦ ਕਰਦੇ ਨੇ ਕਿ ਅਸੀਂ ਉਹਨਾਂ ਨਾਲ ਪ੍ਰੇਮ ਕਰੀਏ। ਵੀਲ ਗੋ ਇਨਟੂ ਡੀਟੇਲ ਇਨ ਅ ਲਿਟਲ ਵਾਈਲ। ਆਪਾਂ ਇਹਨਾਂ ਅੱਗੇ ਸਮਝਾਂਗੇ ਹੋਰ ਬਾਅਦ ਵਿੱਚ। ਸੈਕਰੀਫਾਈਜ਼ ਐਵਰੀਥਿੰਗ ਫਾਰ ਹਿਮ, ਨੰਬਰ 2। ਨੰਬਰ ਦੂਸਰਾ ਕਿਹਾ ਕਿ ਉਹਨਾਂ ਵਾਸਤੇ ਸਭ ਕੁਝ ਬਲੀਦਾਨ ਕਰੀਏ। ਨੰਬਰ 3 ਫੋਲੋ ਹਿਮ, ਤੀਸਰਾ ਕਿਹਾ ਉਹਨਾਂ ਦੇ ਪਿੱਛੇ ਚੱਲੀਏ। ਦੈਟਸ ਵਾਟ ਯੂ ਡੂ ਫਾਰ ਦ ਪਰਸਨ ਯੂ ਲਵ। ਇਹੋ ਆਪਾਂ ਕਰਦੇ ਹਾਂ ਉਹਦੇ ਵਾਸਤੇ, ਇਨਸਾਨ ਵਾਸਤੇ ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ। ਦੈਟਸ ਆਲ ਯੂ ਐਕਸਪੈਕਟ, ਤੁਸੀਂ ਇਹੀ ਉਮੀਦ ਕਰਦੇ ਹੋ। ਵੈਨ ਆਈ ਪ੍ਰਪੋਜ਼ ਟੂ ਮਾਈ ਵਾਈਫ, ਜਦੋਂ ਮੈਂ ਆਪਣੀ ਵਾਈਫ ਨੂੰ ਆਪਣਾ ਰਿਸ਼ਤੇ ਵਾਸਤੇ ਗੱਲ ਕੀਤੀ, ਦੀਸ ਆਰ ਦ ਓਨਲੀ 3 ਥਿੰਗਸ ਆਈ ਟੋਲਡ ਹਰ। ਮੈਂ ਇਹ 3 ਚੀਜ਼ਾਂ ਉਹਨਾਂ ਨੂੰ ਕਹੀਆਂ ਸੀ। ਇਫ ਆਈ ਗੋ ਫੁੱਲ ਟਾਈਮ ਵਿਲ ਯੂ ਫੋਲੋ ਮੀ, ਕਿ ਜੇ ਮੈਂ ਫੁੱਲ ਟਾਈਮ ਮਿਨਿਸਟਰੀ ਕਰਾਂਗਾ ਕਿਆ ਤੁਸੀਂ ਮੇਰੇ ਪਿੱਛੇ ਹੋਵੋਗੇ। ਇਫ ਗਾਡ ਕਾਲਸ ਮੀ ਫੁੱਲ ਟਾਈਮ ਵਿਲ ਯੂ ਫੋਲੋ ਮੀ, ਜੇ ਰੱਬ ਮੈਨੂੰ ਪੂਰੀ ਸਮੇਂ ਮਿਨਿਸਟਰੀ ਵਾਸਤੇ ਬੁਲਾਏਗਾ ਕਿਆ ਤੁਸੀਂ ਸਹਿਯੋਗ ਦਿਓਗੇ। ਆਈ ਵਿਲ ਬਿਕਮ ਬੋਲਡ, ਵਿਲ ਯੂ ਸਟਿਲ ਲਵ ਮੀ, ਜੇ ਮੈਂ ਰੱਬ ਦੇ ਪ੍ਰਤੀ ਆਪਣਾ ਜ਼ਿਆਦਾ ਬੋਲਡ ਹੋ ਜਾਵਾਂ ਤਾਂ ਕਿਆ ਤੁਸੀਂ ਮੈਨੂੰ ਫਿਰ ਵੀ ਪ੍ਰੇਮ ਕਰੋਗੇ। ਲਾਰਡ ਇਜ਼ ਨਾਟ ਆਸਕਿੰਗ ਐਨੀਥਿੰਗ ਓਵਰ ਦ ਟਾਪ ਫਾਰ ਯੂ। ਪਰਮੇਸ਼ਵਰ ਇਸ ਤੋਂ ਬਾਅਦ ਨਹੀਂ ਚਾਹੁੰਦਾ ਤੁਹਾਡੇ ਤੋਂ ਕੁਛ। ਬਟ ਵੀ ਹੈਵ ਟੂ ਰੀਵੈਲਿਊਏਟ ਆਵਰ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ। ਪਰ ਜ਼ਰੂਰੀ ਹੈਗਾ ਜਿਹੜਾ ਅਸੀਂ ਸਾਡਾ ਪ੍ਰਭੂ ਯਿਸੂ ਨਾਲ ਨਾਤਾ ਹੈਗਾ ਹੈ ਉਹਦੇ ਬਾਰੇ ਸੋਚੀਏ ਦੁਬਾਰਾ। ਟੁਡੇ ਲੈਟ ਅਸ ਲੁੱਕ ਐਟ ਪੀਟਰ, ਅੱਜ ਆਪਾਂ ਪਤਰਸ ਦੇ ਬਾਰੇ ਗੱਲ ਦੇਖਾਂਗੇ। ਲੈਟ ਅਸ ਟਰਨ ਟੂ ਜੋਨ 21 ਐਂਡ ਰਿਮੇਨ ਦੇਅਰ ਫਾਰ ਮੋਸਟ ਆਫ ਦ ਟਾਈਮ। ਆਪਾਂ ਯੋਹੰਨਾ 21 ਦੇਖਾਂਗੇ, ਉੱਥੇ ਕਾਫੀ ਟਾਈਮ ਰਹਾਂਗੇ। ਲਾਰਡ ਜੀਸਸ ਦ 21:1 ਦ ਬਾਈਬਲ ਸੇਜ਼ Lord Jesus comes to the lake of Tiberias and stands on the shore. In baaton ke baad Yeshu ne apne aap ko Tiberias jheel ke kinare chelo par prakat kiya. What is happening there? Atte ki ho raha hai? There are some disciples. Utte kuch chele hai ne. They have gone fishing. Oh, machli pakadan gaye ne. They have gone back to what they were doing before they met Christ. ਉਹ ਵਾਪਸ ਉਹ ਕੰਮ ਕਰਨ ਲੱਗ ਗਏ ਜਿਹੜਾ ਕੰਮ ਉਹ ਪ੍ਰਭੂ ਨੂੰ ਮਿਲਣ ਤੋਂ ਪਹਿਲੇ ਕਰਦੇ ਸੀ। ਦ ਮੋਸਟ ਇੰਪੋਰਟੈਂਟ ਥਿੰਗ ਇਨ ਯੋਰ ਲਾਈਫ ਇਜ਼ ਯੋਰ ਰਿਲੇਸ਼ਨਸ਼ਿਪ ਟੂ ਕ੍ਰਾਈਸਟ। ਜਿਹੜਾ ਤੁਹਾਡੇ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈਗੀ ਹੈ ਉਹ ਤੁਹਾਡਾ ਪ੍ਰਭੂ ਯਿਸੂ ਮਸੀਹ ਨਾਲ ਨਾਤਾ ਹੈਗਾ। ਨਾਟ ਯੋਰ ਰਿਲੇਸ਼ਨਸ਼ਿਪ ਟੂ ਅਦਰ ਬਿਲੀਵਰਸ, ਉਹਨਾਂ ਦੇ ਨਾਲ ਜਿਹੜਾ ਨਾਤਾ ਹੈਗਾ ਉਹ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡਾ ਦੂਸਰੇ ਵਿਸ਼ਵਾਸੀਆਂ ਨਾਲ ਹੈ। ਯੋਰ ਰਿਲੇਸ਼ਨਸ਼ਿਪ ਟੂ ਬਿਲੀਵਰਸ ਇਜ਼ ਨਾਟ ਐਜ਼ ਇੰਪੋਰਟੈਂਟ ਐਜ਼ ਦ ਰਿਲੇਸ਼ਨਸ਼ਿਪ ਟੂ ਕ੍ਰਾਈਸਟ। ਜਿਹੜਾ ਤੁਹਾਡੇ ਦੂਸਰੇ ਵਿਸ਼ਵਾਸੀਆਂ ਨਾਲ ਨਾਤਾ ਹੈਗਾ ਉਸ ਤੋਂ ਉਹਦੇ ਮੁਕਾਬਲੇ ਪ੍ਰਭੂ ਨਾਲ ਜ਼ਿਆਦਾ ਹੋਣਾ ਚਾਹੀਦਾ। ਐਂਡ ਇਟ ਇਜ਼ ਯੋਰ ਰਿਲੇਸ਼ਨਸ਼ਿਪ ਇਜ਼ ਨਾਟ ਯੋਰ ਰਿਲੇਸ਼ਨ ਨਾਰ ਯੋਰ ਰਿਲੇਸ਼ਨਸ਼ਿਪ ਟੂ ਯੋਰ ਚਰਚ, ਨਾ ਹੀ ਤੁਹਾਡਾ ਉਸ ਆਪਣਾ ਨਾਤਾ ਜਿਹੜਾ ਹੈਗਾ ਚਰਚ ਕਲੀਸਿਆ ਨਾਲ ਹੈਗਾ। ਨਾਟ ਟੂ ਬਾਈਬਲ ਸਟੱਡੀ, ਨਾ ਬਾਈਬਲ ਸਟੱਡੀ ਦੇ ਨਾਲ। ਯੋਰ ਰਿਲੇਸ਼ਨਸ਼ਿਪ ਹੈਜ਼ ਫੰਡਾਮੈਂਟਲੀ ਟੂ ਬੀ ਟੂ ਕ੍ਰਾਈਸਟ। ਤੁਹਾਡਾ ਜਿਹੜਾ ਬੁਨਿਆਦੀ ਤੌਰ 'ਤੇ ਰਿਸ਼ਤਾ ਹੈਗਾ ਉਹ ਪ੍ਰਭੂ ਯਿਸੂ ਮਸੀਹ ਨਾਲ ਹੋਣਾ ਚਾਹੀਦਾ। ਅਗੇਨ, ਹਾਊ ਡੂ ਯੂ ਡਿਸਕ੍ਰਾਈਬ ਯੋਰ ਰਿਲੇਸ਼ਨਸ਼ਿਪ ਟੂ ਕ੍ਰਾਈਸਟ? ਹੁਣ ਤੁਸੀਂ ਦੁਬਾਰਾ ਆਪਣੇ ਪ੍ਰਭੂ ਨਾਲ ਆਪਣੇ ਰਿਸ਼ਤਾ ਜਿਹੜਾ ਹੈਗਾ ਉਹਨੂੰ ਕਿਵੇਂ ਬਿਆਨ ਕਰੋਗੇ? ਹਾਊ ਡਸ ਇਟ ਕੰਪੇਅਰ ਟੂ ਲੈਟਸ ਸੇ ਪੌਲ? ਉਹ ਪੌਲਸ ਦੇ ਮੁਕਾਬਲੇ ਕਿਸ ਤਰ੍ਹਾਂ ਦਾ ਹੋਏਗਾ? ਔਰ ਟੂ ਪੀਟਰ? ਜਾਂ ਪਤਰਸ ਦੇ ਮੁਕਾਬਲੇ? ਔਰ ਟੂ ਜੇਮਸ? ਜਾਂ ਜੇਮਸ ਦੇ ਨਾਲ? ਔਰ ਡਸ ਇਟ ਜਸਟ ਰਿਲੇਸ਼ਨਸ਼ਿਪ ਜਸਟ ਕਮ ਕਨਸਿਸਟ ਆਫ ਮੰਬਲਿੰਗ ਸਮ ਪ੍ਰੇਅਰਸ ਇਨ ਸਮ ਟਾਈਮਸ ਆਫ ਦ ਵੀਕ, ਡੇਸ ਆਫ ਦ ਵੀਕ? ਜਾਂ ਸਿਰਫ ਤੁਹਾਡਾ ਰਿਸ਼ਤਾ ਇਸ ਚੀਜ਼ ਨਾਲ ਹੈਗਾ ਕਿ ਤੁਸੀਂ ਕਦੀ ਕਦੀ ਦਿਨ ਦੇ ਕਿਸੇ ਟਾਈਮ 'ਤੇ ਉਹਨਾਂ ਨਾਲ ਅੱਧੇ ਮਨ ਨਾਲ ਪ੍ਰਾਰਥਨਾ ਕਰ ਲੈਂਦੇ ਹੋ? ਅਟੈਂਡਿੰਗ ਚਰਚ, ਕਲੀਸਿਆ ਚਲੇ ਜਾਂਦੇ ਹੋ? ਸਿੰਗਿੰਗ ਸਮ ਸੌਂਗਸ,
ਥੋੜੀ ਆਰਾਧਨਾ ਕਰ ਲੈਂਦੇ ਹੋ ਫੈਲੋਸ਼ਿਪਿੰਗ ਵਿਦ ਅਦਰ ਬਿਲੀਵਰਸ ਦੂਸਰੇ ਲੋਕਾਂ ਨਾਲ ਸਹਿਭਾਗਿਤਾ ਕਰ ਲੈਂਦੇ ਹੋ ਵਾਟ ਇਜ਼ ਦ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਤੁਹਾਡਾ ਪਰਮੇਸ਼ਵਰ ਨਾਲ ਕੀ ਨਾਤਾ ਹੈਗਾ ਵੀ ਮੇ ਇੰਗੇਜ ਇਨ ਡਿਫਰੈਂਟ ਕ੍ਰਿਸਚੀਅਨ ਐਕਟੀਵਿਟੀਜ਼ ਹੋ ਸਕਦਾ ਅਸੀਂ ਕਈ ਤਰ੍ਹਾਂ ਜਿਹੜੇ ਮਸੀਹ ਦੇ ਪ੍ਰੋਗਰਾਮ ਹੈਗੇ ਨੇ ਉਹਨਾਂ 'ਚ ਹਿੱਸਾ ਲਈਏ ਵੀ ਡੂ ਸੋ ਮੈਨੀ ਰਿਲੀਜੀਅਸ ਥਿੰਗਸ ਅਸੀਂ ਬਹੁਤ ਸਾਰੇ ਧਾਰਮਿਕ ਕੰਮ ਕਰਦੇ ਹਾਂ ਇਟ ਡਜ਼ਨਟ ਮੈਟਰ ਕੋਈ ਫਰਕ ਨਹੀਂ ਪੈਂਦਾ ਯੂਅਰ ਬੇਸਿਕ ਫੰਡਾਮੈਂਟਲ ਰਿਲੇਸ਼ਨਸ਼ਿਪ ਇਜ਼ ਵਿਦ ਕ੍ਰਾਈਸਟ ਤੁਹਾਡਾ ਜਿਹੜਾ ਬੁਨਿਆਦੀ ਰਿਸ਼ਤਾ ਹੈਗਾ ਹੈ ਉਹ ਪ੍ਰਭੂ ਯਿਸੂ ਮਸੀਹ ਨਾਲ ਹੈਗਾ ਵੀ ਮੇ ਬੀ ਸਰਵਿੰਗ ਗੋਡ ਹੋ ਸਕਦਾ ਅਸੀਂ ਪਰਮੇਸ਼ਵਰ ਦੀ ਸੇਵਕਾਈ ਕਰਦੇ ਹੋਈਏ ਟੀਚਿੰਗ ਕਰੈਕਟ ਡਾਕਟ੍ਰਿਨਸ ਟੀਚਿੰਗ ਕਰੈਕਟ ਡਾਕਟ੍ਰਿਨਸ ਅੱਛੇ ਸਿਧਾਂਤ ਦੱਸਦੇ ਹੋਈਏ ਵੀ ਮੇ ਬੀ ਸਰਵਿੰਗ ਗੋਡ ਇਨ ਆਵਰ ਸਪਿਰਚੁਅਲ ਗਿਫਟਸ ਜਾਂ ਅਸੀਂ ਜਿਹੜਾ ਪਰਮੇਸ਼ਵਰ ਸਾਨੂੰ ਰੂਹਾਨੀ ਤੋਹਫੇ ਦਿੱਤੇ ਨੇ ਉਹਨਾਂ ਦੇ ਜ਼ਰੀਏ ਸੇਵਾ ਕਰਦੇ ਹੋਈਏ ਆਲ ਦੀਸ ਥਿੰਗਸ ਆਰ ਗੁੱਡ ਇਹ ਸਾਰੇ ਅੱਛੇ ਚੀਜ਼ਾਂ ਨੇ ਬਟ ਦ ਕੋਰ ਇਸ਼ੂ ਇਜ਼ ਵਾਟ ਇਜ਼ ਯੋਰ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਪਰ ਜਿਹੜਾ ਨਿਚੋੜ ਦੀ ਗੱਲ ਹੈਗੀ ਏ ਤੁਹਾਡਾ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਨਾਤਾ ਹੈਗਾ ਹੇਅਰ ਇਨ ਜੌਨ 21 ਵੀ ਫਾਈਂਡ ਪੀਟਰ ਅਤੇ ਯੋਹਨਾ 21 ਚ ਅਸੀਂ ਪਤਰਸ ਦੇ ਬਾਰੇ ਦੇਖਦੇ ਹਾਂ ਹੀ ਵਾਸ ਵਿਦ ਲਾਰਡ ਜੀਸਸ ਫॉर ਮੋਰ ਦੈਨ 3 ਇਅਰਸ ਉਹ ਪ੍ਰਭੂ ਯਿਸੂ ਮਸੀਹ ਨਾਲ 3 ਸਾਲ ਤੱਕ ਸੀਗਾ ਹੀ ਵਾਸ ਅ ਲੀਡਰ ਆਫ ਦੀ ਅਪੋਸਲਸ ਉਹ ਸਾਰੇ ਚੇਲਿਆਂ ਦਾ ਆਪਣਾ ਲੀਡਰ ਸੀਗਾ ਹੀ ਵਾਸ ਦੇਅਰ ਸਪੋਕਸਮੈਨ ਉਹ ਉਹਨਾਂ ਦਾ ਕਿਹਨਾਂ ਨੇ ਬੜਬੋਲਾ ਬੋਲਣ ਵਾਲਾ ਸੀਗਾ ਹੀ ਵਾਸ ਵਨ ਆਫ ਦ 3 ਆਫ ਦੀ ਇਨਰ ਸਰਕਲ ਆਫ ਡਿਸਾਈਪਲਸ ਉਹ ਜਿਹੜੇ 3 ਚੇਲੇ ਖਾਸ ਪ੍ਰਭੂ ਯਿਸੂ ਮਸੀਹ ਦੇ ਕਰੀਬੀ ਸੀਗਾ ਉਹਨਾਂ 'ਚ ਇੱਕ ਸੀਗਾ ਇਨ ਦ ਲਿਸਟ ਆਫ ਅਪੋਸਲਸ ਆਲਵੇਸ ਦ ਫਸਟ ਨੇਮ ਇਜ਼ ਪੀਟਰ ਜਦੋਂ ਆਪਾਂ ਚੇਲਿਆਂ ਦਾ ਨਾਂ ਲਿਆ ਜਾਂਦਾ ਪ੍ਰੇਰਿਤਾਂ ਦਾ ਉਦੋਂ ਪਤਰਸ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਹੀ ਵਾਸ ਓਨਲੀ ਵਨ ਮੈਨ ਟੂ ਵਾਕ ਔਨ ਵਾਟਰ ਉਹ ਇਕੱਲਾ ਇਨਸਾਨ ਸੀਗਾ ਜਿਹੜਾ ਕਿ ਪਾਣੀ ਤੇ ਚੱਲਿਆ ਵੈਰੀ ਇੰਪਲਸਿਵ ਉਹ ਬੜਾ ਹੀ ਭਾਵੁਕ ਇਨਸਾਨ ਸੀ ਵੈਰੀ ਬੋਲਡ ਸਮਟਾਈਮਸ ਕਈ ਵਾਰੀ ਬੜਾ ਦਲੇਰ ਵੀ ਹੁੰਦਾ ਸੀ ਹੀ ਟੁਕ ਦ ਸਵੋਰਡ ਟੂ ਫਾਈਟ ਅਗੇਂਸਟ ਦ ਪੀਪਲ ਹੂ ਕੇਮ ਟੂ ਅਰੈਸਟ ਲਾਰਡ ਜੀਸਸ ਕ੍ਰਾਈਸਟ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਕੈਦ ਕਰਨ ਵਾਸਤੇ ਆਏ ਉਹਨਾਂ ਖਿਲਾਫ ਉਹਨਾਂ ਤੋਂ ਉਹਨੇ ਤਲਵਾਰ ਚੱਕ ਲਈ ਆਲਸੋ ਨੋਨ ਫਾਰ ਹਿਸ ਵੀਕਨੈਸ ਉਹ ਆਪਣੀ ਕਮਜ਼ੋਰੀਆਂ ਕਰਕੇ ਵੀ ਜਾਣੇ ਜਾਂਦਾ ਸੀ ਡਿਨਾਈਡ ਕ੍ਰਾਈਸਟ 3 ਟਾਈਮਸ ਉਹਨੇ ਪ੍ਰਭੂ ਯਿਸੂ ਮਸੀਹ ਦਾ 3 ਵਾਰ ਇਨਕਾਰ ਕੀਤਾ ਇਨ ਐਕਟਿੰਗ ਇਨ ਡਿਸਓਬੀਡੀਐਂਸ ਐਂਡ ਫੀਅਰ ਉਹਨੇ ਡਰ ਤੇ ਆਪਣਾ ਨਾ ਆਗਿਆਕਾਰਤਾ ਕੀਤੀ ਇਨ ਜੌਨ 21 ਯੋਹੰਨਾ 21 ਚ ਵੀ ਫਾਈਂਡ ਪੀਟਰ ਆਫਟਰ ਡਿਨਾਈਂਗ ਦ ਲਾਰਡ ਐਂਡ ਹੀ ਵਾਸ ਲਿਵਿੰਗ ਇਨ ਸ਼ੇਮ ਆਫ ਡਿਨਾਈਂਗ ਹਿਮ ਹਿਸ ਸੇਵੀਅਰ ਅਸੀਂ ਪਤਰਸ ਨੂੰ ਉਸ ਜਗ੍ਹਾ ਪਾਉਂਦੇ ਹਾਂ ਜਦੋਂ ਪਰਮੇਸ਼ਵਰ ਦਾ 3 ਵਾਰ ਇਨਕਾਰ ਕਰ ਬੈਠਾ ਸੀ ਤੇ ਇੱਕ ਸ਼ਰਮਨਾਕ ਜੀਵਨ ਜੀ ਰਿਹਾ ਸੀ ਵੀ ਸਟਿਲ ਨੋ ਹੀ ਬਿਲੀਵਡ ਇਨ ਦ ਲਾਰਡ ਜੀਸਸ ਬਿਕੋਜ਼ ਆਫਟਰ ਹੀ ਰੀਅਲਾਈਜ਼ਡ ਹੀ ਹੈਡ ਡਿਨਾਈਡ ਹਿਮ ਹੀ ਵੈਂਟ ਆਊਟ ਐਂਡ ਕ੍ਰਾਈਡ ਬਿਟਰਲੀ ਇਨ ਰਿਪੈਂਟੈਂਸ ਅਸੀਂ ਸਾਨੂੰ ਇਹ ਚੀਜ਼ ਦਾ ਪਤਾ ਕਿ ਉਹਨੂੰ ਦਿਲੋਂ ਅਹਿਸਾਸ ਸੀਗਾ ਕਿ ਉਹਨੇ ਪਰਮੇਸ਼ਵਰ ਨੂੰ ਗਲਤ ਆਪਣਾ ਨਕਾਰਿਆ ਹੈ ਕਿਉਂਕਿ ਜਦੋਂ ਉਹਨੇ 3 ਵਾਰ ਨਕਾਰਿਆ ਫਿਰ ਬੜੀ ਬੁਰੀ ਤਰ੍ਹਾਂ ਜਾ ਕੇ ਵਿਚਾਰਾ ਪਛਤਾਵਾ ਕੀਤਾ ਤੇ ਰੋਇਆ ਇਨ ਦਿਸ ਚੈਪਟਰ ਫੋਰ ਸਮ ਰੀਜ਼ਨ ਹੀ ਇਜ਼ ਵੈਰੀ ਫੀਲਿੰਗ ਵੈਰੀ ਸ਼ੇਮਫੁਲ ਟੂ ਸੀ ਲਾਰਡ ਜੀਸਸ ਕ੍ਰਾਈਸਟ ਇਹ ਜਿਹੜਾ ਆਪਣਾ ਚੈਪਟਰ ਅਸੀਂ 21 ਵਾਰ ਦੇਖ ਰਹੇ ਹਾਂ ਤੇ ਦੱਸਦਾ ਹੈ ਕਿ ਉਹ ਪ੍ਰਭੂ ਯਿਸੂ ਮਸੀਹ ਜਦੋਂ ਦੇਖਦਾ ਹੈ ਉਹ ਬਹੁਤ ਹੀ ਸ਼ਰਮਸਾਰ ਹੁੰਦਾ ਐਂਡ ਵਿਲ ਸੀ ਇਨ ਦ ਸੇਮ ਚੈਪਟਰ ਹਾਊ ਦ ਲਾਰਡ ਰੈਸਟੋਰਸ ਹਿਮ ਐਂਡ ਵੀ ਕੈਨ ਲਰਨ ਫਰੋਮ ਦੈਟ ਤੇ ਆਪਾਂ ਐਸੀ ਚੈਪਟਰ ਦੇਖਾਂਗੇ ਕਿਵੇਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਉਹਨੂੰ ਆਪਣੇ ਨੇੜੇ ਫੇਰ ਲਿਆਉਂਦੇ ਨੇ ਤੇ ਉਹਨਾਂ ਦਾ ਜਿਹੜਾ ਨਾਤਾ ਹੁੰਦਾ ਹੈ ਉਹ ਦੁਬਾਰਾ ਪਹਿਲੇ ਵਰਗਾ ਹੋ ਜਾਂਦਾ ਸੋ ਵੀ ਗੋ ਬੈਕ ਟੂ ਵਰਸ 1 ਤੇ ਆਪਾਂ ਦੁਬਾਰਾ ਪਹਿਲਾ ਵਰਸ ਦੇਖਾਂਗੇ ਆਫਟਰ ਥੀਸ ਥਿੰਗਸ ਜੀਸਸ ਸ਼ੂਡ ਹਿਮਸੈਲਫ ਟੂ ਹਿਸ ਡਿਸਾਈਪਲਸ ਐਟ ਦ ਸੀ ਆਫ ਟਾਈਬੀਰੀਅਸ ਐਂਡ ਔਨ ਦਿਸ ਵਾਈਸ ਸ਼ੂਡ ਹੀ ਹਿਮਸੈਲਫ ਇਨ ਬਾਤੋਂ ਕੇ ਬਾਅਦ ਯਿਸੂ ਨੇ ਆਪਣੇ ਆਪ ਕੋ ਟਾਈਬੇਰੀਅਸ ਝੀਲ ਕੇ ਕਿਨਾਰੇ ਚੇਲੋ ਪਰ ਪ੍ਰਗਟ ਕੀਆ ਔਰ ਇਸ ਰੀਤੀ ਸੇ ਪ੍ਰਗਟ ਕੀਆ ਦ ਸਿਚੁਏਸ਼ਨ ਇਜ਼ ਦਿਸ ਜਿਹੜੇ ਹਾਲਾਤ ਹੈਗੇ ਨੇ ਇਸ ਤਰ੍ਹਾਂ ਦੇ ਨੇ ਲਾਰਡ ਜੀਸਸ ਕ੍ਰਾਈਸਟ ਹੈਜ਼ ਰਿਜ਼ਨ ਫਰੋਮ ਦ ਡੈਡ ਪ੍ਰਭੂ ਯਿਸੂ ਮਸੀਹ ਮੁਰਦੇ ਜੋ ਜੀ ਉੱਠੇ ਹੀ ਹੈਜ਼ ਆਲਰੇਡੀ ਅਪੀਅਰਡ ਟੂ ਦ ਡਿਸਾਈਪਲਸ 2 ਟਾਈਮਸ ਉਹ ਇਸ ਤੋਂ ਪਹਿਲੇ 2 ਵਾਰੀ ਚੇਲਿਆਂ ਸਾਹਮਣੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਈਵਨ ਆਫਟਰ ਦੈਟ ਇਸ ਤੋਂ ਪਹਿਲੇ ਕੀ ਪੀਟਰ ਡਿਸਾਈਡਸ ਟੂ ਗੋ ਫਿਸ਼ਿੰਗ ਫੇਰ ਵੀ ਪਤਰਸ ਜਿਹੜਾ ਹੈਗਾ ਹੈ ਉਹ ਆਪਣੇ ਪੁਰਾਣੇ ਕੰਮ ਮਛਲੀਆਂ ਪਕੜਨ ਚਲਾ ਜਾਂਦਾ ਐਂਡ ਟੋਟਲੀ ਡਿਸਰੀਗਾਰਡਿੰਗ ਦ ਗ੍ਰੇਟ ਮਿਰੇਕਲ ਵਿਚ ਹੈਡ ਟੇਕਨ ਪਲੇਸ ਤੇ ਜਿਹੜਾ ਇੰਨਾ ਮਹਾਨ ਅਜੂਬਾ ਹੋਇਆ ਸੀ ਉਹਨੂੰ ਵੀ ਉਹਨੇ ਨਜ਼ਰ ਅੰਦਾਜ਼ ਕਰਤਾ ਦ ਸੈਕਿੰਡ ਵਰਸ ਦੇ ਵੇਰ ਟੁਗੇਦਰ ਸਾਈਮਨ ਪੀਟਰ ਥੋਮਸ ਕਾਲ ਡਿਡੀਮਸ ਨਥਾਨੀਅਲ ਆਫ ਕੈਨਾ ਇਨ ਗੈਲੇਲੀ ਐਂਡ ਦ ਸਨਸ ਆਫ ਜ਼ਬਡੀ ਐਂਡ 2 ਅਦਰ ਆਫ ਹਿਸ ਡਿਸਾਈਪਲਸ ਉਹ ਕਹਿੰਦਾ ਸ਼ਮੋਨ ਪਤਰਸ ਔਰ ਥੋਮਾ ਜੋ ਦੀਮਸ ਕਹਿਲਾਤਾ ਹੈ ਔਰ ਗਲੀਲ ਕੇ ਕਾਨਾ ਨਗਰ ਕਾ ਨਥਾਨੀਅਲ ਔਰ ਜਬਦੀ ਕੇ ਪੁੱਤਰ ਔਰ ਉਸਕੇ ਚੇਲੋ ਮੇ ਸੇ 2 ਔਰ ਜਨ ਇਕੱਠੇ ਥੇ ਨੈਕਸਟ ਵਰਸ ਹੀ ਸੇਸ ਐਂਡ ਸਾਈਮਨ ਪੀਟਰ ਸੇਸ ਟੂ ਦੇਮ ਆਈ ਐਮ ਗੋਇੰਗ ਫਿਸ਼ਿੰਗ ਔਰ ਸ਼ਮੋਨ ਪਤਰਸ ਨੇ ਉਨਸੇ ਕਹਾ ਮੈਂ ਮਛਲੀ ਪਕੜਨੇ ਕੋ ਜਾਤਾ ਹੂੰ ਰਿਮੈਂਬਰ ਪੀਟਰ ਇਜ਼ ਅ ਲੀਡਰ ਐਂਡ ਸੋ ਆਲ ਦ ਡਿਸਾਈਪਲਸ ਸੇ ਵੀਲ ਆਲਸੋ ਗੋ ਵਿਦ ਯੂ ਜਿਵੇਂ ਆਪਾਂ ਦੇਖਿਆ ਕਿ ਜਿਹੜਾ ਪਤਰਸ ਸੀਗਾ ਉਹ ਸਾਰੇ ਚੇਲਾ ਲੀਡਰ ਸੀ ਤੇ ਬਾਕੀ ਚੇਲੇ ਕਹਿੰਦੇ ਅਸੀਂ ਵੀ ਤੇਰੇ ਨਾਲ ਜਾਂਦੇ ਆ ਦੇ ਗੋ ਆਲ ਨਾਈਟ ਐਂਡ ਦੇ ਕੈਚ ਨਥਿੰਗ
ਤੇ ਸਾਰੀ ਰਾਤ ਉਹ ਮੱਛਲੀ ਪਕੜਨ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹਨਾਂ ਨੇ ਕੋਈ ਮੱਛਲੀ ਨਹੀਂ ਪਕੜੀ ਯੂ ਨੋ ਪੀਟਰ ਸੇਇੰਗ ਆਈ ਐਮ ਟੂ ਸ਼ੇਮਫੁਲ ਟੂ ਸੀ ਦ ਲਾਰਡ ਹੀ ਹੈਜ਼ ਕਮ ਬੈਕ ਫਰੋਮ ਦ ਡੈਡ ਵਟ ਫੇਸ ਸ਼ੈਲ ਆਈ ਸੋ ਹਿਮ ਆਈ ਐਮ ਗੋਇੰਗ ਬੈਕ ਟੂ ਮਾਈ ਓਲਡ ਬਿਜ਼ਨਸ ਆਈ ਕੈਨੋਟ ਫੇਸ ਹਿਮ ਪਤਰਸ ਕਹਿੰਦਾ ਕਿ ਮੈਂ ਇੰਨਾ ਸ਼ਰਮਸਾਰ ਹੈਗਾ ਵਾਂ ਕਿ ਉਹਨਾਂ ਨੂੰ ਆਪਣਾ ਪ੍ਰਭੂ ਯਸ਼ੂ ਮਸੀਹ ਜਿਹੜੇ ਮੁਰਦਿਆਂ 'ਚੋਂ ਜੀ ਉੱਠੇ ਨੇ ਉਹਨਾਂ ਨੂੰ ਆਪਣੀ ਮੈਂ ਸ਼ਕਲ ਨਹੀਂ ਦਿਖਾ ਸਕਦਾ ਇਸ ਕਰਕੇ ਮੈਂ ਆਪਣਾ ਜਿਹੜਾ ਪੁਰਾਣਾ ਕੰਮ ਕਰਦਾ ਸੀ ਮੱਛਲੀ ਪਕੜਨ ਦਾ ਉੱਥੇ ਚਲਾ ਜਾਂਦਾ ਇਟਸ ਸਪੈਕੂਲੇਟਿਵ ਔਨ ਮਾਈ ਪਾਰਟ ਬਟ ਦਿਸ ਇਜ਼ ਹਾਊ ਆਈ ਥਿੰਕ ਇਟ ਫਿੱਟਸ ਇਨ ਦ ਸਟੋਰੀ ਇਹ ਮੈਂ ਆਪਣੇ ਵੱਲੋਂ ਕਹਿ ਰਿਹਾ ਪਰ ਮੇਰੇ ਹਿਸਾਬ ਨਾਲ ਜੋ ਹੈ ਆਪਣਾ ਵਾਕਿਆ ਚੱਲ ਰਿਹਾ ਉਹਦੇ ਨਾਲ ਮੇਲ ਖਾਂਦਾ ਹੀ ਇਜ਼ ਆਈ ਐਮ ਫੇਲਿਊਰ ਐਜ਼ ਐਨ ਅਪੋਸਲ ਉਹ ਕਹਿੰਦਾ ਕਿ ਮੈਂ ਪ੍ਰੇਰਿਤ ਦੇ ਨਾਮ ਤੇ ਫੇਲ ਹੋ ਗਿਆ ਆਈ ਐਮ ਅ ਫੇਲਿਊਰ ਐਜ਼ ਅ ਲੀਡਰ ਮੈਂ ਜਿਹੜਾ ਆਪਣਾ ਲੀਡਰ ਦੇ ਨਾਂ 'ਤੇ ਫੇਲ ਹੋ ਗਿਆ ਦ ਲਾਰਡ ਵਾਜ਼ ਐਕਸਪੈਕਟਿੰਗ ਸੋ ਮਚ ਫਰੋਮ ਮੀ ਆਈ ਡਿਨਾਈਡ ਹਿਮ ਪਰਮੇਸ਼ਵਰ ਮੇਰੇ ਕੋਲ ਬਹੁਤ ਚੀਜ਼ ਦੀ ਉਮੀਦ ਕਰਦੇ ਸੀ ਤੇ ਮੈਂ ਉਹਨਾਂ ਦਾ ਨਕਾਰ ਕੀਤਾ ਐਂਡ ਕਰਸਡ ਹਿਮ ਸੌਰੀ ਐਂਡ ਕਰਸਡ ਹਿਮ ਤੇ ਉਹਨਾਂ ਨੂੰ ਕਰਸ ਵੀ ਕੀਤਾ ਨਾਓ ਆਈ ਕੈਨੋਟ ਫੇਸ ਹਿਮ ਹੁਣ ਮੈਂ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ ਲੈਟ ਮੀ ਗੋ ਬੈਕ ਟੂ ਮਾਈ ਓਲਡ ਬਿਜ਼ਨਸ ਇਸ ਕਰਕੇ ਮੈਂ ਵਾਪਸ ਆਪਣੇ ਪੁਰਾਣੇ ਵਪਾਰ ਚਲੇ ਜਾਂਦਾ ਦੈਟ ਵਾਸ ਦ ਬੈਸਟ ਥਿੰਗ ਆਈ ਵਾਸ ਡੂਇੰਗ ਉਹ ਬਿਹਤਰ ਕੰਮ ਸੀਗਾ ਜਿਹੜਾ ਮੈਂ ਕਰਦਾ ਸੀ ਪੀਟਰ ਬੀਇੰਗ ਦ ਲੀਡਰ ਅਦਰਸ ਨੈਵਰ ਕੁਐਸਚਨ ਹਿਮ ਦੇ ਫਾਲੋ ਹਿਮ ਕਿਉਂਕਿ ਪਤਰਸ ਉਹਨਾਂ ਦਾ ਅਧਿਆਕਸ਼ ਸੀਗਾ ਇਸ ਕਰਕੇ ਬਾਕੀਆਂ ਵੀ ਉਹਦੇ ਪਿੱਛੇ ਹੋ ਲਏ ਦੇ ਟ੍ਰਾਈਡ ਆਲ ਨਾਈਟ ਉਹਨਾਂ ਨੇ ਸਾਰੀ ਰਾਤ ਕੋਸ਼ਿਸ਼ ਕੀਤੀ ਬਟ ਦੇ ਡਿਡਨਟ ਗੈਟ ਐਨੀਥਿੰਗ ਪਰ ਕੁਝ ਨਹੀਂ ਮਿਲਿਆ ਆਈ ਥਿੰਕ ਦ ਲਾਰਡ ਟੋਲਡ ਦ ਫਿਸ਼ ਡੋਨਟ ਕਮ ਨੀਅਰ ਦ ਨੈਟ ਮੇਬੀ ਮੈਂ ਸੋਚਦਾ ਸ਼ਾਇਦ ਪ੍ਰਭੂ ਯਸ਼ੂ ਮਸੀਹ ਨੇ ਮੱਛਲੀ ਨੂੰ ਕਿਹਾ ਕਿ ਜਾਲ ਦੇ ਕੋਲ ਨਾ ਜਾਣਾ ਦ ਨੈਕਸਟ ਵਰਸ ਦ ਬਾਈਬਲ ਸੇਜ਼ ਅਰਲੀ ਮਾਰਨਿੰਗ ਲਾਰਡ ਜੀਸਸ ਸਟੂਡ ਔਨ ਦ ਸ਼ੋਰ ਤੇ ਅਗਲਾ ਆਪਣਾ ਪਰਮੇਸ਼ਵਰ ਦਾ ਵਚਨ ਕਹਿੰਦਾ ਬੋਰ ਹੋਤੇ ਹੀ ਯਸ਼ੂ ਕਿਨਾਰੇ ਪਰ ਖੜਾ ਹੁਆ ਦ ਬੈਸਟ ਟਾਈਮ ਟੂ ਮੀਟ ਗੋਡ ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ ਇਜ਼ ਅਰਲੀ ਮਾਰਨਿੰਗ ਜੇ ਆਪਾਂ ਜਿਹੜਾ ਸਭ ਤੋਂ ਉੱਤਮ ਸਮੇਂ ਪਰਮੇਸ਼ਵਰ ਨੂੰ ਮਿਲਣ ਦਾ ਉਹ ਸਵੇਰ ਸਵੇਰ ਹੈਗੀ ਹੈ ਦ ਬਾਈਬਲ ਡਸਨਟ ਸਪੈਸੀਫਿਕਲੀ ਟੈਲ ਯੂ ਦੈਟ ਪਰਮੇਸ਼ਵਰ ਦਾ ਵਚਨ ਇਸ ਬਾਰੇ ਖਾਸ ਤੌਰ ਤੇ ਬਿਆਨ ਤਾਂ ਨਹੀਂ ਕਰਦਾ ਬਟ ਯੂ ਹੈਵ ਟੂ ਲਰਨ ਫਰਮ ਦ ਮੈਨ ਆਫ ਗੋਡ ਹੂ ਡਿਡ ਇਟ ਪਰ ਆਪਾਂ ਨੂੰ ਜਿਹੜੇ ਪਰਮੇਸ਼ਵਰ ਦੇ ਹੋਰ ਲੋਕ ਸੀਗੇ ਜਿਨ੍ਹਾਂ ਨੇ ਜਿਵੇਂ ਆਪਣਾ ਜੀਵਨ ਬਿਤਾਇਆ ਉਹਨਾਂ ਨਾਲ ਸਿੱਖ ਸਕਦੇ ਹਾਂ ਅਬਰਾਹਮ ਡਿਡ ਇਟ ਇਬਰਾਹਿਮ ਨੇ ਕੀਤਾ ਪ੍ਰੋਫਿਟਸ ਡਿਡ ਇਟ ਜਿਨ੍ਹਾਂ ਨਬੀ ਸੀ ਉਹਨਾਂ ਨੇ ਕੀਤਾ ਲਾਰਡ ਜੀਸਸ ਡਿਡ ਇਟ ਪ੍ਰਭੂ ਯਿਸੂ ਮਸੀਹ ਨੇ ਕੀਤਾ ਪੌਲ ਡਿਡ ਇਟ ਪੌਲਸ ਨੇ ਕੀਤਾ ਵੀ ਹੈਵ ਨੋ ਐਕਸਕਿਊਜ਼ਸ ਇਸ ਕਰਕੇ ਸਾਡੇ ਕੋਲ ਕੋਈ ਬਹਾਨਾ ਨਹੀਂ ਹੈਗਾ ਸਮ ਪੀਪਲ ਸੇ ਓ ਬ੍ਰਦਰ ਆਈ ਐਮ ਨਾਟ ਅ ਮਾਰਨਿੰਗ ਪਰਸਨ ਯੂ ਨੋ ਆਈ ਲਾਈਕ ਟੂ ਸਲੀਪ ਰਿਲੈਕਸ ਇਨ ਦ ਬੈਡ ਐਂਡ ਗੈਟ ਅਪ ਐਂਡ ਆਲ ਦਿਸ ਨੋ ਸੱਚ ਐਕਸਕਿਊਜ਼ ਵਿਲ ਵਰਕ ਵਿਦ ਗੋਡ ਰਿਮੈਂਬਰ ਦੈਟ ਕੁਝ ਲੋਕ ਕਹਿੰਦੇ ਨੇ ਮੈਂ ਸਵੇਰੇ ਜਲਦੀ ਉੱਠਣ ਵਾਲਾ ਜੋ ਨਹੀਂ ਹੈਗਾ ਪਰ ਇਹ ਕੋਈ ਆਪਣਾ ਬਹਾਨਾ ਨਹੀਂ ਦੇਣ ਦਾ ਫਾਇਦਾ ਦ ਗ੍ਰੀਕ ਵਰਡ ਫਾਰ ਮਾਰਨਿੰਗ ਇਜ਼ ਪ੍ਰੋਈਆ ਜਿਹੜਾ ਗ੍ਰੀਕ ਵਰਡ ਸਵੇਰ ਵਾਸਤੇ ਹੈਗਾ ਉਹ ਮੋਈਆ ਹੈਗਾ ਪ੍ਰੋਈਆ 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 ਮੀਨਸ ਅਰਲੀ ਮਾਰਨਿੰਗ ਇਹਨਾਂ ਮਤਲਬ ਸਵੇਰ ਸਵੇਰੇ ਦ ਸ਼ੌਕ ਦ ਗ੍ਰੇਟੈਸਟ ਵੰਡਰ ਇਜ਼ ਹੇਅਰ ਇਜ਼ ਦੇ ਕੁਡ ਨਾਟ ਰੈਕਗਨਾਈਜ਼ ਲਾਰਡ ਜੀਸਸ ਕ੍ਰਾਈਸਟ ਜਿਹੜਾ ਸਭ ਤੋਂ ਵੱਡੀ ਅਜੂਬੇ ਵਾਲੀ ਗੱਲ ਹੈਗੀ ਹੈ ਕਿ ਚੇਲੇ ਜਿਹੜੇ ਹੈਗੇ ਨੇ ਉਹ ਪ੍ਰਭੂ ਯਸ਼ੂ ਮਸੀਹ ਨੂੰ ਪਹਿਚਾਨ ਨਹੀਂ ਪਾਏ ਮਾਈ ਟੇਕ ਔਨ ਦਿਸ ਇਜ਼ ਦਿਸ ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ ਲਿਸਨ ਕੇਅਰਫੁਲੀ ਟੂ ਮੀ ਜਿਹੜਾ ਮੈਂ ਵਚਨ ਮੈਂ ਸਮਝ ਰਿਹਾ ਉਹਦਾ ਮਤਲਬ ਹੈਗਾ ਇਫ ਵੀ ਡੋਂਟ ਹੈਵ ਅ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਈਵਨ ਇਫ ਹੀ ਸਟੈਂਡਿੰਗ ਨੈਕਸਟ ਟੂ ਯੂ ਯੂ ਵਿਲ ਨਾਟ ਰੈਕਗਨਾਈਜ਼ ਹਿਮ ਜੇ ਸਾਡਾ ਉਹਨਾਂ ਨਾਲ ਨਾਤਾ ਨਹੀਂ ਹੈਗਾ ਭਾਵੇਂ ਉਹ ਸਾਡੇ ਬਿਲਕੁਲ ਨਾਲ ਖਲੋਤੇ ਨੇ ਫਿਰ ਵੀ ਅਸੀਂ ਉਹਨਾਂ ਨੂੰ ਪਹਿਚਾਨਾਂਗੇ ਨਹੀਂ ਹੀ ਵਿਲ ਪਾਸ ਬਾਏ ਐਂਡ ਵੀ ਵਿਲ ਨਾਟ ਈਵਨ ਨੋ ਇਟ ਉਹ ਸਾਡੇ ਕੋਲੋਂ ਦੇ ਲੰਘ ਜਾਣਗੇ ਪਰ ਸਾਨੂੰ ਪਤਾ ਵੀ ਲੱਗੇਗਾ Do you realize what I am saying? Kya tu samajh raha hu main ki keh raha hu? I am listen to me carefully again. Mere gal nu dhyan na suno. If we don't have a relationship with Christ, even if you are standing next to you will not recognize him. Je sada unna nata nahi hega te paave sade bilkul naal khade hon bagal ich phir us unna nu pehchan nahi paawange. Just imagine the Israelites. Israeliya bare socho. Great 10 great plagues and delivered from Egypt. ਕਿ ਪਰਮੇਸ਼ੁਰ ਨੇ 10 ਵੱਡੇ ਜਿਹੜੇ ਆਪਣਾ ਪਲੇਗ ਭੇਜ ਕੇ ਉਹਨਾਂ ਨੂੰ ਮਿਸਰ ਤੋਂ ਛੁਟਕਾਰਾ ਦਿਆਇਆ ਡਿਵਾਈਡਿੰਗ ਦ ਰੈਡ ਸੀ ਉਹਨਾਂ ਨੇ ਲਾਲ ਸਮੁੰਦਰ ਦੋ ਹਿੱਸੇ ਕਰਦੇ ਵਾਟਰ ਫਰੋਮ ਦੀ ਰੌਕ ਚਟਾਨ ਚੋਂ ਪਾਣੀ ਨਿਕਾਲਤਾ ਕਲਾਊਡ ਬਾਈ ਡੇ ਐਂਡ ਫਾਇਰ ਬਾਈ ਨਾਈਟ ਦਿਨ 'ਚ ਬੱਦਲ ਤੇ ਰਾਤ ਦੇ ਟਾਈਮ ਆਪਣਾ ਅੱਗ ਦਾ ਪਿੱਲਰ ਸੀਗੇ ਬਟ ਦੇ ਡਿਡ ਨਾਟ ਨੋ ਗੋਡ ਪਰ ਉਹ ਫਿਰ ਵੀ ਰੱਬ ਨੂੰ ਜਾਣਦੇ ਨਹੀਂ ਸੀ ਵਾਟ ਅ ਸੈਡ ਥਿੰਗ ਕਿੰਨੇ ਸ਼ੋਕ ਦੀ ਗੱਲ ਹੈ ਦੇ ਵਰ ਕੰਪਲੇਨਿੰਗ ਅਬਾਊਟ ਐਵਰੀਥਿੰਗ ਉਹ ਹਰ ਚੀਜ਼ ਦੀ ਆਪਣਾ ਉਲਾਹਣਾ ਦਿੰਦੇ ਸੀ ਰਿਲੇਸ਼ਨਸ਼ਿਪ ਕਮਸ ਫਰੋਮ ਮਿਊਚੁਅਲ ਟਰਸਟ ਜਿਹੜਾ ਆਪਸ ਦਾ ਰਿਸ਼ਤਾ ਹੈਗਾ ਹੈ ਦੋਨਾਂ ਦੇ ਵਿਸ਼ਵਾਸ ਤੇ ਆਧਾਰਿਤ ਹੈ ਵੀ ਹੈਵ ਟੂ ਟਰਸਟ ਗੋਡ ਐਂਡ ਗੋਡ ਹੈਜ਼ ਟੂ ਟਰਸਟ ਅਸ ਅਸੀਂ ਰੱਬ ਤੇ ਵਿਸ਼ਵਾਸ ਕਰੀਏ ਰੱਬ ਸਾਡੇ ਤੇ ਵਿਸ਼ਵਾਸ ਕਰੇ ਵੈਨ ਆਈ ਆਸਕ ਯੂ ਵਾਟ ਇਜ਼ ਲਵ ਸਮਬਡੀ ਸੈਡ ਟਰਸਟ ਮੈਂ ਜਦੋਂ ਪੁੱਛਿਆ ਵੀ ਪ੍ਰੇਮ ਦਾ ਕੀ ਮਤਲਬ ਕਿਸੇ ਨੇ ਕਿਹਾ ਵਿਸ਼ਵਾਸ ਟਰਸਟ ਬਿਟਵੀਨ ਹਸਬੈਂਡ ਐਂਡ ਵਾਈਫ ਗਰੋਸ ਇਨ ਦ ਮੈਰਿਜ
ਜਦੋਂ ਅਸੀਂ ਇੱਕ ਦੂਜੇ 'ਤੇ ਭਰੋਸਾ ਕਰਨੇ ਹਾਂ ਤਾਂ ਸਾਡੇ ਜਿਹੜੀ ਸ਼ਾਦੀ ਹੈਗੀ ਹੈ ਇਨਸਾਨਾਂ ਦੀ ਉਹ ਅੱਗੇ ਵੱਧਦੀ ਹੈ। ਵਿਦਆਊਟ ਰਿਲੇਸ਼ਨਸ਼ਿਪ ਦੇਰ ਇਜ਼ ਨੋ ਟਰੱਸਟ। ਜੇ ਆਪਣਾ ਰਿਸ਼ਤਾ ਨਹੀਂ ਹੈਗਾ ਤਾਂ ਆਪਸ 'ਚ ਵਿਸ਼ਵਾਸ ਵੀ ਨਹੀਂ ਹੈਗਾ। ਹੀਅਰ ਦੇ ਆਰ ਅਨਏਬਲ ਟੂ ਰਿਕਗਨਾਈਜ਼ ਹਿਮ। ਇੱਥੇ ਜਿਹੜੇ ਚੇਲੇ ਹੈਗੇ ਨੇ ਉਹ ਪ੍ਰਭੂ ਨੂੰ ਪਹਿਚਾਣ ਵੀ ਨਹੀਂ ਪਾਏ। ਦ ਪਰਸਨ ਹੂ ਵਾਸ ਵਿਦ ਦੈਮ ਫੋਰ 3 ਇਅਰਸ। ਉਹ ਲੋਕ ਜਿਹੜੇ ਉਹਨਾਂ ਨਾਲ 3 ਸਾਲ ਲਗਾਤਾਰ ਸੀਗੇ। ਐਂਡ ਹੂ ਏਟ ਵਿਦ ਦੈਮ। ਜਿਨ੍ਹਾਂ ਨੇ ਪ੍ਰਭੂ ਨਾਲ ਰੋਟੀ ਖਾਧੀ। ਵਾਕਡ ਵਿਦ ਦੈਮ। ਜਿਨ੍ਹਾਂ ਨਾਲ ਸਫ਼ਰ ਕੀਤਾ। ਲਿਵਡ ਵਿਦ ਹਿਮ। ਉਹਨਾਂ ਨਾਲ ਜੀਵਨ ਬਿਤਾਇਆ। ਇਨੀਸ਼ੀਅਲੀ ਵੈਨ ਵੀ ਆਰ ਨਿਊ ਬਿਲੀਵਰਸ ਵੀ ਇੰਜੋਏ ਹਿਸ ਪ੍ਰੈਜ਼ੈਂਸ ਅ ਲੋਟ। ਜਦੋਂ ਅਸੀਂ ਨਵੇਂ ਨਵੇਂ ਮਸੀਹ ਜਬ ਆਉਂਦੇ ਹਾਂ ਤਾਂ ਸਾਨੂੰ ਪਰਮੇਸ਼ੁਰ ਦੀ ਮੌਜੂਦਗੀ ਦਾ ਕਾਫੀ ਅਹਿਸਾਸ ਹੁੰਦਾ ਹੈ। ਅਸੀਂ ਉਹਨਾਂ ਦਾ ਸਪਰਸ਼ ਮਹਿਸੂਸ ਕਰਦੇ ਹਾਂ। ਐਸ ਟਾਈਮ ਪਾਸਸ ਬਾਈ। ਜਿਵੇਂ ਸਮੇਂ ਵਧਦਾ ਹੈ। ਵੀ ਹੈਵ ਟੂ ਟੇਕ ਦ ਨੈਕਸਟ ਸਟੈਪ। ਜ਼ਰੂਰੀ ਹੈ ਕਿ ਅਸੀਂ ਅਗਲਾ ਕਦਮ ਚੱਕੀਏ। ਵੀ ਹੈਵ ਟੂ ਗਿਵ ਹਿਮ ਟਾਈਮ। ਉਹਨਾਂ ਨੂੰ ਸਮੇਂ ਬਿਤਾਈਏ। ਵੀ ਹੈਵ ਟੂ ਰੀਡ ਹਿਸ ਵਰਡ। ਉਹਨਾਂ ਦਾ ਵਚਨ ਪੜ੍ਹੀਏ। ਵੀ ਹੈਵ ਟੂ ਡਿਵੈਲਪ ਅ ਰਿਲੇਸ਼ਨਸ਼ਿਪ ਜਸਟ ਲਾਈਕ ਮੈਰਿਜ। ਜਿਸ ਤਰ੍ਹਾਂ ਸ਼ਾਦੀ ਦਾ ਰਿਸ਼ਤਾ ਹੁੰਦਾ ਉਸ ਤਰ੍ਹਾਂ ਰਿਸ਼ਤੇ ਨੂੰ ਅੱਗੇ ਵਧਾਈਏ। ਵੀ ਹੈਵ ਟੂ ਸੈਕਰੀਫਾਈਜ਼ ਵਾਟਐਵਰ ਇਜ਼ ਨੈਸੈਸਰੀ ਟੂ ਡਿਵੈਲਪ ਦ ਰਿਲੇਸ਼ਨਸ਼ਿਪ। ਜੋ ਵੀ ਕਿਸੇ ਚੀਜ਼ ਦਾ ਬਲੀਦਾਨ ਕਰਨਾ ਪਏ ਉਹ ਕਰਕੇ ਅਸੀਂ ਉਹਨਾਂ ਨਾਲ ਨਾਤਾ ਬਣਾਈਏ। ਵੈਨ ਬਿਫੋਰ ਮੈਰਿਜ ਵੀ ਹੈਵ ਅ ਰਿਲੇਸ਼ਨਸ਼ਿਪ ਵਿਦ ਆਵਰ ਪੇਰੈਂਟਸ। ਸ਼ਾਦੀ ਤੋਂ ਪਹਿਲੇ ਸਾਡਾ ਮਾਂ ਪਿਓ ਨਾਲ ਨਾਤਾ ਹੁੰਦਾ ਹੈ। ਆਫਟਰ ਮੈਰਿਜ। ਸ਼ਾਦੀ ਤੋਂ ਬਾਅਦ ਦ ਰਿਲੇਸ਼ਨਸ਼ਿਪ ਹੈਸ ਟੂ ਸ਼ਿਫਟ ਟੂ ਦ ਵਾਈਫ ਔਰ ਹਸਬੈਂਡ। ਤੇ ਜਿਹੜਾ ਉਹ ਰਿਸ਼ਤਾ ਹੈਗਾ ਉਹ ਜ਼ਰੂਰ ਹੈ ਪਤੀ ਜਾਂ ਪਤਨੀ ਵੱਲ ਚੁੱਕੇ। ਬਟ ਇਟ ਡਜ਼ ਨਾਟ ਮੀਨ ਦੈਟ ਵੀ ਡੋਂਟ ਹੈਵ ਅ ਰਿਲੇਸ਼ਨਸ਼ਿਪ ਵਿਦ ਆਵਰ ਪੇਰੈਂਟਸ ਐਨੀ ਮੋਰ। ਪਰ ਇਹਦਾ ਮਤਲਬ ਨਹੀਂ ਸਾਡੇ ਮਾਤਾ ਪਿਤਾ ਨਾਲ ਰਿਸ਼ਤਾ ਨਹੀਂ ਹੈਗਾ। ਬਟ ਦ ਵਾਈਫ ਔਰ ਹਸਬੈਂਡ ਬਿਕਮਸ ਅ ਪ੍ਰਾਇਰਿਟੀ ਇਨ ਦ ਰਿਲੇਸ਼ਨਸ਼ਿਪ। ਪਰ ਨਾਤੇ 'ਚ ਪਤੀ ਜਾਂ ਪਤਨੀ ਜਿਹੜੇ ਹੈਗੇ ਨੇ ਉਹਨਾਂ ਦਾ ਰਿਸ਼ਤਾ ਬਿਤ ਅੱਗੇ ਅੱਗੇ ਹੁੰਦਾ ਹੈ। ਸਿਮੀਲਰਲੀ ਵੀ ਹੈਵ ਟੂ ਮੂਵ ਦੀ ਅਰਥਲੀ ਰਿਲੇਸ਼ਨਸ਼ਿਪ ਫਰੋਮ ਦੀ ਅਰਥਲੀ ਰਿਲੇਸ਼ਨਸ਼ਿਪ ਟੂ ਕ੍ਰਾਈਸਟ। ਇਸ ਕਰਕੇ ਜ਼ਰੂਰੀ ਹੈ ਅਸੀਂ ਜਿਹੜੇ ਸੰਸਾਰਿਕ ਰਿਸ਼ਤੇ ਹੈਗੇ ਨੇ ਉਹਨਾਂ ਤੋਂ ਅੱਗੇ ਵਧੀਏ ਪ੍ਰਭੂ ਵੱਲ। ਐਂਡ ਕ੍ਰਾਈਸਟ ਬਿਕਮਸ ਦ ਪ੍ਰਾਇਰਿਟੀ ਇਨ ਦ ਰਿਲੇਸ਼ਨਸ਼ਿਪ। ਤੇ ਸਾਰੇ ਰਿਸ਼ਤਿਆਂ 'ਚ ਜਿਹੜਾ ਪ੍ਰਭੂ ਦਾ ਰਿਸ਼ਤਾ ਹੈਗਾ ਉਹ ਸਭ ਤੋਂ ਅੱਗੇ ਹੈਗਾ। ਆਮੇਨ ਆਮੇਨ। ਐਂਡ ਦਿਸ ਰਿਲੇਸ਼ਨਸ਼ਿਪ ਹੈਸ ਟੂ ਹੈਵ ਦ ਹਾਈਐਸਟ ਪ੍ਰਾਇਰਿਟੀ ਇਨ ਆਵਰ ਲਾਈਫ। ਤੇ ਇਹ ਜਿਹੜਾ ਨਾਤਾ ਹੈਗਾ ਸਾਡੇ ਜੀਵਨ ਹੀ ਸਭ ਤੋਂ ਉੱਪਰਲਾ ਦਰਜਾ ਹੋਣਾ ਚਾਹੀਦਾ। ਦੇਰ ਕੈਨੋਟ ਬੀ ਐਨੀਥਿੰਗ ਅਬਾਊਟ ਇਟ। ਉਹਨਾਂ ਤੋਂ ਉਸ ਨਾਤੇ ਤੋਂ ਉੱਪਰ ਕੁਛ ਨਹੀਂ ਹੋਣਾ ਚਾਹੀਦਾ। ਨੋ ਵਾਈਫ ਔਰ ਹਸਬੈਂਡ। ਕੋਈ ਪਤੀ ਜਾਂ ਪਤਨੀ ਦਾ ਰਿਸ਼ਤਾ। ਨੋ ਚਾਈਲਡ। ਬੱਚੇ ਦਾ। ਨੋ ਵਰਕ। ਕੰਮ ਦਾ। ਨੋ ਬਿਜ਼ਨਸ। ਵਪਾਰ ਦਾ। ਨਥਿੰਗ ਕੈਨ ਬੀ ਹਾਇਰ ਦੈਨ ਦੈਟ। ਕੋਈ ਵੀ ਚੀਜ਼ ਪ੍ਰਭੂ ਦੇ ਰਿਸ਼ਤੇ ਤੋਂ ਉੱਪਰ ਨਹੀਂ ਹੋ ਸਕਦੀ। ਫੋਰ ਇਟ ਯੂ ਹੈਵ ਟੂ ਸੈਕਰੀਫਾਈਜ਼ ਐਵਰੀਥਿੰਗ। ਉਸ ਰਿਸ਼ਤੇ ਵਾਸਤੇ ਆਪਾਂ ਨੂੰ ਹਰ ਚੀਜ਼ ਬਲੀਦਾਨ ਕਰਨੀ ਚਾਹੀਦੀ ਹੈ। ਇਜ਼ ਦੈਟ ਨਾਟ ਦ ਡਿਸਕ੍ਰਿਪਸ਼ਨ ਆਫ ਲਵ। ਕਿਆ ਪ੍ਰੇਮ ਦੀ ਪਰਿਭਾਸ਼ਾ ਨਹੀਂ ਹੈਗੀ। ਵੈਨ ਆਈ ਆਸਕਡ ਯੂ ਵਾਟ ਇਜ਼ ਲਵ ਵਾਟ ਡਿਡ ਯੂ ਸੇ ਸੈਕਰੀਫਾਈਸ। ਜਦੋਂ ਮੈਂ ਤੁਹਾਨੂੰ ਪਿਆਰ ਦੀ ਪਰਿਭਾਸ਼ਾ ਪੁੱਛੀ ਤੁਸੀਂ ਕਿਹਾ ਉਹਨਾਂ 'ਚ ਬਲੀਦਾਨ ਸੀ। ਹੀਅਰ ਦੇ ਵੈਂਟ ਬੈਕ ਟੂ ਫਿਸ਼ਿੰਗ। ਇੱਥੇ ਦੁਬਾਰਾ ਮੱਛੀ ਪਕੜਨ ਚਲੇ ਗਏ। ਐਂਡ ਦੈਨ ਦੇ ਕੁਡ ਨਾਟ ਰਿਕਗਨਾਈਜ਼ ਲਾਰਡ ਜੀਸਸ ਕ੍ਰਾਈਸਟ। ਇਸ ਕਰਕੇ ਉਹ ਪ੍ਰਭੂ ਨੂੰ ਪਹਿਚਾਣ ਵੀ ਨਹੀਂ ਪਾਏ। ਸਮਥਿੰਗ ਟੂ ਸੀਰੀਅਸਲੀ ਥਿੰਕ ਅਬਾਊਟ। ਕਿ ਇਸ ਬਾਰੇ ਆਪਾਂ ਨੂੰ ਬੜੀ ਗੰਭੀਰਤਾ ਤੇ ਸੋਚਣਾ ਚਾਹੀਦਾ ਹੈ। ਐਸ ਵੀ ਗਰੋ ਇਨ ਆਵਰ ਸਪਿਰਚੁਅਲ ਲਾਈਫ। ਜਿਵੇਂ ਅਸੀਂ ਆਪਣੀ ਰੂਹਾਨੀ ਜੀਵਨ 'ਚ ਅੱਗੇ ਵਧਨੇ ਆ। ਔਰ ਟੂ ਪੁਟ ਇਟ ਇਨ ਅ ਡਿਫਰੈਂਟ ਵੇ ਐਸ ਟਾਈਮ ਪਾਸਸ ਇਨ ਆਵਰ ਸਪਿਰਚੁਅਲ ਲਾਈਫ। ਯਾ ਦੂਜਾ ਮਤਲਬ ਜਦੋਂ ਸਾਡੀ ਰੂਹਾਨੀ ਜ਼ਿੰਦਗੀ ਦਾ ਸਮੇਂ ਅੱਗੇ ਵਧਦਾ ਹੈ। ਵੀ ਸਟਾਰਟ ਟੂ ਲੂਜ਼ ਦ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ। ਅਸੀਂ ਪਰਮੇਸ਼ੁਰ ਦਾ ਜਿਹੜਾ ਸਾਡਾ ਜਿਹੜਾ ਨਾਤਾ ਹੈਗਾ ਉਹ ਕਮਜ਼ੋਰ ਪੈਂਦਾ ਜਾਂਦਾ ਹੈ। ਐਂਡ ਵੀ ਸਟਾਰਟ ਟੂ ਲੂਜ਼ ਸਾਈਟ ਆਫ ਹਿਮ। ਤੇ ਸਾਡੇ ਅਸੀਂ ਉਹਨਾਂ ਤੋਂ ਦੂਰ ਹੁੰਦੇ ਚਲੇ ਜਾਂਦੇ ਹਾਂ। ਇਟਸ ਸੈਡ ਬਟ ਟਰੂ। ਇਹ ਆਪਣਾ ਸ਼ੋਕ ਦੀ ਗੱਲ ਹੈ ਪਰ ਸੱਚਾਈ ਹੈ। ਨਾਓ ਵੀ ਗੋ ਟੂ ਜੌਨ 21:5। ਹੁਣ ਆਪਾਂ ਯੋਹਨਾ 21 ਦਾ 5 ਦੇਖਾਂਗੇ। ਐਂਡ ਜੀਸਸ ਸੇਥ ਅਨਟੂ ਥੈਮ ਚਿਲਡਰਨ ਹੈਵ ਯੂ ਐਨੀ ਮੀਟ। ਤਬ ਯੇਸ਼ੂ ਨੇ ਉਨਸੇ ਕਹਾ ਹੇ ਬਾਲਕੋ ਕਿਆ ਤੁਮਾਰੇ ਪਾਸ ਕੁਛ ਖਾਣੇ ਕੋ ਹੈ। ਦੇ ਆਨਸਰਡ ਹਿਮ ਨੋ। ਉਹਨਾਂ ਨੇ ਕਿਹਾ ਨਹੀਂ। ਪ੍ਰੋਬਬਲੀ ਦੇ ਥੌਟ ਦਿਸ ਗਾਈ ਹੈਸ ਕਮ ਟੂ ਬਾਈ ਸਮ ਫਿਸ਼। ਉਹਨਾਂ ਨੇ ਸ਼ਾਇਦ ਸੋਚਿਆ ਵੀ ਇਹ ਜਿਹੜਾ ਬੰਦਾ ਹੈਗਾ ਕੁਛ ਮੱਛਲੀਆਂ ਖਰੀਦਣ ਆਇਆ। ਹਾਊ ਮੈਨੀ ਆਫ ਯੂ ਹੈਵ ਬੀਨ ਇਨ ਬੋਟਸ ਇਨ ਅ ਵਿਲੇਜ ਸੈਟਿੰਗ ਵੇਅਰ ਯੂ ਨੋ ਦੇਰ ਇਜ਼ ਅ ਗਾਈ ਹੂ ਵਿਲ ਵਿਦ ਅ ਰੋਡ ਪੁਸ਼ਸ ਦ ਬੋਟ। ਹੈਵ ਯੂ ਬੀਨ ਇਨ ਦੈਟ? Right? It's a different experience. Ek alag tajurba hunda hai. If you are in the boat and people when they talk on the water, it carries further. You have noticed that? From far away, you can still hear the voice clearly because the water carries the voice. Ki jadon apa pani kisse jonne ha, te sade jehde awaz hai ki oh pani leke janda hai, dur tak sunai dindi hai. And here this man is telling them, cast your net on the right side and you will get fish. ਇੱਥੇ ਉਹ ਬੰਦਾ ਕਹਿ ਰਿਹਾ ਕਿ ਆਪਣੇ ਜਿਹੜੇ ਜਾਲ ਹੈਗੇ ਨੇ ਉਹ ਸੱਜੇ ਪਾਸੇ ਪਾਓ ਤੇ ਤੁਸੀਂ ਮੱਛਲੀ ਪਕੜੋਗੇ। ਦੇ ਹੈਵ ਟੋਇਲਡ ਆਲ ਨਾਈਟ, ਦੇ ਡਿਡਨਟ ਫਾਈਂਡ ਵਨ ਫਿਸ਼ ਐਂਡ ਦਿਸ ਮੈਨ ਇਜ਼ ਟੈਲਿੰਗ ਰਾਈਟ ਸਾਈਡ ਯੂ ਪੁੱਟ, ਵਾਈ ਨਾਟ ਲੈਫਟ ਸਾਈਡ? ਨੋ ਮੀਨ ਦੈਟ ਕੁਐਸਚਨ ਵੁੱਡ ਹੈਵ ਕਮ ਇਨ ਦੇਅਰ ਮਾਈਂਡ ਪ੍ਰੋਬਬਲੀ। ਉਹਨਾਂ ਨੇ ਸਾਰੀ ਰਾਤ ਮੱਛਲੀ ਪਕੜੀ ਤੇ ਹੁਣ ਕੋਈ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਸੱਜਾ ਜਾਲ ਪਾਓ। ਉਹਨਾਂ ਨੇ ਖੱਬੇ ਕਿਉਂ ਪਾਇਆ ਸੱਜੇ ਕੋਈ ਦਿਓ ਗੱਲ ਨਹੀਂ। ਇਫ ਆਈ ਵਾਜ਼ ਅ ਫਿਸ਼ਰਮੈਨ, ਜੇ ਮੈਂ ਉੱਥੇ ਮੱਛਲੀ ਪਕੜਵਾਉਣਾ, ਆਈ ਵਿਲ ਬੀ ਵੰਡਰਿੰਗ ਦਿਸ। ਮੈਂ ਸੋਚਦਾ
Somebody who tries to tell me about my work, I say, what do you know about my work, friend? ਜੇ ਕੋਈ ਮੈਨੂੰ ਮੇਰੇ ਕੰਮ ਬਾਰੇ ਦੱਸਦਾ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਮੇਰੇ ਕੰਮ ਬਾਰੇ ਕੀ ਜਾਣਦੇ ਹੋ? If I come and talk to you, brother Ravi, about insurance and I am not an insurance agent, he'll say, I know better than you, brother. What are you trying to tell me? ਜੇ ਮੰਨ ਲਓ ਬ੍ਰਦਰ ਰਵੀ ਜੀ ਇੰਸ਼ੋਰੈਂਸ ਏਜੰਟ ਹੈਗੇ ਨੇ, ਮੈਂ ਨਹੀਂ ਜਾਣਦਾ ਉਹਦੇ ਬਾਰੇ, ਕੁਛ ਉਹਨੂੰ ਜਾ ਕੇ ਸਲਾਹ ਦੇਵਾਂ, ਉਹ ਕਹਿਣਗੇ ਤੁਸੀਂ ਕੀ ਗੱਲਾਂ ਕਰਦੇ ਹੋ? And we definitely, I know my work. What do you know about it? You have to be in my shoes to understand what I am going through. ਉਹ ਕਹਿੰਗੇ ਤੁਸੀਂ ਇਸ ਕੰਮ ਬਾਰੇ ਨਹੀਂ ਸਮਝਦੇ, ਤੁਹਾਨੂੰ ਮੇਰੀ ਤਰ੍ਹਾਂ ਸਮਝ ਹੋਏਗੀ ਤਾਂ ਤੁਸੀਂ ਗੱਲ ਕਰ ਸਕਦੇ ਹੋ। This must be going on in Peter's mind. ਪਤਰਸ ਦੇ ਦਿਮਾਗ 'ਚ ਇਹੋ ਚੀਜ਼ ਚੱਲ ਰਹੀ ਹੋਣੀ ਹੈ। But anyway, they said, let's do what this man is saying. ਪਰ ਉਹਨਾਂ ਨੇ ਕਿਹਾ ਵੀ ਇਹ ਜੋ ਬੰਦਾ ਕਹਿ ਰਹੇ ਨੇ ਗੱਲ ਮੰਨ ਲੈਂਦੇ ਆ। So they cast the net on the right side. ਤੇ ਉਹਨੇ ਜਿਹੜਾ ਜਾਲ ਹੈਗਾ ਸੱਜੇ ਹੱਥ ਪਾਇਆ। But the fish load was so much. ਪਰ ਮਛਲੇ ਇੰਨੀਆਂ ਜ਼ਿਆਦਾ ਸੀਗੀਆਂ। I think Lord would have said all the fish go and get stuck in the net, and so I think all the fishes were fighting to go into the net. You know, they are more obedient than us, sadly but true. ਮੈਰੀ ਇਹ ਸੋਚ ਹੈਗੀ ਪਰਮੇਸ਼ੁਰ ਨੇ ਉਹਨਾਂ ਨੂੰ ਪੰਛੀਆਂ ਨੂੰ ਕਿਹਾ ਵੀ ਸਾਰਿਆਂ ਚਲੇ ਜਾਓ ਜਾਲ ਵਿੱਚ, ਜਿਹੜੇ ਜਾਨਵਰ ਨੇ ਮਛਲੀ ਹੈਗੀਆਂ ਨੇ ਉਹ ਇਨਸਾਨਾਂ ਤੋਂ ਜ਼ਿਆਦਾ ਅੱਗੇ ਕਾਰਜ ਕੀਤਾ ਨੇ। And verse 7, suddenly John realizes that it is the Lord Jesus Christ. ਤੇ ਸੱਤਵਾਂ ਵਰਸ ਕਹਿੰਦੇ ਕਿ ਅਚਾਨਕ ਯੋਹਨਾ ਨੂੰ ਪਤਾ ਲੱਗਿਆ ਕਿ ਇਹ ਪ੍ਰਭੂ ਯਿਸੂ ਮਸੀਹ ਹੈਗੇ ਨੇ। And he tells Peter, it is the Lord. ਤੇ ਉਹਨੇ ਪਤਰਸ ਨੂੰ ਕਿਹਾ ਕਿ ਤਾਂ ਪ੍ਰਭੂ ਹੈਗੇ ਨੇ। As soon as Peter heard it, he put on his outer garment and jumped in the water. ਜਿਵੇਂ ਪਤਰਸ ਨੇ ਸੁਣਿਆ ਤੇ ਉਹਨੇ ਆਪਣਾ ਅੰਗੋਛਾ ਪਾਇਆ ਤੇ ਪਾਣੀ ਛਲਾਂਗ ਲਗਾਈ। And swam to the shore. ਤੇ ਤੈਰ ਕੇ ਆਪਣਾ ਕਿਨਾਰੇ ਚਲਾ ਗਿਆ। You see, the other lazy guys were still in the boat. ਤੇ ਜਿਹੜੇ ਬਾਕੀ ਆਪਣਾ ਸੀਗੇ ਉਹ ਉਹਦੇ ਕਿਸ਼ਤੀ 'ਚ ਰਹੇ। This is the nature of Peter. ਇਹ ਪਤਰ ਦਾ ਸੁਭਾਅ ਹੈਗਾ ਸੀ। Impulsive. ਉਹ ਇੱਕਦਮ ਭਾਵੁਕ ਹੋ ਜਾਂਦਾ ਸੀ। Eager. Sorry? Eager. ਬਹੁਤ ਉਹਨੂੰ ਈਗਰ ਹੋ ਜਾਂਦਾ ਸੀ। And he doesn't think, he will do it and then think about it. ਉਹ ਆਪਣਾ ਕਹਿੰਦੇ ਨੇ ਕੰਮ ਕਰਨ ਤੋਂ ਬਾਅਦ ਸੋਚਦਾ ਸੀ ਕਰਨਾ ਸੀ। So he left everyone and jumped in the water. He didn't care about the fish. He didn't care about the boat. He wanted to go to Lord Jesus Christ. Asker on ekdam pani chhlang laga ke kinare wal jana shuru kita. Unne na ta machle chinta kiti na ki kishti chinta kiti. The other people were left with pulling the fish. Te baaki ye log si go machli khich ke lage andar. As soon as they reached the shore, jivein oh sare kinare pahunche, it says 200 cubits, which is like 300 feet. ਉਹ ਜਿਹੜਾ ਮਤਲਬ 300 ਫੁੱਟ ਦਾ ਜਗ੍ਹਾ 11 ਸੀਗਾ ਉਹ। ਐਂਡ ਐਸ ਸੂਨ ਐਸ ਦੇ ਰੀਚ ਦ ਸ਼ੋਰ ਦੇਰ ਇਜ਼ ਬ੍ਰੇਕਫਾਸਟ ਰੈਡੀ। ਤੇ ਜਿਵੇਂ ਕਿਨਾਰੇ ਤੇ ਪਹੁੰਚੇ ਤੇ ਨਾਸ਼ਤਾ ਤਿਆਰ ਸੀਗਾ। ਦ ਕਿੰਗ ਆਫ ਕਿੰਗਸ ਲਾਰਡ ਆਫ ਲਾਰਡਸ ਹੈਜ਼ ਪ੍ਰੀਪੇਅਰਡ ਬ੍ਰੇਕਫਾਸਟ। ਵਾਓ, ਵਾਟ ਅ ਕੰਪੈਸ਼ਨੇਟ ਐਂਡ ਲਵਿੰਗ ਗੋਡ। ਆਈ ਹੈਡ ਟੂ ਸਟਾਪ ਐਂਡ ਥਿੰਕ ਅਬਾਊਟ ਇਟ। ਤੇ ਆਪਾਂ ਦੇਖੀਏ ਕਿ ਪ੍ਰਭੂ ਦਾ ਪ੍ਰਭੂ ਰਾਜਾ ਦਾ ਰਾਜਾ ਉਹਨੇ ਆਪਣੇ ਚੇਲਿਆਂ ਵਾਸਤੇ ਨਾਸ਼ਤਾ ਬਣਾਇਆ, ਇਹ ਮੇਰੀ ਸਮਝ ਤੋਂ ਪਰੇ ਹੈਗਾ। ਦੇਰ ਵਾਸ ਫਾਇਰ, ਦੇਰ ਵਾਸ ਫਿਸ਼ ਐਂਡ ਦੇਰ ਵਾਸ ਬ੍ਰੈਡ। ਉੱਥੇ ਅੱਗ ਸੀਗੀ, ਮਛਲੀਆਂ ਸੀਗੀਆਂ ਤੇ ਰੋਟੀ ਸੀਗੀ। ਹੀ ਮੇਡ ਬ੍ਰੇਕਫਾਸਟ ਫੋਰ ਦੈਮ। ਉਹਨਾਂ ਨੇ ਆਪਣੇ ਚੇਲਿਆਂ ਵਾਸਤੇ ਨਾਸ਼ਤਾ ਬਣਾਇਆ। ਕੰਪੈਸ਼ਨ ਆਫ ਗੋਡ ਕਮਸ ਆਊਟ। ਪਰਮੇਸ਼ੁਰ ਦਾ ਜਿਹੜਾ ਦਿਆਲੂ ਸੁਭਾਅ ਹੈਗਾ ਉਹ ਦਿਖਾਉਂਦਾ ਹੈ। ਹੇਅਰ ਦੇ ਵਰ ਬੈਕਸਲਿਡਨ। ਇੱਥੇ ਆਪਾਂ ਦੇਖਦੇ ਹਾਂ ਕਿ ਉਹ ਪਿਛੜ ਗਏ ਸੀ। ਦ ਫਸਟ ਥਿੰਗ ਹੀ ਡਜ਼ ਇਜ਼ ਫੀਡ ਦੈਮ। ਸਭ ਤੋਂ ਪਹਿਲਾਂ ਉਹਨਾਂ ਪ੍ਰਭੂ ਨੇ ਕੰਮ ਕੀਤਾ ਕਿ ਉਹਨਾਂ ਨੂੰ ਭੋਜਨ ਦਿੱਤਾ। ਆਈ ਕਾਂਟ ਇਵਨ ਥਿੰਕ, ਅਮੇਜ਼ਿੰਗ ਗੋਡ। ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦਾ ਕਿੰਨਾ ਅਦਭੁਤ ਪਰਮੇਸ਼ਰ ਹੈ। ਐਂਡ ਹੀ ਟੈਲਸ ਪੀਟਰ, ਗੋ ਐਂਡ ਬ੍ਰਿੰਗ ਦ ਫਿਸ਼ ਯੂ ਕਾਟ। ਤੇ ਉਹਨਾਂ ਨੇ ਪਤਰਸ ਨੂੰ ਕਿਹਾ ਵੀ ਜਿਹੜੀ ਮਛਲੀ ਤੁਸੀਂ ਪਕੜੀਆਂ ਨੇ ਲੈ ਆਓ। ਦੇ ਇਵਨ ਕਾਊਂਟ ਇਟ। ਉਹਨਾਂ ਨੇ ਗਿਣਿਆ। 153 ਫਿਸ਼। 153 ਮਛਲੀਆਂ ਪਕੜੀਆਂ ਉਹਨਾਂ ਨੇ। ਯੂ ਨੋ, ਐਵਰੇਜ ਕੈਚ ਫਾਰ ਅ ਹੋਲ ਡੇ ਵੁੱਡ ਬੀ 40-45 ਫਿਸ਼। ਜਿਹੜੇ ਆਮ ਲੋਕ ਮੱਛੂਏ ਫੜਦੇ ਨੇ ਉਹ 40 ਤੋਂ 45 ਮੱਛੀਆਂ ਹੁੰਦੀਆਂ ਨੇ। ਬਟ ਦੇ ਹੈਡ 153। ਪਰ ਉਹਨਾਂ ਕੋਲ 153 ਮੱਛੀਆਂ ਸੀ। ਨੈਟ ਡਿਡ ਨਾਟ ਬ੍ਰੇਕ। ਤੇ ਜਿਹੜਾ ਆਪਣਾ ਉਹਨਾਂ ਦੇ ਜਾਲ ਨੇ ਉਹ ਵੀ ਨਹੀਂ ਫਟੇ। ਲਾਰਡ ਜੀਸਸ ਸੈਡ ਕਮ ਐਂਡ ਹੈਵ ਬ੍ਰੇਕਫਾਸਟ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਆਓ ਨਾਸ਼ਤਾ ਕਰੋ। ਦੇ ਵਰ ਆਲ ਸਰਪ੍ਰਾਈਜ਼ਡ। ਉਹ ਸਾਰੇ ਬੜੇ ਹੈਰਾਨ ਹੋਏ। ਆਈ ਵੰਡਰ ਵਾਈ। ਬੜੇ ਹੈਰਾਨ ਹੋਏ। ਬਟ ਆਈ ਵੰਡਰ ਵਾਈ, ਬਿਕੋਜ਼ ਗੋਡ ਹੈਡ ਆਲਰੇਡੀ ਡਨ ਥਿਸ ਮਿਰੇਕਲ ਬਿਫੋਰ। ਪਰ ਮੈਂ ਸੋਚਦਾ ਵੀ ਕਿਉਂ ਹੈਰਾਨ ਹੋਏ, ਕਿਉਂਕਿ ਪਰਮੇਸ਼ੁਰ ਨੇ ਇਸਤੇ ਕਈ ਅਦਭੁਤ ਆਪਣਾ ਕੰਮ ਕੀਤੇ ਸੀ ਅੱਗੇ। ਐਂਡ ਥਿਸ ਇਜ਼ ਦ ਥਰਡ ਟਾਈਮ ਇਟ ਸੇਜ਼ ਇਨ ਨੈਕਸਟ ਵਰਸ ਦੈਟ ਲਾਰਡ ਹੈਡ ਸ਼ੋਨ ਹਿਮਸੈਲਫ। ਤੇ ਤੀਜੀ ਵਾਰ ਵਰਸ ਵੀ ਦੱਸਦਾ ਹੈਗਾ ਪਰਮੇਸ਼ੁਰ ਦਾ ਵਚਨ ਕਿ ਪਰਮੇਸ਼ੁਰ ਨੇ ਉਹਨਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ। ਦ ਲਾਰਡ ਵਾਂਟਸ ਟੂ ਰੈਸਟੋਰ ਦੈਮ। ਪਰਮੇਸ਼ੁਰ ਉਹਨਾਂ ਨਾਲ ਦੁਬਾਰਾ ਨਾਤਾ ਬਣਾਉਣਾ ਚਾਹੁੰਦੇ ਸੀ। ਬਟ ਹੀ ਫੋਕਸਸ ਔਨ ਪੀਟਰ। ਪਰ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਸੀਗਾ ਉਹ ਪਤਰਸ ਤੇ ਸੀਗਾ। ਬਿਕੋਜ਼ ਪੀਟਰ ਇਜ਼ ਦ ਲੀਡਰ। ਕਿਉਂਕਿ ਉਹ ਸਾਰੇ ਚੋਂ ਆਪਣਾ ਲੀਡਰ ਸੀਗਾ। ਯੂ ਨੋ, ਹੀ ਵਾਂਟਡ ਟੂ ਗੋ ਫਿਸ਼ਿੰਗ ਐਂਡ ਅਦਰਸ ਫਾਲੋਡ ਬਲਾਈਂਡਲੀ।
ਕਿਉਂਕਿ ਉਹ ਜਦੋਂ ਜਾਣਾ ਚਾਹੁੰਦਾ ਸੀ ਮਛਲੀ ਪਕੜਨ ਸਾਰੇ ਉਹਦੇ ਪਿੱਛੇ ਹੋ ਲਏ ਨਾਓ ਕਮਸ ਦ ਕਨਵਰਸੇਸ਼ਨ ਔਨ ਵਿਚ ਆਈ ਐਮ ਗੋਇੰਗ ਟੂ ਫੋਕਸ ਅ ਬਿਟ ਹੁਣ ਉਹ ਜਿਹੜੀ ਗੱਲਬਾਤ ਉਹਨਾਂ ਦੇ ਬਾਰੇ ਨਾਲ ਹੋਈ ਉਹਨਾਂ ਬਾਰੇ ਅਸੀਂ ਧਿਆਨ ਦੇਵਾਂਗੇ ਵਰਸ 15 15 ਹੀ ਸੇਜ਼ ਵੈਨ ਦੇ ਹੈਡ ਫਿਨਿਸ਼ਡ ਈਟਿੰਗ ਜਦੋਂ ਉਹਨੇ ਨਾਸ਼ਤਾ ਕਰ ਲਿਆ ਲਾਰਡ ਜੀਸਸ ਸੈਡ ਟੂ ਸਾਈਮਨ ਪੀਟਰ ਸਾਈਮਨ ਸਨ ਆਫ ਜੋਨਸ ਲਵਸ ਦਵ ਮੀ ਮੋਰ ਦੈਨ ਦਿਸ ਐਂਡ ਹੀ ਸੇਡ ਟੂ ਹਿਮ ਯਾ ਲਾਰਡ ਦਵ ਨੋਸਟ ਆਈ ਲਵ ਦੀ ਹੀ ਸੇਡ ਅਨ ਟੂ ਹਿਮ ਫੀਡ ਮਾਈ ਲੈਂਬਸ ਤੋ ਪ੍ਰਭੂ ਨੇ ਉਹਨੂੰ ਕਿਹਾ ਹੇ ਸ਼ਮੋਨ ਯੋਹੰਨਾ ਕੇ ਪੁੱਤਰ ਕਿਆ ਤੂੰ ਇਨਸੇ ਬੜਕਰ ਮੁਝਸੇ ਪ੍ਰੇਮ ਕਰਤਾ ਹੈ ਉਸਨੇ ਕਿਹਾ ਹਾਂ ਪ੍ਰਭੂ ਤੂੰ ਤੋ ਜਾਣਤਾ ਹੈ ਕਿ ਮੈਂ ਤੁਸੇ ਪ੍ਰੀਤੀ ਰੱਖਤਾ ਹੂੰ ਉਸਨੇ ਉਸਸੇ ਕਿਹਾ ਮੇਰੇ ਮੇਮਨੋ ਕੋ ਚਰਾ ਦੈਟ ਇਜ਼ ਅ ਕੁਐਸਚਨ ਟੂਡੇ ਲਾਰਡ ਇਜ਼ ਆਸਕਿੰਗ ਯੂ ਐਂਡ ਮੀ ਵਟ ਐਵਰ ਯੂ ਪੁੱਟ ਟੇਕ ਆਊਟ ਸਾਈਮਨ ਸਨ ਆਫ ਜੋਨਸ ਐਂਡ ਪੁੱਟ ਯੋਰ ਨੇਮ ਦੇਅਰ ਐਂਡ ਆਨਸਰ ਡੂ ਯੂ ਲਵ ਮੀ ਮੋਰ ਦੈਨ ਦੀਸ ਇੱਥੇ ਜਿਵੇਂ ਆਪਾਂ ਪਤਰਸ ਦਾ ਨਾਮ ਨਿਕਾਲ ਕੇ ਆਪਣਾ ਲਿਖ ਦਈਏ ਅਤੇ ਪਰਮੇਸ਼ੁਰ ਪੁੱਛ ਰਹੇ ਨੇ ਕਿਆ ਤੂੰ ਸਾਰੇ ਇਹਨਾਂ ਲੋਕਾਂ ਤੋਂ ਜ਼ਿਆਦਾ ਮੇਰੇ ਨਾਲ ਪ੍ਰੇਮ ਕਰਦਾ ਦੀਸ ਇਨ ਦਿਸ ਵਰਲਡ ਮੋਰ ਦੈਨ ਦੀਸ ਦੀਸ ਕੁੱਡ ਮੀਨ ਦ ਫਿਸ਼ਿੰਗ ਪ੍ਰੋਫੈਸ਼ਨ ਇਹ ਜਿਹੜਾ ਉਹਨਾਂ ਨੇ ਆਪਣਾ ਕਿਹਾ ਇਹਨਾਂ ਤੋਂ ਰੀਡ ਦੈਟ ਵਰਸ ਬ੍ਰਦਰ ਜੀ ਦੀਸ ਡੂ ਯੂ ਲਵ ਮੀ ਮੋਰ ਦੈਨ ਦੀਸ 15th ਵਰਸ ਸਾਈਮਨ ਸਨ ਆਫ ਜੋਨਾ ਡੂ ਯੂ ਲਵ ਮੀ ਮੋਰ ਦੈਨ ਦੀਸ ਦੈਟ ਦੀਸ ਕੁੱਡ ਬੀ ਫਿਸ਼ਿੰਗ ਪ੍ਰੋਫੈਸ਼ਨ ਉਹਨਾਂ ਜਿਵੇਂ ਸ਼ਮੋਨ ਸੇਗਾ ਕਿਹਾ ਤੂੰ ਮੁਝਕੋ ਇਨਸੇ ਬੜ ਕੇ ਪ੍ਰੇਮ ਰੱਖਤਾ ਹੈ ਇਹਦਾ ਮਤਲਬ ਹੈ ਭਾਵੇਂ ਮੱਛੀ ਫੜਨ ਦਾ ਕੰਮ ਹੋਵੇ ਇਨਸੇ ਇਸ ਫਿਸ਼ਿੰਗ ਪ੍ਰੋਫੈਸ਼ਨ ਕਿਆ ਮੱਛੀ ਪਕੜਨ ਦਾ ਜਿਹੜਾ ਕੰਮ ਹੈ ਕਹਿੰਦੇ ਔਰ ਦ ਨੈਟਸ ਔਰ ਦ ਬੋਟਸ ਔਰ ਸਮਥਿੰਗ ਐਲਸ ਜਾਂ ਜਿਹੜੇ ਜਾਲ ਹੈਗੇ ਨੇ ਕਿਸ਼ਤੀ ਹੈਗੀ ਜਾਂ ਕੋਈ ਹੋਰ ਚੀਜ਼ ਜਿਹੜੀ ਹੈਗੀ ਹੈ ਦ ਬਿਜ਼ਨਸ ਯੂ ਲਵ ਸੋ ਮੱਚ ਜਿਹੜਾ ਵਪਾਰ ਤੁਸੀਂ ਪ੍ਰੇਮ ਕਰਦੇ ਹੋ ਜਟ ਯੂ ਆਰ ਸੋ ਮੱਚ ਡਿਜ਼ਾਇਰ ਫੋਰ ਇਟ ਜਿੰਨੀ ਤੁਸੀਂ ਬਹੁਤ ਜ਼ਿਆਦਾ ਇੱਛਾ ਰੱਖਦੇ ਹੋ ਡੂ ਯੂ ਲਵ ਮੀ ਮੋਰ ਦੈਨ ਦਿਸ ਕਿਆ ਤੁਸੀਂ ਇਹਦੇ ਤੋਂ ਮੈਨੂੰ ਜ਼ਿਆਦਾ ਪ੍ਰੇਮ ਕਰਦੇ ਹੋ ਇਟ ਕੁਡ ਆਲ ਆਫ ਮੀ ਆਲਸੋ ਮੀਨ ਦੀ ਅਦਰ ਡਿਸਾਈਪਲਸ ਇਹਨਾਂ ਮਤਲਬ ਦੂਜੇ ਚੇਲੇ ਵੀ ਹੈਗਾ ਰਿਮੈਂਬਰ ਪੀਟਰ ਸੈਡ ਇਨ ਮੈਥਿਊ 26:33 ਜਿਵੇਂ ਮਤੀ 26:33 ਪਤਰਸ ਨੇ ਕਿਹਾ ਪੀਟਰ ਸੈਡ ਦੋ ਆਲ ਮੈਨ ਸ਼ੁਡ ਬੀ ਅਫੈਂਡਡ ਬਿਕੋਜ਼ ਆਫ ਦੀ ਇਟ ਆਈ ਵਿਲ ਨੈਵਰ ਬੀ ਅਫੈਂਡਡ ਇਸ ਪਰ ਪਤਰਸ ਨੇ ਉਨਸੇ ਕਿਹਾ ਚਾਹੇ ਸਭ ਕੇ ਸਭ ਤੇਰੇ ਕਾਰਨ ਠੋਕਰ ਖਾਏ ਤੋ ਖਾਏ ਪਰ ਮੈਂ ਕਦੀ ਨਹੀਂ ਖਾਊਂਗਾ ਸੋ ਲਾਰਡ ਵਾਸ ਆਸਕਿੰਗ ਡੂ ਯੂ ਲਵ ਮੀ ਮੋਰ ਦੈਨ ਦੀਸ ਇਸ ਕਰਕੇ ਪਰਮੇਸ਼ਰ ਪੁੱਛ ਰਿਹਾ ਕਿਆ ਤੁਸੀਂ ਤੂੰ ਇਹਨਾਂ ਤੋਂ ਮੈਨੂੰ ਜ਼ਿਆਦਾ ਪ੍ਰੇਮ ਕਰਦਾ ਪੀਟਰ ਡੂ ਯੂ ਲਵ ਮੀ ਪਤਰਸ ਕਿਆ ਤੂੰ ਮੈਨੂੰ ਪ੍ਰੇਮ ਕਰਦਾ ਯੂ ਨੋ ਦ ਇੰਗਲਿਸ਼ ਇਜ਼ ਸੱਚ ਅ ਪੂਅਰ ਲੈਂਗੁਏਜ ਦੈਟ ਦਿਸ ਟ੍ਰਾਂਸਲੇਸ਼ਨ ਹੈਜ਼ ਟੂ ਬੀ ਸਲਾਈਟਲੀ ਡਿਫਰੈਂਟ ਜਿਹੜਾ ਇੰਗਲਿਸ਼ ਦੀ ਭਾਸ਼ਾ ਹੈਗੀ ਹੈ ਉਹ ਕਾਫੀ ਕਮਜ਼ੋਰ ਹੈਗੀ ਹੈ ਇਸ ਕਰਕੇ ਇੱਥੇ ਪ੍ਰੇਮ ਦੇ ਜਿਹੜਾ ਸ਼ਬਦ ਨੂੰ ਯੂਜ਼ ਇਸਤੇਮਾਲ ਕਰਨ ਵਾਸਤੇ ਦ ਗ੍ਰੀਕ ਯੂਜ਼ਸ 4 ਵਰਡਸ ਫੋਰ ਲਵ ਜਿਹੜਾ ਗ੍ਰੀਕ ਭਾਸ਼ਾ ਵਿੱਚ ਪਿਆਰ ਦੇ 4 ਸ਼ਬਦ ਹੈਗੇ ਨੇ The Lord asks him, Do you love me more than this? Parmeshwar puchde re kya tu inna to zyada mainu prem karda hai? The word love there was agape. Athe jara prem hai ke agape prem hai. Do you love me with a divine love? Kya tu mainu deviye prem de na prem karda hai? I would have fainted at that question. Je mainu puchya honda te main faint ho janda. If God was to ask you, Do you love me with your divine love? What will you answer? ਜੇ ਰੱਬ ਤੁਹਾਨੂੰ ਪੁੱਛਣਗੇ ਕਿਆ ਤੁਸੀਂ ਮੈਨੂੰ ਦੇਵੀਏ ਪ੍ਰੇਮ ਨਾਲ ਪ੍ਰੇਮ ਕਰਦੇ ਹੋ ਤੁਸੀਂ ਕੀ ਜਵਾਬ ਦਿਓਗੇ ਪੀਟਰ ਆਨਸਰ ਸੇਮ ਪਤਰਸ ਨੇ ਕਿਹਾ ਹੀ ਸੇਸ ਲਾਰਡ ਥਾਉ ਨੋਇਸਟ ਆਈ ਲਵ ਥੀ ਉਹ ਕਹਿੰਦਾ ਪਰਮੇਸ਼ਰ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੇਮ ਕਰਦਾ ਹਾਂ ਦੈਟ ਵਰਡ ਲਵ ਹੀ ਯੂਜ਼ਸ ਇਜ਼ ਫਿਲੀਓ ਇਜ਼ ਬ੍ਰਦਰਲੀ ਲਵ ਇੱਥੇ ਜਿਹੜਾ ਉਹਨੇ ਆਪਣਾ ਪ੍ਰੇਮ ਦੀ ਗੱਲ ਕੀਤੀ ਉਹਦਾ ਮੋਵ ਗ੍ਰੀਕ ਭਾਸ਼ਾ ਫਿਲੀਓ ਹੈਗਾ ਜਿਹੜਾ ਕਿ ਭਰਾਵਾਂ ਦਾ ਪਿਆਰ ਹੁੰਦਾ ਹੈ ਐਟਲੀਸਟ ਪੀਟਰ ਵਾਸ ਟਰੂਥਫੁਲ ਜਿਹੜਾ ਪਤਰਾ ਸੀਗਾ ਉਹਨੇ ਸੱਚਾਈ ਕਹੀ ਆਈ ਵਾਂਟ ਟੂ ਆਸਕ ਅ ਕੁਐਸਚਨ ਇਸ ਜਸਟ ਕਿਊਰੀਓਸਿਟੀ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਨਾ ਡੂ ਵੀ ਲਵ ਜੀਸਸ ਕ੍ਰਾਈਸਟ ਐਸ ਮਚ ਐਸ ਵੀ ਲਵ ਆਵਰ ਬ੍ਰਦਰ ਔਰ ਸਿਸਟਰ ਦੈਟਸ ਅ ਸਿੰਪਲ ਕੁਐਸਚਨ ਕਿਆ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਪਿਆਰ ਕਰਨੇ ਆ ਜਿੰਨਾ ਅਸੀਂ ਆਪਣੇ ਭੈਣ ਤੇ ਭਰਾ ਨਾਲ ਕਰਨੇ ਆ 3 ਟਾਈਮਸ ਦ ਲਾਰਡ ਆਸਕ ਦਿਸ ਕੁਐਸਚਨ 3 ਵਾਰੀ ਪਰਮੇਸ਼ਰ ਨੂੰ ਸਵਾਲ ਪੁੱਛਿਆ ਐਂਡ 3 ਟਾਈਮ ਪੀਟਰ ਆਨਸਰਸ ਦ ਸੇਮ ਵੇ ਤੇ 3 ਵਾਰੀ ਪਤਰਸ ਨੇ ਉਹੀ ਜਵਾਬ ਦਿੱਤਾ ਆਈ ਥਿੰਕ ਹੀ ਆਸਕਡ ਹਿਮ 3 ਟਾਈਮਸ ਬਿਕੋਜ਼ ਪੀਟਰ ਡਿਨਾਈਡ ਹਿਮ 3 ਟਾਈਮਸ ਮੈਂ ਸੋਚਦਾ ਉਹਨਾਂ ਨੇ ਉਹਨਾਂ ਨੂੰ 3 ਵਾਰੀ ਕੈਸ ਕਰ ਪੁੱਛਿਆ ਕਿਉਂਕਿ ਪਤਰਸ ਨੇ ਵੀ ਪ੍ਰਭੂ ਦਾ 3 ਵਾਰ ਇਨਕਾਰ ਕੀਤਾ ਸੀ ਟੁਡੇ ਦਾ ਇਟ ਇਜ਼ ਦ ਕੁਐਸਚਨ ਇਜ਼ ਦ ਸੇਮ ਡੂ ਯੂ ਲਵ ਮੀ ਵਿਦ ਅ ਡਿਵਾਈਨ ਲਵ ਅੱਜ ਵੀ ਉਹ ਸਵਾਲ ਹੋਈ ਹੈਗਾ ਕਿਆ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਦੇਵੀਏ ਪ੍ਰੇਮ ਦੇ ਨਾਲ ਪਿਆਰ ਕਰਦੇ ਹੋ ਐਟਲੀਸਟ ਪੀਟਰ ਕੈਨ ਬੀ ਐਕਸਕਿਊਜ਼ਡ ਫਾਰ ਸੇਇੰਗ ਆਈ ਲਵ ਯੂ ਬੈਕ ਵਿਦ ਅ ਬ੍ਰਦਰਲੀ ਲਵ ਆਪਾਂ ਤੇ ਦੇਖੀਏ ਤੇ ਆਪਾਂ ਪਤਰਸ ਨੂੰ ਤਾਂ ਐਕਸਕਿਊਜ਼ ਕਰ ਸਕਦੇ ਹਾਂ ਜਿੰਨੇ ਕਿਹਾ ਕਿ ਮੈਂ ਤੁਹਾਨੂੰ ਭਰਾਵਾਂ ਦਾ ਪਿਆਰ ਕਰਦਾ ਵੀ ਹੈਵ ਨੋ ਐਕਸਕਿਊਜ਼ ਸਾਡੇ ਕੋਲ ਤਾਂ ਕੋਈ ਬਹਾਨਾ ਨਹੀਂ ਹੈਗਾ ਰੋਮਨਸ 5:5 ਦ ਬਾਈਬਲ ਸੇਜ਼ ਰੋਮੀਓ 5 ਦਾ 5 ਕਹਿੰਦਾ ਹੋਪ ਮੇਕ ਇਟ ਨਾਟ ਅਸ਼ੇਮ ਬਿਕੋਜ਼ ਦ ਲਵ ਆਫ ਗੋਡ ਹੇਅਰ ਇਟਸ ਦ ਅਗਾਪੇ
The love of God is shed abroad in our hearts through the Holy Spirit which is given to us. ਅਤੇ ਰੋਮੀਓ 5:5 ਕਹਿੰਦਾ ਹੈ ਆਸ਼ਾ ਸੇ ਲੱਜਾ ਨਹੀਂ ਹੋਤੀ ਕਿਉਂਕਿ ਪਵਿੱਤਰ ਆਤਮਾ ਜੋ ਹਮੇ ਦਿਆ ਗਿਆ ਹੈ ਉਸਕੇ ਦੁਆਰਾ ਪਰਮੇਸ਼ਵਰ ਕਾ ਪ੍ਰੇਮ ਹਮਾਰੇ ਹਿਰਦਿਓ ਮੇ ਉਡੇਲਾ ਗਿਆ ਹੈ God has given us this love already. ਪਰਮੇਸ਼ਵਰ ਨੇ ਜਿਹੜਾ ਅਗਾਪੇ ਪ੍ਰੇਮ ਹੈਗਾ ਹੈ ਇਹ ਸਾਨੂੰ ਪਹਿਲੇ ਦਿੱਤਾ ਹੋਇਆ If we don't love God with his divine love then we have killed it already in our lives. It's time to repent my dear brothers and sisters. ਜੇ ਅਸੀਂ ਪਰਮੇਸ਼ਵਰ ਦੇ ਉਸ ਪ੍ਰੇਮ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਪ੍ਰੇਮ ਨਹੀਂ ਕਰਦੇ ਤੇ ਸਮੇਂ ਹੈਗਾ ਕਿ ਅਸੀਂ ਆਪਣੇ ਆਪ ਨੂੰ ਜਾਂਚੀਏ We have no excuse on judgment day. ਤੇ ਨਿਆਂ ਵਾਲੇ ਦਿਨ ਆਪਾਂ ਉਸ ਦਾ ਕੋਈ ਬਹਾਨਾ ਨਹੀਂ ਹੈਗਾ Our selfish fleshly lifestyle will quench that love. ਸਾਡਾ ਜਿਹੜਾ ਸੰਸਾਰਿਕ ਕੰਮ ਪ੍ਰੇਮ ਹੈਗਾ ਉਹ ਪਰਮੇਸ਼ਵਰ ਦੇ ਜਿਹੜੇ ਪ੍ਰੇਮ ਨੂੰ ਕੀ ਕਹਿੰਦੇ ਨੇ ਦਬਾ ਦਿੰਦਾ ਹੈ Remember there is a scripture principle that works in all areas of our life. ਇਹ ਯਾਦ ਰੱਖੋ ਜਿਹੜਾ ਪਰਮੇਸ਼ਵਰ ਦੇ ਵਚਨ ਦੇ ਆਪਣਾ ਸਿਧਾਂਤ ਹੈਗੇ ਨੇ ਉਹ ਜੀਵਨ ਦੇ ਹਰ ਹਿੱਸੇ 'ਚ ਕੰਮ ਕਰਦੇ ਨੇ It is in Matthew 13:12 ਉਹ ਮਤੀ 13:12 'ਚ ਹੈਗਾ For whosoever hath to him shall be given and he shall have more abundance but whoever hath not from him shall be taken away whatever he hath ਕਿਉਂਕਿ ਜਿਸਕੇ ਪਾਸ ਹੈ ਉਸੇ ਔਰ ਵੀ ਦਿਆ ਜਾਏਗਾ ਔਰ ਉਸਕੇ ਪਾਸ ਬਹੁਤ ਅਧਿਕ ਹੋ ਜਾਏਗਾ ਪਰੰਤੂ ਜਿਸਕੇ ਪਾਸ ਨਹੀਂ ਹੈ ਉਸਸੇ ਵਹਿ ਵੀ ਜੋ ਉਸਕੇ ਪਾਸ ਹੈ ਲੈ ਲਿਆ ਜਾਏਗਾ The love which is given to us we have to protect and allow it to grow ਜਿਹੜਾ ਪਰਮੇਸ਼ਰ ਨੇ ਸਾਨੂੰ ਪ੍ਰੇਮ ਦਿੱਤਾ ਹੈਗਾ ਅਸੀਂ ਉਹਦੀ ਸੁਰੱਖਿਆ ਕਰਨੀ ਹੈਗੀ ਏ ਤੇ ਉਹਨੂੰ ਅੱਗੇ ਵਧਾਣਾ ਹੈ Then more will be given to us ਜਿਸ ਤਰ੍ਹਾਂ ਕਰਾਂਗੇ ਤੇ ਹੋਰ ਪ੍ਰੇਮ ਦਿੱਤਾ ਜਾਏਗਾ But if we don't do that whatever we have will be removed that is why today we have believers who are believers but don't love God ਪਰ ਪਰਮੇਸ਼ਵਰ ਕਹਿੰਦਾ ਜੇ ਇਸ ਤਰ੍ਹਾਂ ਨਹੀਂ ਕਰੋਗੇ ਤੇ ਜੋ ਤੁਹਾਡੇ ਕੋਲ ਪ੍ਰੇਮ ਹੈਗਾ ਉਹ ਵੀ ਲੈ ਜਾਏਗਾ ਇਸ ਕਰਕੇ ਜਿਹੜੇ ਵਿਸ਼ਵਾਸੀ ਹੈਗੇ ਨੇ ਅੱਜ ਕੱਲ੍ਹ ਪਰਮੇਸ਼ਵਰ ਨਾਲ ਪ੍ਰੇਮ ਨਹੀਂ ਕਰਦੇ ਦਿਸ ਬ੍ਰਿੰਗਸ ਅਸ ਟੂ ਦ ਫਸਟ ਪਾਰਟ ਆਫ ਦ ਰਿਲੇਸ਼ਨਸ਼ਿਪ ਵਿਦ ਗੋਡ ਇਜ਼ ਟੂ ਲਵ ਕ੍ਰਾਈਸਟ ਇਹ ਜਿਹੜੀ ਆਪਣਾ ਗੱਲ ਹੈਗੀ ਹੈ ਸਾਡੇ ਅੱਜ ਦੇ ਪ੍ਰਚਾਰ ਦੇ ਪਹਿਲੇ ਪੁਆਇੰਟ ਤੋਂ ਸਾਨੂੰ ਦੱਸਦੀ ਹੈਗੀ ਹੈ ਕਿ ਜ਼ਰੂਰ ਹੈ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਕਰੀਏ ਵੀ ਸ਼ੁੱਡ ਆਸਕ ਆਵਰ ਸੈਲਫ ਵਾਟ ਇਜ਼ ਦ ਸਟੇਟਸ ਆਫ ਮਾਈ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਆਪਾਂ ਆਪਣੇ ਨੂੰ ਪੁੱਛਣਾ ਜ਼ਰੂਰੀ ਹੈਗਾ ਕਿ ਮੇਰਾ ਪਰਮੇਸ਼ਵਰ ਦਾ ਜਿਹੜਾ ਨਾਤਾ ਹੈਗਾ ਉਹ ਕਿਹੜੀ ਜਗ੍ਹਾ ਤੇ ਹੈਗਾ ਡੂ ਆਈ ਲਵ ਜੀਸਸ ਕ੍ਰਾਈਸਟ ਮੋਰ ਦੈਨ ਐਨੀਥਿੰਗ ਇਨ ਦਿਸ ਵਰਲਡ ਕਿਆ ਮੈਂ ਪਰਮੇਸ਼ਵਰ ਨਾਲ ਇੰਨਾ ਪਿਆਰ ਕਰਨਾ ਕਿ ਜਿਹਦੇ ਸਾਹਮਣੇ ਸੰਸਾਰਿਕ ਪ੍ਰੇਮ ਦੀ ਕੋਈ ਤੁਲਨਾ ਨਹੀਂ ਹੈ ਦਿਸ ਇਜ਼ ਦ ਫਾਊਂਡੇਸ਼ਨ ਆਫ ਦ ਰਿਲੇਸ਼ਨਸ਼ਿਪ ਇਹ ਜਿਹੜਾ ਸਾਡਾ ਰਿਸ਼ਤਾ ਹੈਗਾ ਇਹ ਇਹਦੀ ਨੀਂਹ ਹੈਗੀ ਹੈ ਦੈਟ ਇਜ਼ ਵਾਟ ਲਾਰਡ ਵਾਸ ਆਸਕਿੰਗ ਪੀਟਰ ਇਹ ਪ੍ਰਭੂ ਯਿਸੂ ਮਸੀਹ ਪਤਰਸ ਨੂੰ ਪੁੱਛ ਰਿਹਾ ਸੀ ਪੀਟਰ ਟ੍ਰਾਈਡ ਟੂ ਕਲੇਮ ਮੀ ਸੇਇੰਗ ਦੈਟ ਹੀ ਲਵਡ ਹਿਮ ਪਤਰਸ ਨੇ ਐਸੀ ਉਹਦਾ ਆਪਣਾ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦਾ ਵਾਂ ਲਾਰਡ ਵਾਸ ਸੇਇੰਗ ਸ਼ੋ ਮੀ ਇਨ ਯੋਰ ਐਕਸ਼ਨ ਪਰਮੇਸ਼ਰ ਕਹਿ ਰਿਹਾ ਸੀ ਆਪਣੇ ਕੰਮਾਂ ਤੋਂ ਮੈਨੂੰ ਦਿਖਾ ਇਮੇਜਿਨ ਜਜਮੈਂਟ ਡੇ ਨਿਆਂ ਦੇ ਦਿਨ ਦੇ ਬਾਰੇ ਸੋਚੋ ਦਿਸ ਇਜ਼ ਹਾਊ ਹੀ ਵਿਲ ਆਸਕ ਯੂ ਉਹ ਤੁਹਾਨੂੰ ਇਸ ਤਰ੍ਹਾਂ ਪੁੱਛਣਗੇ ਡਿਡ ਯੂ ਲਵ ਮੀ ਕਿਆ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਵਾਟ ਕੈਨ ਵੀ ਆਨਸਰ ਦਿਸ ਗੋਡ ਆਪਾਂ ਕੀ ਇਸ ਪਰਮੇਸ਼ਰ ਨੂੰ ਜਵਾਬ ਦੇਵਾਂਗੇ ਇਟਸ ਟਾਈਮ ਟੂ ਥਿੰਕ ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ ਸਮੇਂ ਹੈਗਾ ਜਦੋਂ ਇਸ ਬਾਰੇ ਸੋਚੀਏ ਦਿਸ ਇਜ਼ ਦ ਟੈਸਟ ਆਫ ਦ ਰਿਲੇਸ਼ਨਸ਼ਿਪ ਇਹ ਸਾਡਾ ਜਿਹੜਾ ਰਿਸ਼ਤਾ ਹੈਗਾ ਉਹਦੀ ਇੱਕ ਟੈਸਟ ਹੈਗਾ ਪ੍ਰੀਖਿਆ ਡੂ ਯੂ ਲਵ ਹਿਮ ਮੋਰ ਦੈਨ ਐਨੀਥਿੰਗ ਐਲਸ ਕਿਆ ਤੁਸੀਂ ਉਹਨਾਂ ਨੂੰ ਹਰ ਚੀਜ਼ ਤੋਂ ਜ਼ਿਆਦਾ ਪ੍ਰੇਮ ਕਰਦੇ ਹੋ ਐਨੀਵਨ ਐਲਸ ਹਰ ਕਿਸੇ ਇਨਸਾਨ ਤੋਂ ਉੱਪਰ ਮੋਰ ਦੈਨ ਯੋਰ ਹਸਬੈਂਡ ਔਰ ਵਾਈਫ ਆਪਣੇ ਪਤੀ ਜਾਂ ਪਤਨੀ ਤੋਂ ਜ਼ਿਆਦਾ ਫਾਦਰ ਮਦਰ ਆਪਣੇ ਮਾਤਾ ਪਿਤਾ ਤੋਂ ਜ਼ਿਆਦਾ ਮੋਰ ਦੈਨ ਫੈਮਿਲੀ ਪਰਿਵਾਰ ਤੋਂ ਜ਼ਿਆਦਾ ਮੋਰ ਦੈਨ ਐਜੂਕੇਸ਼ਨ ਆਪਣੀ ਪੜ੍ਹਾਈ ਤੋਂ ਜ਼ਿਆਦਾ ਮੋਰ ਦੈਨ ਫੇਮ ਐਂਡ ਫੋਰਚੂਨ ਜਿਹੜੀ ਆਪਣਾ ਸੰਸਾਰਿਕ ਜਿਹੜੀ ਉਚਾਈਆਂ ਤੋਂ ਜ਼ਿਆਦਾ 1 Peter 2:7 ਦ ਬਾਈਬਲ ਸੇਸ ਇੱਕ ਪਤਰਸ 2:7 ਕਹਿੰਦਾ ਹੈ ਅਨਟੂ ਯੂ ਥੇਰਫੋਰ ਹੂ ਬਿਲੀਵ ਅਤਾ ਉਹਨ ਵਿਸ਼ਵਾਸੀਓ ਕੇ ਲੀਏ ਇਹ ਹੀ ਇਜ਼ ਪ੍ਰੈਸ਼ੀਅਸ But unto them which be disobedient, the stone which the builder disallowed, the same is made the head of the corner. ਉਹ ਕਹਿੰਦਾ ਤਾਂ ਤੁਮ ਵਿਸ਼ਵਾਸੀਓ ਕੇ ਲਈ ਇਹ ਪੱਥਰ ਬਹੁਮੁੱਲ ਹੈ ਪਰੰਤੂ ਅਵਿਸ਼ਵਾਸੀਓ ਕੇ ਲਈ ਜਿਸ ਪੱਥਰ ਕੋ ਰਾਜ ਮਿਸਤਰੀ ਨੇ ਠੁਕਰਾ ਦਿਆ ਥਾ ਵਹੀ ਕੋਨੇ ਕਾ ਪੱਥਰ ਬਨ ਗਿਆ ਇਫ ਯੂ ਡਿਵੈਲਪ ਦਿਸ ਲਵ ਜੇ ਅਸੀਂ ਇਸ ਪਿਆਰ ਨੂੰ ਵਧਾਵਾਂਗੇ ਇਟ ਵਿਲ ਡਿਵੈਲਪ ਯੋਰ ਰਿਲੇਸ਼ਨਸ਼ਿਪ ਇਹ ਤੁਹਾਡਾ ਪਰਮੇਸ਼ਵਰ ਨਾਤਾ ਵਧਾਏਗਾ ਇਫ ਯੂ ਡੋਨਟ ਡੂ ਇਟ ਜੇ ਨਹੀਂ ਕਰੋਗੇ ਦ ਸੇਮ ਲਵ ਵਿਲ ਬਿਕਮ ਅ ਸਟੰਬਲਿੰਗ ਬਲੌਕ ਇਨ ਯੋਰ ਲਾਈਫ ਤੇ ਉਹੀ ਹੋ ਜਿਹੜਾ ਪਿਆਰ ਹੈਗਾ ਤੁਹਾਡੇ ਜੀਵਨ ਦੀ ਠੋਕਰ ਦਾ ਵਾਇਸ ਬਣੇਗਾ ਯੋਰ ਲਵ ਵਿਲ ਬੀ ਇਨ ਐਕਸ਼ਨ ਤੁਹਾਡਾ ਜਿਹੜਾ ਪਿਆਰ ਹੈਗਾ ਉਹ ਕਿਰਿਆਸ਼ੀਲ ਹੋਣਾ ਚਾਹੀਦਾ ਦੈਟ ਇਜ਼ ਵੇਅਰ ਦ ਰਿਲੇਸ਼ਨਸ਼ਿਪ ਬਿਗਿਨਸ ਜਿੱਥੇ ਰਿਸ਼ਤਾ ਬੰਨਣਾ ਸ਼ੁਰੂ ਹੁੰਦਾ ਨਾਓ ਲੁੱਕ ਐਟ ਦ ਸੈਕੰਡ ਪਾਰਟ ਆਫ ਦਿਸ ਰਿਲੇਸ਼ਨਸ਼ਿਪ ਹੁਣ ਆਪਾਂ ਜਿਹੜਾ ਦੂਜਾ ਆਪਣਾ ਰਿਸ਼ਤੇ ਦੇ ਬਾਰੇ ਗੱਲ ਕਰਾਂਗੇ ਵਰਸ 18 18 ਲਾਰਡ ਜੀਸਸ ਆਫਟਰ ਕਲੈਰੀਫਾਈਂਗ ਦ ਇਸ਼ੂ ਆਫ ਲਵ
he says he brings the second part of the relationship. ਅਤੇ ਪਰਮੇਸ਼ਵਰ ਨੇ ਪਿਆਰ ਤੋਂ ਬਾਅਦ ਜਿਹੜਾ ਦੂਜਾ ਰਿਸ਼ਤੇ ਦਾ ਗੱਲ ਹੈਗੀ ਉਹਦੇ ਬਾਰੇ ਗੱਲ ਕੀਤੀ। He tells Peter, verily, verily, I say unto you, when you are young, thou girdest thyself and walkest where thou wouldst. But when thou shalt be old, thou shalt stretch forth thy hands, and another shall gird thee and carry thee whither thou wouldst not. ਉਹ ਕਹਿੰਦਾ ਮੈਂ ਤੁਝੇ ਸੱਚ ਸੱਚ ਕਹਿਤਾ ਹੂੰ ਕਿ ਜਬ ਤੂੰ ਜਵਾਨ ਥਾ ਤੋ ਆਪਣੀ ਕਮਰ ਬਾਂਧ ਕਰ ਜਹਾਂ ਚਾਹਤਾ ਥਾ ਵਹਾਂ ਫਿਰਤਾ ਥਾ ਪਰ ਤੂੰ ਜਬ ਤੂੰ ਬੂੜਾ ਹੋਗਾ ਤੋ ਆਪਣਾ ਹੱਥ ਲੰਬੇ ਕਰੇਗਾ ਔਰ ਦੂਸਰਾ ਤੇਰੀ ਕਮਰ ਬਾਂਧ ਕਰ ਤੁਝੇ ਨਾ ਚਾਹੇਗਾ ਜਹਾਂ ਤੂੰ ਨਾ ਚਾਹੇਗਾ ਵਹਾਂ ਤੁਝੇ ਲੈ ਜਾਏਗਾ। He is telling Peter, in this age you are doing whatever you want. ਅਤੇ ਉਹ ਪਤਰਸ ਨੂੰ ਕਹਿ ਰਹੇ ਨੇ ਜੋ ਇਸ ਉਮਰ ਜੋ ਤੂੰ ਚਾਹਨਾ ਕਰ ਸਕਦਾ ਹੈ। You put your own belt, put your own cloak. ਤੋ ਆਪਣੇ ਖੁਦ ਆਪਣਾ ਕੀ ਕਹਿੰਦੇ ਨੇ ਕਮਰ ਕਸਣਾ ਹੈਗਾ ਕੱਪੜੇ ਪਾਉਣਾ ਹੈ। Whenever you want you took out the cloak. ਜਦੋਂ ਤੇਰੀ ਮਰਜ਼ੀ ਉਹਨੇ ਕੱਪੜੇ ਉਤਾਰ ਦੇਣਾ। You are controlling your life. ਤੂੰ ਆਪਣੇ ਜੀਵਨ ਦਾ ਖੁਦ ਬਾਲਕ ਹੈ। But when you grow old. ਪਰ ਜਦੋਂ ਬਜ਼ੁਰਗ ਹੋ ਜਾਏਗਾ। You will stretch forth your hands. ਤੂੰ ਆਪਣਾ ਹੱਥ ਲੰਬੇ ਕਰੇਗਾ। In the old days, in the Roman times, stretching forth your hands means crucifixion. ਰੋਮੀਓ ਸਮੇਂ ਜਿਹੜਾ ਆਪਣੇ ਹੱਥ ਫੈਲਾਉਣ ਦਾ ਮਤਲਬ ਹੁੰਦਾ ਸੀ ਵੀ ਸਲੀਬ ਤੇ ਚੜਾਉਣਾ। Somebody is going to tie you and take you away. ਕੋਈ ਬੰਦਾ ਤੁਹਾਨੂੰ ਬੰਨ ਕੇ ਲੈ ਜਾਏਗਾ। You are having no control over it. ਤੁਹਾਡਾ ਉਹਦੇ ਤੇ ਕੋਈ ਜ਼ੋਰ ਨਹੀਂ ਹੋਏਗਾ। Now in the verse 19 the Bible says he said this signifying by what kind of death he would glorify God. ਉਨੀ ਮਵਰ ਦੱਸਦਾ ਕਿ ਉਹ ਪਰਮੇਸ਼ਰ ਨੂੰ ਦੱਸਦਾ ਕਿ ਤੇਰੀ ਮੌਤ ਕਿਸ ਤਰ੍ਹਾਂ ਦੀ ਹੋਏਗੀ ਉਹ ਜਿਸ ਤਰ੍ਹਾਂ ਰੱਬ ਨੂੰ ਮਹਿਮਾ ਮਿਲੇਗੀ। After he said follow me. ਉਸ ਤੋਂ ਬਾਅਦ ਉਹਨੇ ਕਿਹਾ ਮੇਰੇ ਪਿੱਛੇ ਹੋ ਲੈ। The second component of the relationship is sacrificing for Christ. ਦੂਸਰਾ ਜਿਹੜਾ ਆਪਣਾ ਹਿੱਸਾ ਹੈਗਾ ਰਿਸ਼ਤੇ ਦਾ ਉਹ ਹੈਗਾ ਕਿ ਉਹਨਾਂ ਵਾਸਤੇ ਬਲੀਦਾਨ ਕਰਨਾ। The first one is to love. ਪਹਿਲਾ ਪ੍ਰੇਮ ਹੈ। Second is to sacrifice. ਦੂਜਾ ਬਲੀਦਾਨ ਹੈ। You guys describe love with the same words. ਤੁਸੀਂ ਲੋਕਾਂ ਨੇ ਵੀ ਉਸੇ ਤਰ੍ਹਾਂ ਆਪਣਾ ਪਿਆਰ ਨੂੰ ਬਿਆਨ ਕੀਤਾ। When I was praying in my room, the Lord said that this is the words you guys will answer. ਜਦੋਂ ਮੈਂ ਆਪਣੇ ਕਮਰੇ ਪ੍ਰਾਰਥਨਾ ਕਰ ਰਿਹਾ ਸੀ ਤੇ ਪਰਮੇਸ਼ਵਰ ਨੇ ਮੈਨੂੰ ਦੱਸਿਆ ਵੀ ਤੁਸੀਂ ਕੀ ਜਵਾਬ ਦਿਓਗੇ। I simply didn't ask you that question. ਮੈਂ ਤੁਹਾਨੂੰ ਐਵੇਂ ਸਵਾਲ ਨਹੀਂ ਪੁੱਛਿਆ ਸੀ। This is what Christ is telling him. ਅਤੇ ਪ੍ਰਭੂ ਕਹਿ ਰਹੇ ਨੇ Peter, it is very important in our relationship. First you have to love me. ਉਹ ਕਹਿੰਦੇ ਬਹੁਤ ਜ਼ਰੂਰੀ ਹੈ ਤੇਰੇ ਤੇ ਮੇਰੇ ਰਿਸ਼ਤੇ 'ਚ ਪਹਿਲੇ ਤੂੰ ਮੇਰੇ ਨਾਲ ਪ੍ਰੇਮ ਕਰ ਫਿਰ ਮੇਰੇ ਵਾਸਤੇ ਬਲੀਦਾਨ ਦੇ। You have to be willing to give your life to me. ਤਾਂ ਅਸੀਂ ਤਿਆਰ ਹੋਣਾ ਚਾਹੀਦਾ ਕਿ ਆਪਣਾ ਜੀਵਨ ਹੀ ਰੱਬ ਵਾਸਤੇ ਦੇ ਦਈਏ। I am telling you to follow me. ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰੇ ਮਗਰ ਹੋ ਲਓ। I am telling you by following me you will end up in a situation where you have no control. People will do things to you which you don't want, but I have called you. ਉਹ ਕਹਿੰਦੇ ਮੈਂ ਤੁਹਾਨੂੰ ਜਿੱਥੇ ਚੱਲਣ ਨੂੰ ਕਹਿ ਰਿਹਾ ਉੱਥੇ ਤੇਰੇ ਵਸ ਕੁਛ ਨਹੀਂ ਹੋਏਗਾ। ਲੋਕੀ ਤੇਰੇ ਨਾਲ ਅਤਿਆਚਾਰ ਕਰਨਗੇ ਪਰ ਮੈਂ ਤੇਰੀ ਰੱਖਿਆ ਕਰਾਂਗਾ। Call is to sacrifice everything for him. Jari bulahat hai ki hoge ki har cheez da balidan kita jave. He has to be supreme in everything. Ohna da jehra darja haga hai oh har darje to uccha hona chahida. Just as when you love you change for that person or you sacrifice for that person, this is the same way for Christ. We have to give up everything. Jive apa age dekhya ve jo tusi kis da prem karde ha te apne aap nu unde tarah dalan di koshish karde ha. ਆਪਣਾ ਸਭ ਕੁਝ ਹੁੰਦਾ ਉਸਦੇ ਬਲੀਦਾਨ ਕਰਨੇ ਹੋਈ ਔਰ ਰੱਬ ਉਸਦੇ ਕਰਨਾ ਜ਼ਰੂਰੀ ਹੈ। ਮੇ ਬੀ ਇਟ ਲੀਡਸ ਟੂ ਡੈਥ। ਉਸਦਾ ਇਸ ਕਰਕੇ ਸਾਨੂੰ ਮੌਤ ਦੀ ਹੱਦ ਤੱਕ ਜਾਣਾ ਪਵੇ। ਦੈਟ ਇਜ਼ ਵਾਟ ਦ ਲਾਰਡ ਸੈਡ ਲਾਸਟ ਵੀਕ ਵੀ ਸੋ ਇਫ ਯੂ ਆਰ ਨਾਟ ਵਿਲਿੰਗ ਟੂ ਟੇਕ ਅਪ ਯੋਰ ਕ੍ਰਾਸ ਐਂਡ ਫੋਲੋ ਮੀ ਯੂ ਆਰ ਨਾਟ ਵਰਦੀ ਟੂ ਬੀ ਮਾਈ ਡਿਸਾਈਪਲ। ਜਿਵੇਂ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਜੇ ਤੂੰ ਆਪਣੀ ਸਲੀਬ ਲੈ ਕੇ ਮੇਰੇ ਪਿੱਛੇ ਨਹੀਂ ਹੋ ਲਵੇ ਤੇ ਤੂੰ ਮੇਰਾ ਚੇਲਾ ਹੋਣ ਦੇ ਕਾਬਲ ਨਹੀਂ ਹੈਗਾ। ਦ ਕ੍ਰਾਸ ਇਲਸਟ੍ਰੇਟਸ ਡੈਥ। ਜਿਹੜੀ ਸਲੀਬ ਹੈਗੀ ਹੈ ਉਹ ਮੌਤ ਦਾ ਨਿਸ਼ਾਨ ਹੈ। ਲਾਰਡ ਜੀਸਸ ਹੈ ਸੈਡ ਗ੍ਰੇਟਰ ਲਵ ਦੈਨ ਦਿਸ ਹੈਥ ਨੋ ਮੈਨ ਦੈਟ ਹੀ ਲੇ ਡਾਊਨ ਹਿਸ ਲਾਈਫ। ਪ੍ਰਭੂ ਯਿਸੂ ਮਸੀਹ ਨੇ ਕਿਹਾ ਇਸ ਤੋਂ ਵੱਡ ਕੇ ਵੱਡਾ ਪਿਆਰ ਨਹੀਂ ਹੈਗਾ ਕਿ ਕੋਈ ਬੰਦਾ ਆਪਣਾ ਜੀਵਨ ਤਿਆਗ ਦੇਵੇ। ਇਟ ਇਜ਼ ਦ ਮੈਜਰ ਆਫ ਦ ਲੈਵਲ ਆਫ ਅਫੈਕਸ਼ਨ। ਇਹ ਇੱਕ ਪ੍ਰੇਮ ਦੇ ਮਾਪਦੰਡ ਦਾ ਇੱਕ ਨਿਸ਼ਾਨ ਹੈਗਾ। ਯੂ ਨੋ ਇਟਸ ਈਜ਼ੀ ਟੂ ਟਾਕ ਅਬਾਊਟ ਲੈਲਾ ਮਜਨੂ। ਇਹ ਬੜਾ ਆਸਾਨ ਤਰੀਕੇ ਨਾਲ ਆਪਾਂ ਲੈਲਾ ਮਜਨੂ ਦੀ ਗੱਲ ਕਰਦੇ ਹਾਂ। ਵੀ ਆਲ ਟਾਕ ਅਬਾਊਟ ਦੈਟ ਸਟੋਰੀ। ਆਪਾਂ ਉਸ ਕਹਾਣੀ ਬਾਰੇ ਗੱਲ ਕਰਦੇ ਹਾਂ। ਵੀ ਟਾਕ ਅਬਾਊਟ ਰੋਮੀਓ ਜੂਲੀਅਟ। ਆਪਾਂ ਰੋਮੀਓ ਜੂਲੀਅਟ ਬਾਰੇ ਗੱਲ ਕਰਦੇ ਹਾਂ। ਵਾਟ ਵਿਲ ਯੂ ਐਂਡ ਮੀ ਡੂ ਵੈਨ ਵੀ ਆਰ ਇਨ ਦੈਟ ਸਿਚੁਏਸ਼ਨ? ਵੀ ਡੋਨਟ ਥਿੰਕ ਅਬਾਊਟ ਇਟ। ਪਰ ਆਪਾਂ ਇਹ ਨਹੀਂ ਸੋਚਦੇ ਜੇ ਅਸੀਂ ਉਸ ਹਾਲਾਤ 'ਚ ਆਵਾਂਗੇ ਤੇ ਆਪਾਂ ਕੀ ਕਰਾਂਗੇ। ਆਰ ਯੂ ਵਿਲਿੰਗ ਟੂ ਸੈਕਰੀਫਾਈਜ਼ ਐਵਰੀਥਿੰਗ ਫੋਰ ਕ੍ਰਾਈਸਟ? ਕਿਆ ਤੁਸੀਂ ਤਿਆਰ ਹੋ ਕਿ ਹਰ ਚੀਜ਼
प्रभु यीशु मसीह वास्ते बलिदान कर दियो इफ देयर इज समथिंग इन योर लाइफ दैट यू आर नॉट एबल टू सैक्रिफाइस फॉर क्राइस्ट इट शोस द शैलोनेस ऑफ द लव जे तुहाडे जीवन ऐसी कोई भी चीज हैगी है जिंदे वास्ते तुसी जो तुसी रब दे अगे बलिदान करन नूं तैयार नहीं हैगे ते तुहाडे जीवन दा हल्का चीज दिखांदी है द थर्ड पार्ट इज फॉलो मी तीसरा हैगा मेरे पीछे हो लो द फर्स्ट वन इज लव मी पहला प्रेम करो सैक्रिफाइस फॉर मी सेकंड वन दूजा बलिदान करो थर्ड इज फॉलो मी तीसरा मेरे पीछे हो लो इन द एंड ऑफ 19th वर्स ही सेज फॉलो मी 19वें वर्स अखीर तक कहते हैं मेरे पीछे हो लो इट्स नॉट डिफिकल्ट टू अंडरस्टैंड एनु समझना मुश्किल नहीं हैगा बट पीटर बीइंग पीटर पर पतरस क्योंकि पतरस हीगा ही व्हेन लॉर्ड जीसस सेड फॉलो मी जो तो प्रभु ने क्या कि मेरे पीछे हो ला एंड व्हाट डिड पीटर डू पतरस ने की किता सी वर्स 20 20वां वर्स के अंदर ही टर्नड अराउंड उन्हें पीछे मुड़ के क्या एंड लुक्ड एट जॉन उन्हें जॉन नु देखया यू नो व्हेन आई वाज लुकिंग एट दिस इट वाज सो फनी जो मैं देखा मैं बड़ा अजीब लग गया ही सेड पीटर फॉलो मी ही सेड यस लॉर्ड एंड टर्नड अराउंड जो परमेश्वर ने क्या मेरे पीछे हो रहा है तो उन्हें मुड़ के देखा व्हाई ही इज डूइंग दिस क्यों कर रहे हैं आई डोंट नो इफ द लॉर्ड टुक फ्यू स्टेप्स मनु नहीं पता कि रब ने कुछ कदम पीछे और ही टर्नड अवे फ्रॉम द शोर या किनारे तो दूर होए बट इट वाज पीटर स्टार्टेड टू फॉलो एंड टर्नड अराउंड पर पतरस उन्होंने पीछे चलन नु हो गया ही सॉ जॉन फॉलोइंग हिम उन्हें देखा योना उन्हें उनके पीछे सीगा यू नो जॉन टिल देन वाज द मोस्ट फेवरेट डिसाइपल जरा योना सीगा उस तो पहले प्रभु यीशु मसीह दा बड़ा चाहता सीगा You know, understanding John's nature, he must be thinking, what is Lord giving too much importance to Peter? Let me also follow. ते ओ सुविधा होएगा योहन्ना की पतरस नु बड़ी ज्यादा की कहंदे ने अहमियत दे रहे ने मैं भी पीछे हो लेना I am the one who leaned on him. मैं सीगा जेड़ा कि उन्होंने छाती ते झुकदा सी But why is Lord using, oh, why only go for, talking to Peter? परमेश्वर क्यों सिर्फ पतरस दा गल कर रहे ने Now Peter is no longer concerned about Peter, he is concerned about John. ਪਤਰਸ ਉਹਨੂੰ ਸਿਰਫ ਆਪਣੀ ਚਿੰਤਾ ਨਹੀਂ ਹੈਗੀ ਉਹਨੂੰ ਯੋਹੰਨਾ ਬਾਰੇ ਸੋਚ ਹੈਗੀ ਹੈ ਯੂ ਨੋ ਵੈਨ ਵੀ ਆਰ ਕਾਲਡ ਵੀ ਹੈਵ ਟੂ ਹੈਵ ਅ ਸਿੰਗਲ ਫੋਕਸ ਔਨ ਲਾਰਡ ਜੀਸਸ ਕ੍ਰਾਈਸਟ ਜਦੋਂ ਪਰਮੇਸ਼ਰ ਸਾਨੂੰ ਬੁਲਾਉਂਦੇ ਨੇ ਉਦੋਂ ਸਾਡਾ ਸਿਰਫ ਜਿਹੜਾ ਇੱਕੋ ਸਾਡੀ ਨਿਸ਼ਾਨ ਹੋਣਾ ਚਾਹੀਦਾ ਹੈ ਉਹ ਉਹਨਾਂ ਦੇ ਪਿੱਛੇ ਚੱਲਣ ਦਾ ਹੋਣਾ ਚਾਹੀਦਾ ਹੈ ਨੋ ਮੈਟਰ ਵਾਟ ਐਨੀਬਡੀ ਇਜ਼ ਡੂਇੰਗ ਕੋਈ ਫਰਕ ਨਹੀਂ ਪੈਂਦਾ ਕੋਈ ਹੋਰ ਕੀ ਕਰ ਰਿਹਾ ਯੂ ਹੈਵ ਬੀਨ ਟੋਲਡ ਟੂ ਫੋਲੋ ਫੋਲੋ ਐਂਡ ਲੁਕਿੰਗ ਐਟ ਹਿਮ ਤੁਹਾਨੂੰ ਬੁਲਾਇਆ ਗਿਆ ਪਰਮੇਸ਼ਰ ਨੇ ਤੁਸੀਂ ਉਹਨਾਂ ਦੇ ਪਿੱਛੇ ਹੋ ਲਓ God, so the three components is, number one, what is number one? Love. Pehla ki hai ga prem. Second, sacrifice. Dooja number balidan. Three, follow. Teesra pichhe ho lo. You know, the last verse in this book says that he did wonder many things and if everything was written, the books of this world would not contain it. Ye khila verse kehta hai, aur bhi bahut se kaam hai jo Yeshu ne kiye. यदि एक एक लिखे जाते तो मैं समझता हूँ कि पुस्तकें जो लिखी जाती हैं वे जगत में भी ना समाती द वर्स ऑलवेज इंटरेस्टेड मी एज अ वर्स है बड़ा एक दिलचस्प वर्स है आई समटाइम्स विश मोर वाज रिटन मैं उम्मीद करता कई बार कि इससे ज्यादा लिखे जाता बट देन आई फेल्ट दिस इन माई हार्ट पर मैं अपने दिल से महसूस किया इवन दिस नोबडी रीड्स ऐ जरा लिखा इनू ही कोई नहीं पढ़ता इफ मोर वाज देयर वेयर दे वुड हैव रेड जे होर सो लिखे हुंदे कौन किथे पढ़दे गॉड वोंट थ्रो पर्ल्स इन फ्रंट ऑफ स्वाइन परमेश्वर सूर आगे मोती नहीं पांदा सम डे वी विल नो व्हाट ही डिड कुछ किसी दिन असी जानांगे कि उन्होंने की किया हियर लॉर्ड जीसस इज रिस्टोरिंग द रिलेशनशिप अते परमेश्वर जे नाता है उन्हें दोबारा बना रहे ने हियर इज टेलिंग पीटर यू मस्ट लव मी अते पतरस कह रहे मैंने प्रेम करना जरूरी है सैक्रिफाइस एवरीथिंग फॉर मी मेरे सब के वास्ते कुछ सब कुछ बलिदान फॉलोइंग मी इवन इफ इट कॉस्ट एवरीथिंग मेरे पीछे चल रहा पावे तेन सब कुछ त्यागना पवे नाउ लुक एट योर लाइफ हूँ अपने जीवन वाल देखो एंड चेक यूर सेल्फ अपने आप नूं पहचानो वट इज द कंडीशन ऑफ द रिलेशनशिप विद क्राइस्ट तुहाडा परमेश्वर नाते दा केड़ी जगह ते हैगा डू आई लव लॉर्ड जीसस क्राइस्ट क्या मैं उन्होंने प्रेम करता वहां डू आई लव हिम मोर देन एनीथिंग एल्स क्या मैं उन्होंने सब चीज ऊपर प्रेम करता इज ही द जॉय ऑफ माई हार्ट क्या मेरे दिल की खुशी है कहना इज ही माई कॉन्स्टेंट डिलाइट क्या मैं उन्होंने हमेशा रह के खुश रहना डू आई फाइंड प्लेजर इन हिज प्रेजेंस क्या उन्होंने मौजूदगी मन खुशी देती है डू आई एंजॉय हिज वर्ड ऑफ गॉड क्या मैं परमेश्वर के वचन नु रोचक समझना डू आई हैव आई लव्ड क्राइस्ट मोर देन एनीथिंग आई हैव लव्ड इन माई लाइफ
क्या मैं परमेश्वर ने इस तरह प्यार किया है जेड़ा कि मेरे सारे प्रेम तो ऊपर हैगा इज माई लव फॉर हिम एक्सट्रीम क्या मेरा उन्हें जरा प्यार हैगा वो असीम है सेकेंड थिंग यू हैव टू चेक दूसरा देखो तुसी एम आई विलिंग टू सैक्रीफाइस एवरीथिंग फॉर हिम क्या मैं उन्होंने सब कुछ चीज बलिदान करने तैयार हाँ इवन इफ इट मीन समडे समबडी इज गोइंग टू टाई मी अप एंड सैक्रीफाइस मी उसका ऐसा अपना समय आवे जो मैं बन के सैक्रीफाइस बलिदान से तैयार हो डू आई लव हिम दैट मच क्या मैं इतना प्रेम करना एम आई विलिंग टू टेक अप द क्रॉस एंड डाई फॉर हिम क्या मैं अपनी सलीब लेके मौत तक जानू तैयार हाँ और आर देयर न्यूमरस थिंग्स इन माई लाइफ दैट आई कैन नॉट गिव अप फॉर क्राइस्ट क्या मेरे जीवन में बहुत सारे काम ने जिन्होंने मैं छोड़ नहीं सकता थर्डली विल आई फॉलो हिम तीसरा क्या मैं उन्हें पीछे होवांगा विल आई फॉलो हिम नो मैटर व्हाट इट मींस क्या मैं उन्हें पीछे होवांगा भावे मैं जो मर्जी चुकाना पवे व्हेन वी आर न्यू क्रिश्चियंस एवरीथिंग लुक्स वेरी ईजी जिदो से नवे नवे परमेश्वर कबूल करने हैं तो हर चीज बड़ी आसान लगती है वी हैव द ज़ील साडे अंदर तीव्र इच्छा होती है एज टाइम पासस जिवें समय बीतदा सैटन एंड फ्लैश कंस्पायर टुगेदर टू डिस्ट्रॉय दैट शैतान ते साडा अपना जरा शरीर हैगा वो मिलके साडे खिलाफ होंदे ने वी हैव टू फाइट अ कांस्टेंट बैटल एस करे सन लगातार लड़ाई लड़ना पैंदी है आई विल क्लोज विद अ स्टोरी मैं बंद करांगे कहानी दे नाल व्हिच इलस्ट्रेट्स दिस इन अ वेरी नाइस वे जो जड़ जी मैं तुहानू दसी हैगी है ओनु अच्छी तरह बयान करदी है वन इवेंजेलिस्ट हु हैज बीन ट्रैवलिंग अ लॉट रोट दिस एक प्रचारक जड़ा बहुत ज्यादा सफर करता से उने एवं लिखा ही सेड For the last 20 years, I've been a faithful flyer on American Airlines. ਉਹ ਕਹਿੰਦਾ ਪਿਛਲੇ 20 ਸਾਲ ਤੋਂ ਮੈਂ ਅਮਰੀਕਨ ਏਅਰਲਾਈਨ ਹੀ ਬੜੇ ਵਿਸ਼ਵਾਸ ਨਾਲ ਸਫ਼ਰ ਕਰਦਾ ਦੇ ਹੈਵ ਬੀਨ ਦ ਏਅਰਲਾਈਨ ਆਫ ਮਾਈ ਚੋਇਸ ਉਹ ਜਿਹੜੀ ਏਅਰਲਾਈਨ ਹੈਗੀ ਮੇਰੇ ਮਤਲਬ ਦੀ ਏਅਰਲਾਈਨ ਹੈ ਐਜ਼ ਅ ਰਿਜ਼ਲਟ ਆਫ ਮਾਈ ਯੂ ਨੋ ਕਾਂਸਟੈਂਟ ਯੂਜ਼ ਆਫ ਦੇਅਰ ਆਫ ਦੀ ਏਅਰਲਾਈਨਸ ਦੇ ਗੇਵ ਮੀ ਅ ਪਲੈਟੀਨਮ ਕਾਰਡ ਕਿਉਂਕਿ ਮੈਂ ਬਾਰ ਬਾਰ ਉਹਨਾਂ ਦਾ ਇਸਤੇਮਾਲ ਕਰਨਾ ਤੇ ਉਹਨਾਂ ਨੇ ਮੈਨੂੰ ਪਲੈਟੀਨਮ ਕਾਰਡ ਦਿੱਤਾ ਐਂਡ ਦ ਪਲੈਟੀਨਮ ਕਾਰਡ ਗਿਵਸ ਮੀ ਪ੍ਰਿਵਿਲੇਜਸ ਵਾਟ ਅਦਰ ਰੈਗੂਲਰ ਅਦਰ ਟਰੈਵਲਰਸ ਡੋਨਟ ਗੈਟ ਤੇ ਉਹ ਜਿਹੜਾ ਕਾਰਡ ਪਲੈਟੀਨਮ ਦਾ ਹੈਗਾ ਉਹਦੇ ਨਾਲ ਮੈਨੂੰ ਉਹ ਸੁਵਿਧਾ ਮਿਲਦੀਆਂ ਨੇ ਜਿਹੜੇ ਦੂਸਰੇ ਯਾਤਰੀਆਂ ਨੂੰ ਨਹੀਂ ਮਿਲਦੀਆਂ ਆਟੋਮੈਟਿਕਲੀ ਆਈ ਵਿਲ ਬੀ ਅਪਗ੍ਰੇਡਡ ਟੂ ਫਸਟ ਕਲਾਸ ਇਫ ਦੇਰ ਇਜ਼ ਐਨ ਐਮਟੀ ਫਸਟ ਕਲਾਸ ਸੀਟ ਕਿ ਜਦੋਂ ਆ ਫਸਟ ਕਲਾਸ ਦੀ ਕੋਈ ਸੀਟ ਖਾਲੀ ਹੋਏਗੀ ਤੇ ਆਪਣੇ ਆਪ ਨੂੰ ਫਸਟ ਕਲਾਸ ਸੀਟ ਦੇ ਦਿੰਦੇ ਆਈ ਹੈਵ ਫਲੋਨ 2 ਮਿਲੀਅਨ ਮਾਈਲਸ ਔਨ ਇਟ ਸੋ ਦੇ ਗੇਵ ਮੀ ਦਿਸ ਪਲੈਟੀਨਮ ਕਾਰਡ ਕਿਉਂਕਿ ਮੈਂ 2 ਮਿਲੀਅਨ ਮਾਈਲ ਦਾ ਸਫ਼ਰ ਕੀਤਾ ਹੈ ਇਸ ਕਰਕੇ ਮੈਨੂੰ ਪਲੈਟੀਨਮ ਕਾਰਡ ਮਿਲ ਗਿਆ ਆਈ ਐਮ ਅ ਪ੍ਰੀਫਰਡ ਕਸਟਮਰ ਮੈਂ ਉਹਨਾਂ ਦਾ ਅੱਛਾ ਗਾਹਕ ਹੈਗਾ ਵਾਂ ਦੇ ਸੈਂਡ ਮੀ ਗਿਫਟ ਸਮ ਟਾਈਮਸ ਟੂ ਮਾਈ ਹਾਊਸ ਉਹ ਕਈ ਵਾਰ ਮੇਰੇ ਘਰ ਤੋਹਫੇ ਭੇਜਦੇ ਨੇ ਦੇ ਐਪਰੀਸ਼ੀਏਟ ਐਵਰੀਥਿੰਗ ਆਈ ਵੈਨ ਆਈ ਟਰੈਵਲ ਵਿਦ ਥੈਮ ਜਦੋਂ ਮੈਂ ਉਹਨਾਂ ਨਾਲ ਸਫ਼ਰ ਕਰਨਾ ਉਹ ਅੱਛਾ ਸਮਝਦੇ ਨੇ ਈਵਨ ਵੈਨ ਦੇਰ ਇਜ਼ ਇਟਸ ਫੁੱਲ ਵੈਨ ਆਈ ਨੀਡ ਟੂ ਟਰੈਵਲ ਅਰਜੈਂਟਲੀ ਦੇ ਮੇਕ ਪਲੇਸ ਫਾਰ ਮੀ ਜਦੋਂ ਭਾਵੇਂ ਪਲੇਨ ਫੁੱਲ ਹੋਵੇ ਜਦੋਂ ਮੈਨੂੰ ਲੋੜ ਹੁੰਦੀ ਹੈ ਉਹ ਮੇਰੇ ਸੇ ਜਗ੍ਹਾ ਬਣਾਉਂਦੇ ਨੇ ਐਂਡ ਵੈਨ ਆਈ ਵਾਕ ਟੂ ਦ ਬੂਥ ਜਦੋਂ ਮੈਂ ਬੂਥ ਤੇ ਜਾਣਾ ਐਂਡ ਇਫ ਦ ਫਸਟ ਕਲਾਸ ਇਜ਼ ਫੁੱਲ ਜੇ ਫਸਟ ਕਲਾਸ ਫੁੱਲ ਹੁੰਦੀ ਹੈ ਐਂਡ ਦੇ ਹੈਵ ਅ ਵੇਟਿੰਗ ਲਿਸਟ ਤੇ ਵੇਟਿੰਗ ਲਿਸਟ ਹੈ ਇਫ ਦੇ ਟੈਲ ਮੀ ਗੋਲਡ ਮੈਂਬਰਸ ਆਰ ਦੇਅਰ ਬਿਫੋਰ ਯੂ ਜੋ ਕਹਿੰਦੇ ਵੀ ਗੋਲਡ ਮੈਂਬਰ ਤੁਹਾਡੇ ਤੋਂ ਪਹਿਲੇ ਹੈਗੇ ਆਈ ਪੁੱਲ ਆਊਟ ਮਾਈ ਪਲੈਟੀਨਮ ਕਾਰਡ ਐਂਡ ਮਾਈ ਸਟੇਟਸ ਗੈਟਸ ਬੰਪਡ ਤੇ ਮੈਂ ਆਪਣਾ ਪਲੈਟੀਨਮ ਕਾਰਡ ਦਿਖਾ ਦਿੰਦਾ ਤੇ ਮੇਰਾ ਉਹਦਾ ਉਹਨਾਂ ਤੋਂ ਉੱਪਰ ਹੋ ਜਾਂਦਾ ਆਈ ਟੇਕ ਪ੍ਰੈਸੀਡੈਂਸ ਬਿਕੋਜ਼ ਆਫ ਮਾਈ ਡੀਪਰ ਐਂਡ ਲੌਂਗਰ ਕਮਿਟਮੈਂਟ ਟੂ ਅਮਰੀਕਨ ਏਅਰਲਾਈਨਸ ਇਹ ਜਿਹੜੇ ਸਾਰੇ ਮੇਰੇ ਫਾਇਦੇ ਤਾਂ ਮੈਨੂੰ ਮਿਲਦੇ ਨੇ ਕਿਉਂਕਿ ਮੈਂ ਉਹਨਾਂ ਨਾਲ ਬੜਾ ਮਜ਼ਬੂਤ ਰਿਸ਼ਤਾ ਬਣਾਇਆ ਹੋਇਆ ਵਨ ਡੇ ਆਈ ਵਾਸ ਸਟੈਂਡਿੰਗ ਇਨ ਲਾਈਨ ਇੱਕ ਵਾਰ ਮੈਂ ਲਾਈਨ 'ਚ ਖੜਾ ਸੀ ਮਾਈ ਮੈਨ ਬਿਹਾਈਂਡ ਮੀ ਆਸਕਡ ਇਫ ਦੇਰ ਵਰ ਐਨੀ ਫਸਟ ਕਲਾਸ ਸੀਟਸ ਤੇ ਕਿਸੇ ਨੇ ਪੁੱਛਿਆ ਵੀ ਕੋਈ ਫਸਟ ਕਲਾਸ ਸੀਟਾਂ ਹੈਗੀਆਂ ਨੇ ਦ ਕਲਰਕ ਲੁਕਡ ਦ ਏਜੈਂਟ ਟੋਲਡ ਹਿਮ ਯੈਸ ਦੇ ਵਰ ਸੀਟਸ ਏਜੰਟ ਨੇ ਕਿਹਾ ਹੈਗੀ ਆ ਬਟ ਦ ਫਸਟ ਪਰਸਨ ਇਜ਼ ਦਿਸ ਪਲੈਟੀਨਮ ਮੈਂਬਰ ਹੂ ਵਿਲ ਗੈਟ ਫਸਟ ਚੋਇਸ ਪਰ ਉਹਨਾਂ ਨੇ ਕਿਹਾ ਜਿਹੜਾ ਪਹਿਲਾ ਨੰਬਰ ਹੈਗਾ ਉਹ ਪਲੈਟੀਨਮ ਕਾਰਡ ਵਾਲੇ ਨੂੰ ਮਿਲੇਗਾ ਦਿਸ ਮੈਨ ਟੁੱਕ ਆਊਟ ਇਜ਼ ਐਗਜ਼ੀਕਿਊਟਿਵ ਪਲੈਟੀਨਮ ਕਾਰਡ ਉਹ ਬੰਦੇ ਨੇ ਆਪਣਾ ਪਲੈਟੀਨਮ ਐਗਜ਼ੀਕਿਊਟਿਵ ਕਾਰਡ ਕੱਢ ਲਿਆ ਆਈ ਫੈਲਟ ਲਾਈਕ ਐਜ਼ ਇਫ ਆਈ ਵਾਸ ਸ਼ੌਕਡ ਮੈਨੂੰ ਬੜਾ ਧੱਕਾ ਲੱਗਿਆ ਟੂ ਰਿਮੇਨ ਪਲੈਟੀਨਮ ਆਈ ਹੈਵ ਟੂ ਫਾਈ 50,000 ਮਾਈਲਸ ਅ ਈਅਰ ਮੈਂ ਪਲੈਟੀਨਮ ਦਾ ਆਪਣਾ ਅਹੁਦਾ ਰੱਖਣ ਵਾਸਤੇ 50,000 ਮੀਲ ਹਰ ਸਾਲ ਉੱਡਣਾ ਜ਼ਰੂਰੀ ਹੈ ਟੂ ਬੀ ਐਗਜ਼ੀਕਿਊਟਿਵ ਪਲੈਟੀਨਮ ਮੈਂਬਰ ਆਈ ਹੈਵ ਟੂ ਫਲਾਈ 100,000 ਮਾਈਲਸ ਅ ਈਅਰ ਪਰ ਆਪਣਾ ਐਗਜ਼ੈਕਟਿਵ ਪਲੈਟੀਨਮ ਵਾਸਤੇ ਮੈਨੂੰ 1,00,000 ਮੀਲ ਚੱਲਣਾ ਜ਼ਰੂਰੀ ਹੈ ਵੈਨ ਆਈ ਵਾਕਡ ਅਪ ਟੂ ਦਾ ਕਾਊਂਟਰ ਦੇ ਲੈਟ ਮੀ ਨੋ ਦੇ ਵਰ ਪੁਟਿੰਗ ਮੀ ਫਸਟ ਮੈਂ ਜਦੋਂ ਕਾਊਂਟਰ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਵੀ ਤੈਨੂੰ ਪਹਿਲਾ ਨੰਬਰ ਦੇ ਰਹੇ ਹਾਂ ਬਟ ਵੈਨ ਹੀ ਕੇਮ ਦੇ ਸੈਡ ਹੀ ਗੈਟਸ ਪ੍ਰਿਵਿਲੇਜ ਓਵਰ ਯੂ ਪਰ ਜਿਹੜਾ ਦੂਜਾ ਪਲੈਟੀਨਮ ਵਾਲਾ ਆ ਗਿਆ ਐਗਜ਼ੈਕਟਿਵ ਵਾਲਾ ਉਹ ਮੇਰੇ ਤੋਂ ਅੱਗੇ ਚਲਾ ਗਿਆ ਹਿਸ ਲੈਵਲ ਆਫ ਕਮਿਟਮੈਂਟ ਇਜ਼ ਮੋਰ ਦੈਨ ਯੂ ਉਹਦਾ ਜਿਹੜਾ ਆਪਣਾ ਲੈਵਲ ਆਫ ਕਮਿਟਮੈਂਟ ਹੈਗਾ ਉਹ ਆਪਣਾ ਐਗਜ਼ੈਕਟਿਵ ਤੋਂ ਜ਼ਿਆਦਾ ਹੈਗਾ ਸਮ ਕ੍ਰਿਸਚੀਅਨਸ ਆਰ ਕੈਜੂਅਲ ਟਰੈਵਲਰਸ ਕੁਝ ਜਿਹੜੇ ਮਸੀਹ ਲੋਕ ਹੁੰਦੇ ਨੇ ਉਹ ਕਦੀ ਕਦੀ ਸਫ਼ਰ ਕਰਦੇ ਨੇ ਸਮ ਆਰ ਗੋਲਡ ਸਟੈਟਸ
Gold status. Some are platinum status. Platinum. Some are executive platinum. Executive platinum. What type of believer are you? What type of commitment you have to the airline called Jesus Christ? Jesus airline is level. The benefits will be directly proportional to the intimacy. ਜਿੰਨਾ ਅਸੀਂ ਰੱਬ ਦੇ ਨਜ਼ਦੀਕ ਹੋਵਾਂਗੇ ਪਰਮੇਸ਼ਵਰ ਦੇ ਫਾਇਦੇ ਸਾਨੂੰ ਉਹਨੇ ਜ਼ਿਆਦਾ ਹੋਣਗੇ ਲੈਟਸ ਆਸ ਦੀਸ ਕੁਐਸਚਨਸ ਅਗੇਨ ਜ਼ਰੂਰ ਹੈ ਆਪਣੇ ਆਪ ਨੂੰ ਸਵਾਲ ਪੁੱਛਿਆ ਡੂ ਆਈ ਲਵ ਹਿਮ ਮੋਰ ਦੈਨ ਦੀਸ ਕਿਆ ਮੈਂ ਉਹਨਾਂ ਨੂੰ ਹਰ ਚੀਜ਼ ਤੋਂ ਜ਼ਿਆਦਾ ਪ੍ਰੇਮ ਕਰਦਾ ਕੈਨ ਆਈ ਸੈਕਰੀਫਾਈਜ਼ ਐਵਰੀਥਿੰਗ ਟੂ ਹਿਮ ਕਿਆ ਮੈਂ ਸਭ ਕੁਝ ਜਿੱਤ ਬਲੀਦਾਨ ਕਰਨ ਨੂੰ ਤਿਆਰ ਹਾਂ ਐਮ ਆਈ ਵਿਲਿੰਗ ਟੂ ਫਾਲੋ ਹਿਮ ਐਨੀਵੇਅਰ ਹੀ ਕਾਲਸ ਕਿਆ ਮੈਂ ਜਿੱਥੇ ਵੀ ਉਹ ਬੁਲਾਉਣ ਮੈਂ ਉੱਥੇ ਜਾਣ ਨੂੰ ਤਿਆਰ ਹਾਂ ਦੀ ਆਨਸਰਸ ਵਿਲ ਫਾਰਮ ਦ ਡਿਸਕ੍ਰਿਪਸ਼ਨ ਆਫ ਯੂਅਰ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਜੇ ਤੁਹਾਡਾ ਜਵਾਬ ਹੈਗਾ ਇਹ ਦੱਸੇਗਾ ਤੁਹਾਡਾ ਪਰਮੇਸ਼ਵਰ ਨਾਲ ਕੀ ਨਾਤਾ ਹੈਗਾ ਹਾਲੇਲੂਇਆ ਹਾਲੇਲੂਇਆ ਬੋ ਡਾਊਨ ਯਰ ਹੈਡਸ ਐਂਡ ਕਲੋਜ਼ ਯਰ ਆਈਜ਼ ਆਪਾਂ ਆਪਣੇ ਸਿਰ ਝੁਕਾਵਾਂਗੇ ਅੱਖਾਂ ਬੰਦ ਕਰਾਂਗੇ ਇਟਸ ਟਾਈਮ ਟੂ ਸਪੀਕ ਟੂ ਗੋਡ ਸਮੇਂ ਹੈਗਾ ਜੋ ਸਿਰ ਆਪਣਾ ਗੱਲ ਕਰੀਏ ਆਈ ਕੈਨ ਨਾਟ ਫੋਰਸ ਯੂ ਟੂ ਹੈਵ ਅ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਮੈਂ ਤੁਹਾਨੂੰ ਦਬਾਅ ਨਹੀਂ ਪਾ ਸਕਦਾ ਕਿ ਤੁਸੀਂ ਉਹਨਾਂ ਨਾਲ ਨਾਤਾ ਬਣਾਓ ਇਟ ਹੈਜ਼ ਟੂ ਕਮ ਫਰਮ ਯੂ ਇਹ ਤੁਹਾਡੇ ਦਿਲ ਤੋਂ ਆਉਣਾ ਚਾਹੀਦਾ ਇਫ ਯੂ ਫੀਲ ਯੂ ਡੋਨਟ ਹੈਵ ਇਟ ਆਸਕ ਗੋਡ ਜੇ ਤੁਸੀਂ ਸੋਚਦੇ ਤੁਸੀਂ ਤੁਹਾਡੇ ਕੋਲ ਨਹੀਂ ਹੈਗਾ ਤੇ ਰੱਬ ਕੋਲ ਮੰਗੋ ਆਲਵੇਜ਼ ਗੋਡ ਗਿਵਸ ਵਾਟ ਯੂ ਆਸਕ ਹਮੇਸ਼ਾ ਪਰਮੇਸ਼ਰ ਉਹ ਦਿੰਦਾ ਜੋ ਤੁਸੀਂ ਮੰਗਦੇ ਹੋ ਬਟ ਰੀ ਬੀ ਰੈਡੀ ਫਾਰ ਦ ਰਾਈਡ ਆਫ ਯੂਅਰ ਲਾਈਫ ਪਰ ਜੇ ਤੁਸੀਂ ਮੰਗੋ ਤੇ ਤਿਆਰ ਹੋ ਹੁੰਦੇ ਆਪਣਾ ਜੋ ਕੰਮ ਹੁੰਦੇ ਬਦਲੇ ਹੁੰਦੇ ਨੇ ਨੋ ਦੈਰ ਇਟ ਇਜ਼ ਲਾਈਕ ਰੋਲਰ ਕੋਸਟਰ ਰਾਈਡ ਇਹ ਉਹ ਜਿਹੜਾ ਸਫ਼ਰ ਹੈਗਾ ਉਹ ਰੋਲਰ ਕੋਸਟਰ ਰਾਈਡ ਤਰ੍ਹਾਂ ਹੈਗਾ ਇਟ ਵਿਲ ਟੇਕ ਯੂ ਟੂ ਦੀ ਐਜ ਆਫ ਐਵਰੀਥਿੰਗ ਯੂ ਹੈਵ ਥੌਟ ਯੂ ਹੈਵ ਯੂ ਨੋ ਈਵਨ ਇਮੈਜਿਨਡ ਉਹ ਤੁਹਾਨੂੰ ਉਸ ਅਖੀਰ ਤੱਕ ਲੈ ਜਾਏਗਾ ਜੋ ਤੁਸੀਂ ਸ਼ਾਇਦ ਸੋਚ ਨਹੀਂ ਸਕਦੇ ਇਟ ਟੇਕ ਯੂ ਟੂ ਦ ਹਾਈਐਸਟ ਮਾਊਂਟਨ ਉਹ ਸਭ ਤੋਂ ਉਤਲੇ ਤੁਹਾਨੂੰ ਪਰਬਤ ਤੱਕ ਲੈ ਜਾਏਗਾ ਇਟ ਟੇਕ ਯੂ ਟੂ ਦ ਲੋਵੈਸਟ ਵੈਲੀ ਉਹ ਸਭ ਤੋਂ ਜ਼ਿਆਦਾ ਤੁਹਾਨੂੰ ਗਹਿਰੀ ਘਾਟੀ ਲੈ ਜਾਏਗਾ ਆਲ ਦ ਟਾਈਮ ਦ ਬੈਨੀਫਿਟ ਇਜ਼ ਲਾਰਡ ਜੀਸਸ ਕ੍ਰਾਈਸਟ ਵਿਲ ਬੀ ਵਿਦ ਯੂ ਹਮੇਸ਼ਾ ਦਾ ਫਾਇਦਾ ਹੈਗਾ ਕਿ ਪ੍ਰਭੂ ਯਿਸੂ ਮਸੀਹ ਹਮੇਸ਼ਾ ਤੁਹਾਡੇ ਨਾਲ ਹੋਣਗੇ ਇਟਸ ਐਗਜ਼ੈਕਟਲੀ ਲਾਈਕ ਯੂ ਡਿਸਕ੍ਰਾਈਬਡ ਲਵ ਜਿਵੇਂ ਆਪਾਂ ਪ੍ਰੇਮ ਦੀ ਪਰਿਭਾਸ਼ਾ ਦਿੱਤੀ ਯੂ ਵਾਂਟ ਟੂ ਸਪੈਂਡ ਟਾਈਮ ਵਿਦ ਦੈਟ ਪਰਸਨ ਤੁਸੀਂ ਉਹਨਾਂ ਨਾਲ ਸਮੇਂ ਬਿਤਾਉਣਾ ਚਾਹੁੰਦੇ ਹੋ ਡੂ ਯੂ ਵਾਂਟ ਟੂ ਸਪੈਂਡ ਟਾਈਮ ਵਿਦ ਕ੍ਰਾਈਸਟ ਕਿਆ ਤੁਸੀਂ ਪਰਮੇਸ਼ਵਰ ਨਾਲ ਸਮੇਂ ਬਿਤਾਉਣਾ ਚਾਹੁੰਦੇ ਹੋ ਆਰ ਯੂ ਏਬਲ ਟੂ ਸੈਕਰੀਫਾਈਸ ਕਿਆ ਤੁਸੀਂ ਬਲੀਦਾਨ ਕਰਨ ਨੂੰ ਤਿਆਰ ਹੋ ਹੇਅਰ ਇਜ਼ ਦ ਕਾਲ ਅੱਜ ਤੁਹਾਨੂੰ ਬੁਲਾਹਟ ਹੈਗੀ ਹੈ ਡੂ ਯੂ ਲਵ ਮੀ ਕਿਆ ਤੁਸੀਂ ਮੇਰੇ ਨਾਲ ਪ੍ਰੇਮ ਕਰਦੇ ਹੋ ਵਿਲ ਯੂ ਸੈਕਰੀਫਾਈਸ ਫਾਰ ਮੀ ਕਿਆ ਤੁਸੀਂ ਮੇਰੇ ਸੇ ਬਲੀਦਾਨ ਕਰੋਗੇ ਵਿਲ ਯੂ ਫਾਲੋ ਮੀ ਕਿਆ ਤੁਸੀਂ ਮੇਰੇ ਪਿੱਛੇ ਹੋ ਲੋਗੇ ਓਨਲੀ ਯੂ ਕੈਨ ਆਨਸਰ ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ ਮੇਰੇ ਭੈਣ ਭਰਾ ਦਾ ਜਵਾਬ ਤੁਸੀਂ ਦੇ ਸਕਦੇ ਹੋ ਸਰ ਨੋਬਡੀ ਕੈਨ ਆਨਸਰ ਇਟ ਫਾਰ ਯੂ ਕੋਈ ਤੁਹਾਡੇ ਵਾਸਤੇ ਜਵਾਬ ਨਹੀਂ ਦੇ ਸਕਦਾ ਆਰ ਯੂ ਏਬਲ ਟੂ ਕਮਿਟ ਦਿਸ ਅਬਾਊ ਯੂਅਰ ਵਾਈਫ ਔਰ ਹਸਬੈਂਡ ਔਰ ਚਾਈਲਡ ਔਰ ਫਾਦਰ ਐਂਡ ਮਦਰ ਕਿਆ ਤੁਸੀਂ ਪਰਮੇਸ਼ਵਰ ਨਾਲ ਜਿਹੜਾ ਇਹ ਦਾ ਨਾਤਾ ਹੈਗਾ ਉਹ ਪਤੀ ਪਤਨੀ ਜਾਂ ਬੱਚਿਆਂ ਤੋਂ ਜਾਂ ਮਾਂ ਪਿਓ ਤੋਂ ਵੱਧ ਦੇ ਸਕਦੇ ਹੋ ਯੂ ਨੋ ਵਾਟ ਵੈਨ ਯੂ ਕਮਿਟ ਗਾਡ ਵਿਲ ਟੇਕ ਕੇਅਰ ਆਫ ਯੂਅਰ ਸਰਕਮਸਟੈਂਸ ਜਿੱਦਾਂ ਤੁਸੀਂ ਪਰਮੇਸ਼ਵਰ ਨਾਲ ਅਹਿਦ ਕਰੋਗੇ ਤੇ ਪਰਮੇਸ਼ਵਰ ਤੁਹਾਨੂੰ ਹਾਲਾਤ ਤੁਹਾਡੇ ਹਾਲਾਤਾਂ ਧਿਆਨ ਰੱਖੇਗਾ ਥੈਂਕ ਯੂ ਫਾਦਰ ਇਟਸ ਟਾਈਮ ਟੂ ਪ੍ਰੇ ਯੂ ਕੈਨੋਟ ਫੂਲ ਐਨੀਬਡੀ ਯੂ ਕੈਨੋਟ ਫੂਲ ਗੋਡ ਸਪੈਸ਼ਲੀ ਬਾਈ ਸੇਇੰਗ ਯੂ ਲਵ ਹਿਮ ਐਂਡ ਡੋਂਟ ਡੂ ਐਨੀਥਿੰਗ ਫੋਰ ਹਿਮ ਅਸੀਂ ਪਰਮੇਸ਼ਵਰ ਨੂੰ ਧੋਖਾ ਨਹੀਂ ਦੇ ਸਕਦੇ ਆਪਾਂ ਕਹੀਏ ਮੈਂ ਪਰਮੇਸ਼ਵਰ ਨਾਲ ਪਿਆਰ ਕਰਦਾ ਵਾਂ ਪਰ ਉਹਨਾਂ ਵਾਸਤੇ ਕੁਝ ਕਰਨ ਨੂੰ ਤਿਆਰ ਨਹੀਂ ਹੈਗਾ ਵਾਟ ਇਜ਼ ਦ ਸਟੇਟਸ ਆਫ ਯੂਅਰ ਰਿਲੇਸ਼ਨਸ਼ਿਪ ਵਿਦ ਕ੍ਰਾਈਸਟ ਤੁਹਾਡਾ ਜਿਹੜਾ ਪ੍ਰਭੂ ਯਿਸੂ ਮਸੀਹ ਨਾਲ ਰਿਸ਼ਤਾ ਹੈਗਾ ਉਹਦਾ ਸਤਰ ਕੀ ਹੈਗਾ ਥੈਂਕ ਯੂ ਫਾਦਰ ਥੈਂਕ ਯੂ ਆਲਮਾਈਟੀ ਗੋਡ ਫਾਦਰ ਯੂਰ ਵਰਡਸ ਆਈ ਹੈਵ ਕਮਿਟਡ ਟੂ ਐਵਰੀਵਨ ਹੇਅਰ ਲਾਰਡ ਆਈ ਪ੍ਰੇ ਲਾਰਡ ਦੈਟ ਇਟ ਵਿਲ ਵਰਕ ਇਨ ਦੇਅਰ ਹਾਰਟਸ that father that they will be people who will love you more than anything who will sacrifice everything for you and will follow you lord I commit everyone here into your hands lord use them for your glory use them for your glory may your name be glorified let us lord be a church on fire for you that people will come to watch this fire lord thank you father I bless everyone in the name of jesus thank you lord in the name of our lord jesus we pray amen amen